ਸ਼ੁਰੂ ਕਰਦੇ ਹਾਂ। ਉਸ ਦੋ ਜਹਾਨ ਦੇ ਪਾਲਣ ਹਾਰ ਦਾ ਨਾਮ ਲੈ ਕੇ ਜੋ ਸਭ ਦੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਸਾਨੂੰ ਸਾਰਿਆਂ ਨੂੰ ਅਗਰ ਇਹ ਸਤਸੰਗ 'ਚ ਬੈਠਣ ਦਾ ਮੌਕਾ ਮਿਲਿਆ ਹੈ ਤਾਂ ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਇੱਕ ਕਲਾਮ ਤੋਂ ਕਰਾਂਗੇ ਜੋ ਕਿ ਫਰੀਦ ਸਾਬਰੀ ਦਾ ਹੈ, ਕਿਉਂਕਿ ਫਰੀਦ ਸਾਬਰੀ ਆਪਣੇ ਕਲਾਮ ਦੇ ਵਿੱਚ ਦੱਸਦੇ ਹੈ ਕਿ ਇੱਕ ਦਿਨ ਕਿਸੇ ਨੇ ਨਾ ਫਰੀਦ ਸਾਬਰੀ ਨੂੰ ਪੁੱਛਿਆ ਕਿ ਫਰੀਦ ਹੁਣ ਤੂੰ ਬੜਾ ਖੁਸ਼ ਰਹਿੰਦਾ ਹੈ, ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਬੜੀ ਚਿੰਤਾ 'ਚ ਸੀ ਕਿਉਂਕਿ ਫਰੀਦ ਸਾਬਰੀ ਬਾਰੇ ਕਈ ਵਾਰ ਦੱਸਿਆ ਕਿ ਇੱਕ ਦੁਕਾਨਦਾਰ ਸੀ, ਉਹ ਜਿਹੜੇ ਇਤਰ ਦੀ ਯਾਨੀ ਪਰਫਿਊਮ ਸੈਂਟਾਂ ਦੀ ਦੁਕਾਨ ਦੇ ਮਾਲਕ ਸੀ। ਹੁਣ ਜਦੋਂ ਬੰਦਾ ਦੁਕਾਨਦਾਰ ਹੁੰਦਾ ਤਾਂ ਉਹਨੂੰ ਕਈ ਟੈਨਸ਼ਨਾਂ ਹੁੰਦੀਆਂ ਹੈ, ਕਈ ਚਿੰਤਾਵਾਂ ਹੁੰਦੀਆਂ ਹੈ ਆਪਣੇ ਕੰਮ ਨੂੰ ਲੈ ਕੇ, ਕਿਉਂਕਿ ਦੁਕਾਨਦਾਰਾਂ ਨੂੰ ਪਤਾ ਹੀ ਹੁੰਦਾ ਹੈ ਕਿ ਜਦੋਂ ਦੁਕਾਨ ਖੋਲ੍ਹਣੀ ਹੈ ਫਿਕਰ ਹੁੰਦੀ ਹੈ, ਕਸਟਮਰ ਗਾਹਕ ਆਉਣਗੇ ਨਹੀਂ ਆਉਣਗੇ, ਮੇਰਾ ਸਮਾਨ ਵਿਕੇਗਾ ਨਹੀਂ ਵਿਕੇਗਾ। ਸੋ ਇੱਦਾਂ ਫਰੀਦ ਸਾਬਰੀ ਜਦ ਤੱਕ ਫਕੀਰੀ ਦੀ ਲਾਈਨ ਨਾਲ ਨਹੀਂ ਜੁੜੇ ਸੀ, ਕਹਿੰਦੇ ਬੜੀ ਟੈਨਸ਼ਨ 'ਚ ਰਹਿੰਦੇ ਸੀ ਆਪਣੇ ਕੰਮ ਨੂੰ ਲੈ ਕੇ, ਕਾਰੋਬਾਰ ਨੂੰ ਲੈ ਕੇ ਚਿੰਤਿਤ ਵੀ ਰਹਿੰਦੇ ਸੀ। ਔਰ ਫਿਰ ਜਦੋਂ ਮੁਰਸ਼ਦ ਦੇ ਨਾਲ ਜੁੜੇ ਤਾਂ ਉਹਨਾਂ ਦੇ ਜੀਵਨ 'ਚ ਬਦਲਾਵ ਆਇਆ। ਉਹਨਾਂ ਦੇ ਜੀਵਨ 'ਚ ਬਦਲਾਵ ਆਇਆ, ਕੀ ਬਦਲਾਵ ਆਇਆ ਕਿ ਉਹਨਾਂ ਨੇ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ, ਮੁਸਕੁਰਾਉਣਾ ਸ਼ੁਰੂ ਕਰ ਦਿੱਤਾ। ਔਰ ਇਸੇ ਲਈ ਫਰੀਦ ਸਾਬਰੀ ਨੇ ਫਿਰ ਆਪਣੇ ਕਲਾਮ ਦੇ ਜ਼ਰੀਏ ਨਾ ਆਪਣੇ ਅੰਦਰ ਦੀਆਂ ਇਹ ਭਾਵਨਾਵਾਂ ਨੂੰ, ਆਪਣੇ ਅੰਦਰ ਦੀ ਇਹ ਫੀਲਿੰਗ ਨੂੰ ਦੱਸਿਆ ਕਿ ਇਹ ਖੁਸ਼ੀਆਂ ਅਗਰ ਚਾਹੀਦੀਆਂ ਹੈ, ਆਰਾਮ ਅਗਰ ਚਾਹੀਦਾ ਹੈ, ਕਾਮਯਾਬੀ ਸਫਲਤਾ ਅਗਰ ਚਾਹੀਦੀ ਹੈ, ਔਰ ਇੱਥੇ ਤੱਕ ਕਿ ਭਗਵਾਨ ਪਰਮਾਤਮਾ ਪ੍ਰਭੂ ਵੀ ਅਗਰ ਚਾਹੀਦਾ ਤਾਂ ਮਿਲਣਾ ਕਿੱਥੋਂ ਹੈ? ਸਮਝਦੇ ਹੋ ਕਿ ਨਹੀਂ ਕੀ ਕਹਿੰਦੇ ਆ ਉਹ? ਆਓ ਜ਼ਰਾ ਗੌਰ ਕਰੀਏ ਕਿ ਜਦੋਂ ਕਿਸੇ ਨੇ ਪੁੱਛਿਆ ਕਿ ਫਰੀਦ ਹੁਣ ਤੂੰ ਬੜਾ ਖੁਸ਼ ਰਹਿੰਦਾ ਹੈ, ਬੜਾ ਆਰਾਮ ਨਾਲ ਰਹਿੰਦਾ ਹੈ, ਪਹਿਲਾਂ ਤੂੰ ਟੈਨਸ਼ਨ 'ਚ ਰਹਿੰਦਾ ਸੀ, ਕਿਉਂਕਿ ਇੱਕ ਹੁੰਦਾ ਆਰਾਮ ਨਾਲ ਰਹਿਣਾ ਜਿੱਥੇ ਬੰਦਾ ਕਹਿੰਦਾ ਮੈਂ ਬੜੇ ਆਰਾਮ ਚੈਨ ਨਾਲ ਜ਼ਿੰਦਗੀ ਜੀ ਰਿਹਾ ਹਾਂ, ਔਰ ਇੱਕ ਪਾਸੇ ਹੁੰਦਾ ਬੰਦਾ ਕਹਿੰਦਾ ਮੈਂ ਬੜੇ ਦੁੱਖਾਂ 'ਚ ਜ਼ਿੰਦਗੀ ਜੀ ਰਿਹਾ, ਬੜੀ ਪਰੇਸ਼ਾਨੀ 'ਚ ਜ਼ਿੰਦਗੀ ਜੀ ਰਿਹਾ, ਮੈਨੂੰ ਚੈਨ ਹੀ ਨਹੀਂ ਹੈ, ਦਿਨ ਨੂੰ ਚੈਨ ਨਹੀਂ, ਰਾਤ ਨੂੰ ਨੀਂਦ ਨਹੀਂ, ਇੰਨੀ ਟੈਨਸ਼ਨ। ਔਰ ਇੱਕ ਪਾਸੇ ਹੁੰਦਾ ਕੋਈ ਪੁੱਛੇ ਭਾਈ ਕਿੱਦਾਂ, ਭਾਈ ਜ਼ਿੰਦਗੀ ਬੜੇ ਆਰਾਮ ਨਾਲ ਜਾ ਰਹੀ ਹੈ, ਬੜਾ ਆਨੰਦ ਹੈ, ਬੜੀ ਖੁਸ਼ੀ ਹੈ, ਹੁਣ ਤੁਹਾਨੂੰ ਕਿਹੜੀ ਜ਼ਿੰਦਗੀ ਚਾਹੀਦੀ ਹੈ? ਜਵਾਬ ਦੇ ਦਿਓ, ਜ਼ਰਾ ਆਨੰਦ ਵਾਲੀ ਚਾਹੀਦੀ ਹੈ, ਆਰਾਮਦਾਇਕ ਚਾਹੀਦੀ ਹੈ, ਜਿਸ 'ਚ ਚੈਨ ਹੋਵੇ, ਆਨੰਦ ਹੋਵੇ, ਖੁਸ਼ੀ ਹੋਵੇ, ਸ਼ਾਂਤੀ ਹੋਵੇ, ਸਕੂਨ ਹੋਵੇ, ਔਰ ਇਹਦੇ ਨਾਲ ਨਾਲ ਜਿਸ 'ਚ ਭਗਵਾਨ ਵੀ ਹੋਵੇ, ਪਰਮਾਤਮਾ ਵੀ ਹੋਵੇ, ਇਹ ਗੱਲ ਯਾਦ ਰੱਖਣਾ। ਹੁਣ ਅਗਰ ਸਾਨੂੰ ਆਰਾਮ ਨਾਲ ਜ਼ਿੰਦਗੀ ਚਾਹੀਦੀ ਹੈ, ਆਰਾਮਦਾਇਕ ਜ਼ਿੰਦਗੀ ਚਾਹੀਦੀ ਹੈ ਜਿਸ 'ਚ ਆਰਾਮ ਹੋਵੇ, ਤਾਂ ਫਿਰ ਇਹ ਮਿਲਣਾ ਕਿੱਥੇ ਹੈ? ਇਹ ਆਰਾਮ, ਇਹ ਖੁਸ਼ੀ, ਇਹ ਆਨੰਦ, ਇਹ ਸਕੂਨ, ਇਹ ਸ਼ਾਂਤੀ ਸਾਨੂੰ ਕਿੱਥੇ ਜਾ ਕੇ ਹਾਸਿਲ ਹੋਣੀ ਹੈ? ਉਹੀ ਚੀਜ਼ ਫਰੀਦ ਸਾਬਰੀ ਆਪਣੇ ਕਲਾਮ 'ਚ ਦੱਸਦੇ ਆ। ਉਹ ਹੁਣ ਸਮਝੀਏ ਉਹਨਾਂ ਦੇ ਕਲਾਮ ਨੂੰ, ਯਾਨੀ ਉਹਨਾਂ ਦੇ ਸ਼ਬਦ ਨੂੰ, ਉਹਨਾਂ ਦੀ ਬਾਣੀ ਨੂੰ, ਕਿ ਕੀ ਸਮਝਾਉਂਦੇ ਆ ਉਹ ਕਿ ਇਹ ਇਨਸਾਨ ਅਗਰ ਆਰਾਮ ਚਾਹੀਦਾ ਹੈ, ਸਕੂਨ ਚਾਹੀਦਾ ਹੈ, ਖੁਸ਼ੀ ਚਾਹੀਦੀ ਹੈ, ਕਾਮਯਾਬੀ ਸਫਲਤਾ ਚਾਹੀਦੀ ਹੈ, ਤਾਂ ਇਹਦੇ ਵਾਸਤੇ ਤੈਨੂੰ ਕੀ ਕਰਨਾ ਪਏਗਾ? ਉਹ ਦੱਸਦੇ ਹੈ ਜਦੋਂ ਪੁੱਛਿਆ ਕਿ ਤੈਨੂੰ ਇਹ ਆਰਾਮਦਾਇਕ ਜ਼ਿੰਦਗੀ, ਇਹ ਖੁਸ਼ੀ, ਇਹ ਆਨੰਦ ਕਿੱਥੋਂ ਮਿਲਿਆ? ਤਾਂ ਫਰੀਦ ਸਾਬਰੀ ਨੇ ਕਿਹਾ, ਫਕੀਰੋਂ ਕੀ ਸੋਹਬਤ ਮੇਂ ਬੈਠ ਕਰ ਮੈਨੇ ਆਰਾਮ ਪਾਇਆ ਹੈ। ਕਹਿੰਦੇ ਕਿੱਥੋਂ ਮਿਲਿਆ ਆਰਾਮ? ਜਵਾਬ ਦੇਣਾ ਨਾਲ ਨਾਲ ਤੁਸੀਂ, ਕਿੱਥੋਂ ਮੈਨੂੰ ਮਿਲਿਆ ਆਰਾਮ, ਚੈਨ, ਸਕੂਨ? ਹੁਣ ਆਰਾਮ ਕਈ ਪ੍ਰਕਾਰ ਦਾ ਹੁੰਦਾ। ਇੱਕ ਬੰਦਾ ਕਹਿੰਦਾ ਬਿਮਾਰ ਸੀ, ਮੈਨੂੰ ਆਰਾਮ ਆ ਗਿਆ। ਚਲੋ ਇਹ ਵੀ ਆਰਾਮ ਮਿਲਦਾ ਹੈ ਫਕੀਰਾਂ ਦੇ, ਗੁਰੂਆਂ ਰਹਿਬਰਾਂ ਦੇ ਦਰ ਤੇ ਜਾ ਕੇ, ਕਿਉਂਕਿ ਕਈ ਵਾਰ ਦੇਖਿਆ ਹੈ ਕਿ ਡਾਕਟਰ ਵੀ ਕਹਿ ਦਿੰਦੇ ਭਾਈ ਇਹ ਰੋਗ ਠੀਕ ਹੋਣ ਵਾਲਾ ਨਹੀਂ ਹੈ, ਪਰ ਜਦੋਂ ਇਨਸਾਨ ਸੱਚੇ ਦਿਲੋਂ ਆਪਣੇ ਮਾਲਿਕ ਅੱਗੇ ਅਰਦਾਸ, ਬੇਨਤੀ, ਫਰਿਆਦ ਕਰਦਾ ਹੈ ਤਾਂ ਉਹਦੇ ਉਹ ਦੁੱਖ ਵੀ ਦੂਰ ਹੋ ਜਾਂਦੇ ਹੈ। ਔਰ ਇਹਦਾ ਦੇ ਹਜ਼ਾਰਾਂ ਹੀ ਜੀਵ ਦਰਬਾਰ 'ਤੇ ਆਉਂਦੇ ਆ ਜਿਹੜੇ ਖੁਸ਼ੀਆਂ ਨਾਲ ਝੋਲੀਆਂ ਭਰ ਕੇ
ਜਾਂਦੇ ਆ ਤੇਰਾ ਸਮਝਣਾ ਸਾਰਿਆਂ ਨੇ। ਹੁਣ ਇੱਥੇ ਇੱਕ ਪਰਿਵਾਰ, ਕੱਲ੍ਹ ਦੀ ਗੱਲ ਹੀ ਹੈ ਸ਼ਾਇਦ, ਬਸੀ ਮੁਸਤਫਾ ਤੋਂ ਪਰਿਵਾਰ ਬੈਠਾ ਉਹਦਾ ਛੋਟਾ ਬੱਚਾ ਕਿਤੇ ਸਵੇਰੇ ਸਵੇਰੇ ਗੁੰਮ ਹੋ ਗਿਆ। ਬੜੇ ਪਰੇਸ਼ਾਨ, ਸਾਰਾ ਦਿਨ ਲੱਭੀ ਜਾਂਦੇ ਆ, ਚਾਰੋਂ ਪਾਸੇ ਲੱਭੀ ਜਾਂਦੇ ਆ, ਇੱਥੇ ਤੱਕ ਥਾਣੇ 'ਚ ਵੀ ਰਿਪੋਰਟ ਲਿਖਾ ਦਿੱਤੀ, ਪਰ ਫਿਰ ਵੀ ਬੱਚੇ ਦਾ ਨਹੀਂ ਪਤਾ। ਪਰ ਜਿੱਦਾਂ ਹੀ ਦਰਬਾਰ 'ਤੇ ਗਏ, ਜਾ ਕੇ ਬੇਨਤੀ ਕੀਤੀ, ਹਾਲੇ ਬੇਨਤੀ ਕਰਕੇ ਬਾਹਰ ਆਏ ਸੀ, 15 ਮਿੰਟ ਬਾਅਦ ਹੀ ਫੋਨ ਆ ਗਿਆ, ਤੁਹਾਡਾ ਬੇਟਾ ਇੱਥੇ ਲੈ ਜਾਓ ਆ ਕੇ। ਆ ਬੈਠੇ ਆ ਸਾਹਮਣੇ, ਫੜ ਜਾਓ ਰਾਮਦਾਸ ਜਰਾ, ਉਹ ਬੇਟਾ ਵੀ ਸ਼ਾਇਦ ਇੱਥੇ ਹੋਏਗਾ। ਆ ਨਾਲ ਹੀ ਆ ਦੇਖੋ, ਆ ਬੱਚਾ ਆ ਸਾਹਮਣੇ ਆ, ਇਹ ਡੈਡੀ ਹੈ, ਉਹ ਦਾਦਾ ਜੀ ਹੈ ਰਾਮਦਾਸ, ਉਹਦਾ ਪੋਤਾ, ਔਰ ਆ ਬੱਚਾ, ਬਹਿ ਜਾਓ। ਹੁਣ ਦੱਸਣਾ ਕੀ ਚਾਹੁੰਦੇ ਹਾਂ ਅਸੀਂ, ਕਿ ਜਦੋਂ ਬੰਦਾ ਪਰੇਸ਼ਾਨੀਆਂ ਟੈਨਸ਼ਨਾਂ ਨਾਲ ਭਰਿਆ ਹੁੰਦਾ ਨਾ, ਕੋਈ ਹੱਲ ਨਹੀਂ ਨਿਕਲਦਾ, ਉਹਦੇ ਅੱਗੇ ਫਰਿਆਦ ਕਰਦਾ, ਉਹਦੇ ਅੱਗੇ ਦੁਆ ਕਰਦਾ ਹੈ, ਤਾਂ ਮੁਸ਼ਕਲਾਂ ਦੇ ਹੱਲ ਏਦਾਂ 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 ਹੋਣੇ ਸ਼ੁਰੂ ਹੋ ਜਾਂਦੇ ਆ। ਇਹੀ ਤਾਂ ਉਹਦੀ ਰਹਿਮਤ ਹੈ, ਇਹੀ ਤਾਂ ਉਹਦੀ ਕਿਰਪਾ ਹੈ। ਬਸ ਇਨਸਾਨ ਨੂੰ ਯਕੀਨ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਹੈ। ਇਸੇ ਲਈ ਇੱਥੇ ਨਾ ਇੱਕ ਗੱਲ ਕਹਿਣੀ ਚਾਹਾਂਗਾ, ਜੋ ਸ਼੍ਰੀ ਕ੍ਰਿਸ਼ਨ ਕਹਿੰਦੇ ਸੀ, ਕਹਿੰਦੇ ਆਪ ਕੇ ਮਨ ਕਾ ਵਿਸ਼ਵਾਸ ਬੜੇ ਸੇ ਬੜੇ ਪਹਾੜ ਕੋ ਕੰਕਰ ਬਣਾ ਸਕਤਾ ਹੈ, ਔਰ ਆਪਕੇ ਮਨ ਕੀ ਸ਼ੰਕਾ ਇੱਕ ਛੋਟੇ ਸੇ ਕੰਕਰ ਕੋ ਪਹਾੜ ਬਣਾ ਸਕਤੀ ਹੈ। ਇਹ ਗੱਲ ਯਾਦ ਰੱਖਣਾ, ਇਹ ਗੱਲ ਵਿੱਚ ਬੜੀ ਗਹਿਰਾਈ ਹੈ, ਕਿ ਅਗਰ ਤੁਹਾਡੇ ਸਾਹਮਣੇ ਮੁਸੀਬਤਾਂ ਦਾ ਪਹਾੜ ਵੀ ਹੋਵੇ ਨਾ, ਅਗਰ ਤੁਹਾਡੇ ਸਾਹਮਣੇ ਪਰੇਸ਼ਾਨੀਆਂ ਦਾ ਪਰਬਤ ਵੀ ਹੋਵੇ, ਪਰ ਤੁਹਾਨੂੰ ਵਿਸ਼ਵਾਸ ਹੈ ਕਿ ਪਰਬਤ ਮੈਂ ਪਾਰ ਕਰ ਸਕਦਾ ਹਾਂ, ਇਹ ਪਰਬਤ ਨੂੰ ਮੈਂ ਚੀਰ ਕੇ ਜਾਂ ਸੁਰੰਗ ਬਣਾ ਕੇ ਜਾਂ ਪਾਰ ਕਿਸੇ ਤਰ੍ਹਾਂ ਵੀ ਕਰ ਸਕਦਾ ਹੈ, ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਸ਼ਕਤੀ ਦੇਣ ਵਾਲਾ ਮੇਰਾ ਮਾਲਿਕ, ਮੇਰਾ ਪਰਮਾਤਮਾ, ਮੇਰਾ ਭਗਵਾਨ ਮੇਰੇ। ਤਾਂ ਇੱਦਾਂ ਦਾ ਕਿਹੜਾ ਪਹਾੜ ਹੈ ਜਿਹਨੂੰ ਬੰਦਾ ਪਾਰ ਨਹੀਂ ਕਰ ਸਕਦਾ? ਸੋਚੋ ਜ਼ਰਾ, ਇੱਥੇ ਜਿਹਨੂੰ ਕਹਿੰਦੇ ਨਾ ਸਭ ਤੋਂ ਉੱਚਾ ਪਰਬਤ, ਕੀ ਨਾਂ ਹੈ ਭਲਾ ਉਹਦਾ? ਮਾਊਂਟ। ਹੁਣ ਦੇਖੋ ਕਿੰਨੇ ਲੋਕਾਂ ਨੇ ਉਹ ਪਹਾੜ ਨੂੰ ਫਤਿਹ ਕਰ ਲਿਆ, ਇੱਥੇ ਤੱਕ ਵੀ ਕਹਿੰਦੇ 13 ਸਾਲ ਦੀ ਬੱਚੀ ਨੇ ਵੀ ਉਹ ਪਹਾੜ ਤੇ ਚੜ੍ਹ ਕੇ ਰਿਕਾਰਡ ਬਣਾ ਦਿੱਤਾ ਕਿ ਇੱਕ ਛੋਟਾ ਬੱਚਾ ਵੀ ਇਹ ਕੰਮ ਕਰ ਸਕਦਾ ਹੈ। ਜਰਾ ਸਮਝ ਲੈਣਾ। ਸੋ ਅਗਰ ਹਿੰਮਤ ਬੜੀ ਹੋਵੇ ਨਾ, ਸਾਹਸ ਬੜਾ ਹੋਵੇ, ਵਿਸ਼ਵਾਸ ਬੜਾ ਹੋਵੇ, ਯਕੀਨ ਬੜਾ ਹੋਵੇ, ਤਾਂ ਉੱਚੇ ਤੋਂ ਉੱਚੇ ਪਰਬਤ ਵੀ ਸਾਡੇ ਸਾਹਮਣੇ ਛੋਟੇ ਕਹਿ ਦਿਓ। ਤਾਂ ਜੇ ਸਾਡੇ ਅੰਦਰ ਡਰ ਹੋਵੇ, ਚਿੰਤਾ ਹੋਵੇ, ਜਿੱਦਾਂ ਹੁਣ ਦੇਖੋ ਸ਼ੰਕਾ, ਜਿੱਦਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਗਰ ਆਪਕੇ ਮਨ ਮੇਂ ਵਿਸ਼ਵਾਸ ਹੈ ਤੋ ਬੜੇ ਸੇ ਬੜਾ ਪਰਬਤ ਪਹਾੜ ਵੀ ਆਪਕੇ ਸਾਹਮਣੇ ਕੰਕਰ ਬਣ ਜਾਤਾ ਹੈ। ਸਮਝਦੇ ਹੋ ਕਿ ਨਹੀਂ? ਔਰ ਅਗਰ ਆਪਕੇ ਮਨ ਮੇਂ ਸ਼ੰਕਾ ਹੈ ਤੋ ਛੋਟਾ ਕੰਕਰ ਵੀ ਪਹਾੜ ਬਣ ਜਾਤਾ ਹੈ। ਹੁਣ ਇਹ ਕਿੱਦਾਂ ਬਣਦਾ ਹੈ? ਜਦੋਂ ਅੰਦਰ ਡਰ ਹੋਵੇ ਨਾ, ਅੰਦਰ ਚਿੰਤਾ ਹੋਵੇ, ਡਰ ਹੋਵੇ, ਤੇ ਇੱਕ ਰੱਸੀ ਪਈ ਹੋਵੇ ਤੋ ਵੀ ਸੱਪ ਲੱਗਦੀ ਹੈ, ਹੁੰਦਾ ਕਿ ਨਹੀਂ? ਸ਼ੰਕਾ, ਸ਼ੰਕਾ ਦਾ ਮਤਲਬ ਕੀ? ਪਤਾ ਨਹੀਂ ਕੀ ਹੈ, ਪਤਾ ਨਹੀਂ ਕੀ ਹੋਏਗਾ। ਹਨੇਰੇ ਵਿੱਚ ਰੱਸੀ ਵੀ ਸੱਪ ਲੱਗਦੀ ਹੈ, ਹਾਲਾਂਕਿ ਉਹ ਰੱਸੀ ਹੈ, ਕੁਛ ਨਹੀਂ ਕਰ ਸਕਦੀ, ਪਰ ਅੰਦਰ ਸ਼ੰਕਾ ਹੈ, ਸੱਪ, ਹਾਏ ਸੱਪ, ਤਾਂ ਬੰਦਾ ਉਹਨੂੰ ਦੇਖ ਕੇ ਵੀ ਚੀਕਾਂ ਮਾਰ ਕੇ ਕਹਿ ਦਿਓ ਦੌੜਦਾ ਹੈ ਕਿ ਨਹੀਂ? ਹੁਣ ਇਸ ਲਈ ਅਗਰ ਸ਼ੰਕਾ ਦੇ ਨਾਲ ਜ਼ਿੰਦਗੀ ਜੀਵਾਂਗੇ, ਅਗਰ ਸ਼ੰਕਾ ਨੂੰ ਅੰਦਰ ਰੱਖ ਕੇ ਚੱਲਾਂਗੇ, ਤਾਂ ਯਾਦ ਰੱਖੋ ਰਸਤੇ ਦੀਆਂ ਛੋਟੀਆਂ ਰੁਕਾਵਟਾਂ ਵੀ ਤੁਹਾਨੂੰ ਪਹਾੜ ਵਰਗੀਆਂ ਵੱਡੀਆਂ ਲੱਗਣਗੀਆਂ, ਤਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਖੁਸ਼ੀਆਂ ਦੀ ਮੰਜ਼ਿਲ ਕਦੀ ਨਹੀਂ ਮਿਲੇਗੀ। ਇਸ ਲਈ ਮਨ ਦੀ ਸ਼ੰਕਾ ਨੂੰ ਪਹਿਲਾਂ ਹਟਾਓ, ਸਮਝਦੇ ਹੋ ਕਿ ਨਹੀਂ? ਔਰ ਮਨ ਅੰਦਰ ਕੀ ਲਿਆਓ? ਵਿਸ਼ਵਾਸ ਲਿਆਓ, ਯਕੀਨ ਲਿਆਓ, ਭਰੋਸਾ ਲਿਆਓ ਕਿ ਮੁਸ਼ਕਿਲ, ਪਰੇਸ਼ਾਨੀ ਜਾਂ ਪ੍ਰੋਬਲਮ ਕੋਈ ਵੀ ਹੋਵੇ, ਇੱਕ ਅੰਦਰ ਵਿਸ਼ਵਾਸ ਸਾਡੇ ਹੋਣਾ ਚਾਹੀਦਾ ਕਿ ਹਰ ਮੁਸ਼ਕਿਲ ਦਾ ਹੱਲ ਹੈ ਔਰ ਮੇਰਾ ਮਾਲਿਕ ਉਹ ਹੱਲ ਜ਼ਰੂਰ ਕਰੇਗਾ। ਕਿਉਂਕਿ ਜਦੋਂ ਅਸੀਂ ਕਹਿੰਦੇ ਨਾ ਹਰ ਮੁਸ਼ਕਿਲ ਦਾ ਹੱਲ ਹੈ, ਤਾਂ ਫਿਰ ਅਸੀਂ ਹੱਲ ਦੀ ਤਲਾਸ਼ ਵੀ, ਤਾਂ ਜੇ ਬੰਦਾ ਮੰਨੇ ਹੀ ਨਾ ਹੈ ਨਹੀਂ, ਤਾਂ ਜਿਹੜਾ ਕਹਿੰਦਾ ਹੈ ਨਹੀਂ ਉਹਨੂੰ ਤਲਾਸ਼ ਵੀ ਕਦੀ
ਨਹੀਂ ਕਰਨੀ, ਇਹ ਯਾਦ ਰੱਖਣਾ ਸਾਰਿਆਂ ਨੇ। ਇਸ ਲਈ ਆਪਣੇ ਦਿਲੋਂ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਫਿੱਟ ਕਰਕੇ ਰੱਖਣੀ ਹੈ, ਕਦੀ ਵੀ ਆਪਣੇ ਵਿਸ਼ਵਾਸ ਨੂੰ ਅਸੀਂ ਕਮਜ਼ੋਰ ਨਹੀਂ ਹੋਣ ਦੇਣਾ, ਕਦੀ ਵੀ ਆਪਣੇ ਵਿਸ਼ਵਾਸ ਨੂੰ ਖਤਮ ਨਹੀਂ ਹੋਣ ਦੇਣਾ। ਬਲਕਿ ਜਿੰਨਾ ਸਾਡਾ ਵਿਸ਼ਵਾਸ ਵੱਧਦਾ ਹੈ, ਜਿੰਨੀ ਸਾਡਾ ਯਕੀਨ ਵੱਧਦਾ ਹੈ ਆਪਣੇ ਆਪ 'ਤੇ ਔਰ ਆਪਣੇ ਰੱਬ 'ਤੇ, ਉਨਾ ਹੀ ਸਾਡਾ ਜੀਵਨ ਆਸਾਨ ਹੁੰਦਾ ਚਲਾ ਜਾਂਦਾ ਹੈ। ਆਸਾਨ ਦਾ ਮਤਲਬ ਕੀ ਹੈ? ਹੁਣ ਫਰਜ਼ ਕਰੋ ਇੱਕ ਬੱਚਾ ਸੋਚਦਾ ਹੈ ਆਹ ਕੰਮ ਮੈਂ ਨਹੀਂ ਕਰ ਸਕਦਾ, ਉਹਦੇ ਵਾਸਤੇ ਕੰਮ ਔਖਾ ਹੋ ਗਿਆ, ਹੋ ਗਿਆ ਕਿ ਨਹੀਂ ਔਖਾ? ਚਾਹੇ ਉਹ ਸਾਈਕਲ ਚਲਾਉਣਾ ਹੀ ਹੋਵੇ ਅਤੇ ਬੱਚੇ ਨੂੰ ਬਾਪ ਕਹੇ ਲੈ ਬੇਟਾ ਸਾਈਕਲ, ਨਹੀਂ ਜੀ ਬਹੁਤ ਔਖਾ ਮੈਂ ਨਹੀਂ ਚਲਾ ਸਕਦਾ, ਮੈਂ ਕਿਤੇ ਗਿਰ ਕੇ ਸੱਟ ਨਾ ਲੱਗ ਜਾਵੇ, ਕਿਤੇ ਗੋਡਾ ਨਾ ਰਗੜ ਹੋ ਜਾਵੇ, ਕਿਤੇ ਮੈਂ ਡਿੱਗ ਗਿਆ ਤਾਂ ਮੇਰੀ ਲੱਤਵਾਂ ਨਾ ਟੁੱਟ ਜਾਵੇ। ਹੁਣ ਉਹ ਉਸ ਛੋਟੇ ਜਿਹੇ ਕੰਮ ਨੂੰ ਵੀ ਮੁਸ਼ਕਿਲ ਬਣਾ ਲੈਂਦਾ ਹੈ, ਉਹ ਕਰੇਗਾ ਹੀ ਨਹੀਂ ਡਰਦਾ। ਤਾਂ ਦੂਜਾ ਬੱਚਾ ਸੋਚਦਾ ਆਸਾਨ ਹੈ, ਠੀਕ ਹੈ ਗਿਰਨ ਦਾ ਖਤਰਾ ਹੈ, ਪਰ ਅਗਰ ਚਲਾਉਣਾ ਸਿੱਖ ਲਿਆ ਤਾਂ ਆਨੰਦ ਵੀ ਬੜਾ ਹੈ, ਮਜ਼ਾ ਵੀ ਬੜਾ ਹੈ, ਸੈਰ ਵੀ ਫਿਰ ਮੈਂ ਤਾਂ ਹੀ ਕਰਨੀ ਹੈ ਜੇ ਮੈਂ ਇਹ ਰਿਸਕ ਲਊਂਗਾ। ਹੁਣ ਜਿਹੜੇ ਰਿਸਕ ਲੈਣਾ ਜਾਣਦੇ ਆ ਨਾ ਵਿਸ਼ਵਾਸ ਨਾਲ ਮੈਂ ਕਰ ਸਕਦਾ ਹਾਂ, ਉਹ ਮਾੜੀ ਮੋਟੀ ਸੱਟ ਜੋੜਦਾ, ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਸੋਚੇ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ, ਪਰੇਸ਼ਾਨੀ ਨਾ ਆਵੇ, ਕੋਈ ਇੱਦਾਂ ਔਕੜ ਨਾ ਆਵੇ, ਤਾਂ ਫਿਰ ਭਾਈ ਤੂੰ ਜ਼ਿੰਦਗੀ 'ਚ ਕਦੀ ਕਾਮਯਾਬ, ਬਲਕਿ ਤੇਰੀ ਸੋਚ ਇਹ ਕੀ ਹੋਣੀ ਚਾਹੀਦੀ, ਮੈਂ ਕਾਮਯਾਬ ਹੋਣਾ ਹੈ ਚਾਹੇ ਹਜ਼ਾਰਾਂ ਔਕੜਾਂ 'ਚ ਗੁਜ਼ਰਨਾ ਪਵੇ, ਮੈਂ ਕਾਮਯਾਬ ਹੋ ਕੇ ਦਿਖਾਉਣਾ ਚਾਹੇ ਹਜ਼ਾਰਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ, ਔਰ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਤਿਆਰ ਹਾਂ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਉਹ ਮੇਰੇ ਨਾਲ ਮੇਰਾ ਮਾਲਿਕ ਹੈ, ਉਹ ਮੇਰੇ ਨਾਲ ਹੈ, ਤਾਂ ਕੋਈ ਮੁਸ਼ਕਿਲ ਮੈਨੂੰ ਹਰਾ। ਇਹਨੂੰ ਕਹਿੰਦੇ ਵਿਸ਼ਵਾਸ। ਔਰ ਇੱਦਾਂ ਦਾ ਵਿਸ਼ਵਾਸ ਜਿਸਦੇ ਅੰਦਰ ਹੋਵੇ ਫਿਰ ਉਹਨੂੰ ਕਾਮਯਾਬ ਹੋਣ ਤੋਂ ਰੋਕ ਵੀ ਕੋਈ ਨਹੀਂ ਸਕਦਾ, ਸਮਝਦੇ ਹੋ ਕਿ ਨਹੀਂ? ਇਸ ਲਈ ਤਾਂ ਅਸੀਂ ਕੱਲ ਵੀ ਇੱਕ ਸਤਸੰਗ ਨਾ ਸ਼ੇਅਰ ਦੱਸ ਰਹੇ ਸੀ, ਅਸੀਂ ਅੱਜ ਵੀ ਦੱਸਣਾ ਚਾਹਾਂਗੇ, ਕਾਫੀ ਜੀਵ ਨਵੇਂ ਬੈਠੇ ਹੈ, ਕਿ ਆਪਣੇ ਅੰਦਰ ਇਸ਼ਕ ਔਰ ਯਕੀਨ ਦਾ ਇੱਦਾਂ ਦਾ ਚਿਰਾਗ ਬਾਲੋ। ਕਿੱਦਾਂ ਦਾ ਬਾਲਣਾ ਭਲਾ? ਕਿ ਮਾਨਾ ਕਿ ਆਂਧੀਆਂ ਬਹੁਤ ਤੇਜ਼ ਹੈ, ਮਾਨਾ ਕਿ ਆਂਧੀਆਂ ਬਹੁਤ ਤੇਜ਼ ਹੈ, ਫਿਰ ਵੀ ਮੇਰੇ ਇਸ਼ਕੋ ਯਕੀਨ ਕਾ ਚਿਰਾਗ ਜਲਤਾ ਜਾ ਰਿਹਾ ਹੈ। ਮਾਨਾ ਕਿ ਆਂਧੀਆਂ ਬਹੁਤ ਤੇਜ਼ ਹੈ, ਫਿਰ ਵੀ ਮੇਰੇ ਇਸ਼ਕ ਔਰ ਯਕੀਨ ਕਾ ਚਿਰਾਗ ਜਲਤਾ ਜਾ ਰਿਹਾ ਹੈ। ਉਹ ਮੈਨੇ ਸੁਣਾ ਹੈ ਮੇਰੇ ਇਸ ਚਿਰਾਗ ਕੋ ਬੁਝਾਨੇ ਮੇ ਇਨ ਆਂਧੀਓ ਕੋ ਪਸੀਨਾ ਆ ਰਿਹਾ ਹੈ। ਜਿੱਦਾਂ ਬੰਦਾ ਨਾ ਪਸੀਨਾ ਨਿਕਲ ਗਿਆ ਮੇਰਾ ਕੰਮ ਨਹੀਂ ਹੋਇਆ, ਇਹਦੇ ਮੈਂ ਬੜਾ ਹੀ ਜ਼ੋਰ ਲਾਇਆ ਭਾਈ, ਪਸੀਨੋ ਪਸੀਨੀ ਹੋ ਗਿਆ ਪਰ ਉਹ ਕੰਮ ਹੋਇਆ ਹੀ ਨਹੀਂ, ਬੜਾ ਜ਼ੋਰ ਲਾਇਆ ਕੰਮ ਹੀ ਇੰਨਾ। ਉਹ ਕਹਿੰਦੇ ਹੈ ਕਿ ਤੁਹਾਡਾ ਯਕੀਨ, ਤੁਹਾਡਾ ਵਿਸ਼ਵਾਸ, ਤੁਹਾਡਾ ਰੱਬ ਦੇ ਪ੍ਰਤੀ ਪਿਆਰ, ਇਹ ਇੱਦਾਂ ਦਾ ਜਿਹੜਾ ਚਿਰਾਗ ਜਗਣਾ ਚਾਹੀਦਾ ਕਿ ਕੋਈ ਤੂਫਾਨ ਕੋਈ ਆਂਧੀ ਇਹਨੂੰ ਬੁਝਾ, ਬਲਕਿ ਉਹ ਦੁੱਖਾਂ ਪਰੇਸ਼ਾਨੀਆਂ ਤਕਲੀਫਾਂ ਦੀ ਆਂਧੀ ਬੁਝਾਉਣ ਦੀ ਕੋਸ਼ਿਸ਼ ਵੀ ਕਰੇ ਨਾ ਤਾਂ ਉਹਦੇ ਪਸੀਨੇ ਛੁੱਟ ਜਾਣ ਕਿ ਭਾਈ ਮੇਰੇ ਤੋਂ ਇਹ ਕੰਮ। ਇਹਦਾ ਵਿਸ਼ਵਾਸ ਹੀ ਬੜਾ ਪੱਕਾ ਹੈ, ਇਹਦਾ ਇਸ਼ਕ ਦਾ ਰੰਗ ਹੀ ਬੜਾ ਪੱਕਾ ਹੈ, ਮੈਂ ਜ਼ੋਰ ਲਾ ਲਿਆ, ਮੈਂ ਥੱਕ ਗਈ ਹਾਂ, ਆਂਧੀ ਵੀ ਕਵੇ ਹਵਾ ਵੀ ਕਵੇ ਕਿ ਮੈਂ ਥੱਕ ਗਈ, ਪਰ ਇਹਦੇ ਇਸ਼ਕ ਦਾ ਚਿਰਾਗ, ਇਹਦੇ ਵਿਸ਼ਵਾਸ ਦਾ ਚਿਰਾਗ ਪਤਾ ਨਹੀਂ ਉਹ ਕਿਹੜੀ ਰੋਸ਼ਨੀ ਨਾਲ ਜਗ ਰਿਹਾ ਹੈ ਕਿ ਬੁਝਦੀ ਨਹੀਂ ਹੈ। ਤਾਂ ਹੀ ਤਾਂ ਕਹਿੰਦੇ ਨਾ ਫਾਨੂਸ ਬਣ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ ਵੋ ਸ਼ਮਾ ਕਿਆ ਬੁਝੇ ਜਿਸੇ। ਉਹ ਜਿਹਨੂੰ ਰੋਸ਼ਨੀ ਉਹਦੇ ਨੂਰ ਤੋਂ ਮਿਲਦੀ ਹੈ ਨਾ, ਜਿਹਨੂੰ ਰੋਸ਼ਨੀ ਉਹਦੇ ਨੂਰ ਤੋਂ ਮਿਲਦੀ ਹੈ, ਉਹਦੀ ਰਹਿਮਤ ਤੋਂ ਮਿਲਦੀ ਹੈ, ਫਿਰ ਕੋਈ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦੀ ਆਂਧੀ ਉਹਨੂੰ ਬੁਝਾ। ਹੁਣ ਤੁਸੀਂ ਚੈੱਕ ਕਰੋ ਕਿ ਤੁਹਾਡੇ ਅੰਦਰ ਇਹ ਵਿਸ਼ਵਾਸ ਦਾ ਚਿਰਾਗ ਜਗ ਰਿਹਾ ਕਿ ਨਹੀਂ, ਤੁਹਾਡੇ ਅੰਦਰ ਇਹ ਉਹਦੇ ਪਿਆਰ ਦਾ ਚਿਰਾਗ ਜਗ ਰਿਹਾ ਕਿ ਨਹੀਂ। ਅਗਰ ਜਗ ਰਿਹਾ ਹੈ ਤਾਂ ਫਿਰ ਜ਼ਿੰਦਗੀ ਆਸਾਨ ਹੋਏਗੀ। ਤਾਂ ਜਿਹੜਾ ਬੰਦਾ ਨਾ ਉਮੀਦ ਹੋ ਕੇ ਬੈਠਾ ਹੈ, ਜਿਹੜਾ ਬੰਦਾ ਸ਼ੰਕਾਵਾਂ ਨਾਲ ਭਰਪੂਰ ਹੋ ਕੇ ਬੈਠਾ ਹੈ, ਉਹ ਕਦੀ ਜੀਵਨ ਦਾ ਇਹ ਜ਼ਿੰਦਗੀ ਦਾ ਆਨੰਦ
ਲੈ ਹੀ ਨਹੀਂ ਸਕਦਾ, ਉਹ ਕਦੀ ਕਾਮਯਾਬੀ ਦਾ ਸੁੱਖ ਮਾਣ ਹੀ ਨਹੀਂ ਸਕਦਾ, ਕਿਉਂਕਿ ਉਹਦੀਆਂ ਸ਼ੰਕਾ ਹੀ ਉਹਦੇ ਅੰਦਰਲੇ ਡਰ ਹੀ ਉਸਨੂੰ ਰੋਕ ਕੇ ਰੱਖਦੇ ਆ, ਉਹਨੂੰ ਕਦੀ ਮੰਜ਼ਿਲ ਤੱਕ ਪਹੁੰਚਣ ਨਹੀਂ ਦਿੰਦੇ। ਇਸ ਲਈ ਫਿਰ ਕਹਾਂਗੇ ਸ਼੍ਰੀ ਕ੍ਰਿਸ਼ਨ ਨੇ ਜੋ ਕਿਹਾ ਨਾ ਇੱਕ ਵਾਰ ਫਿਰ, ਤਾਂ ਕਿ ਯਾਦ ਹੋ ਜਾਵੇ ਤੁਹਾਨੂੰ ਕਿ ਆਪਕੇ ਮਨ ਕਾ ਵਿਸ਼ਵਾਸ ਬੜੇ ਸੇ ਬੜੇ ਪਹਾੜ ਕੋ ਕੰਕਰ ਕਰ ਦਿੱਤਾ ਹੈ, ਔਰ ਆਪਕੇ ਮਨ ਕੀ ਸ਼ੰਕਾ ਛੋਟੇ ਸੇ ਕੰਕਰ ਕੋ ਪਹਾੜ ਬਣਾ ਦਿੱਤੀ ਹੈ। ਇਸਲਈ ਸ਼੍ਰੀ ਕ੍ਰਿਸ਼ਨ ਨੇ ਇਹੀ ਗੱਲ ਕਹੀ ਕਿ ਵਿਸ਼ਵਾਸ ਰੱਖ ਕੇ ਚੱਲ, ਤੇਰੇ ਰਸਤੇ 'ਚ ਮੁਸ਼ਕਿਲਾਂ ਦੇ ਪਹਾੜ ਵੀ ਹੋਣਗੇ ਨਾ। ਹੁਣ ਕਿੱਡਾ ਵੱਡਾ ਯੁੱਧ ਸੀ ਅਰਜੁਨ ਸ਼੍ਰੀ ਕ੍ਰਿਸ਼ਨ ਦੇ ਨਾਲ, ਔਰ ਇੱਥੇ ਫਿਰ ਕਹਿਣਾ ਚਾਹਾਂਗੇ ਕਿਉਂਕਿ ਗੱਲ ਆਈ ਹੈ ਸ਼੍ਰੀ ਕ੍ਰਿਸ਼ਨ ਦੀ, ਤਾਂ ਦੱਸਣਾ ਚਾਹਾਂਗੇ ਅਰਜੁਨ ਦੇ ਗੁਰੂ ਕੌਣ ਸੀ, ਪਤਾ ਕਿਸੇ ਨੂੰ, ਜਿਨ੍ਹਾਂ ਨੇ ਧਨੁਸ਼ ਤੀਰ ਚਲਾਉਣਾ ਸਿਖਾਇਆ ਸੀ, ਕੀ ਨਾਮ ਸੀ ਇਹਨਾਂ ਦਾ? ਗੁਰੂ ਦਰੋਣ ਆਚਾਰਿਆ। ਔਰ ਗੁਰੂ ਦਰੋਣ ਕਿਹਦੇ ਵੱਲੋਂ ਲੜ ਰਹੇ ਸੀ, ਜਵਾਬ ਦੇ ਦਿਓ, ਕੌਰਵ ਯਾਨੀ ਦੁਰਯੋਧਨ ਵੱਲੋਂ ਲੜ ਰਹੇ ਸੀ। ਹੁਣ ਜ਼ਰਾ ਗੌਰ ਕਰਨਾ, ਧਨੁਸ਼ ਬਾਣ ਯਾਨੀ ਤੀਰ ਕਮਾਨ ਫੜਨਾ ਸਿਖਾਇਆ ਗੁਰੂ ਦਰੋਣ ਨੇ, ਚਲਾਉਣਾ ਸਿਖਾਇਆ ਅਰਜੁਨ ਨੂੰ ਗੁਰੂ ਦਰੋਣ ਨੇ, ਔਰ ਇਹ ਅਰਜੁਨ ਜਦੋਂ ਗੁਰੂ ਦਰੋਣ ਨਾਲ ਯੁੱਧ ਕਰ ਰਿਹਾ ਹੈ, ਉਧਰੋਂ ਗੁਰੂ ਦਰੋਣ ਤੀਰ ਚਲਾਉਂਦੇ ਹੈ ਔਰ ਇਧਰੋਂ ਅਰਜੁਨ ਤੀਰ ਚਲਾਉਂਦਾ ਹੈ, ਤਾਂ ਦੁਰਯੋਧਨ ਕੋਲ ਖੜਾ ਹੈ, ਦੁਰਯੋਧਨ ਆਪਣੇ ਰੱਥ ਤੇ ਹੈ ਔਰ ਗੁਰੂ ਦਰੋਣ ਆਪਣੇ ਰੱਥ ਤੇ ਤੀਰ ਮਾਰ ਰਹੇ ਹੈ, ਦਰੋਣਾਚਾਰਿਆ ਤੀਰ ਮਾਰ ਰਹੇ ਹੈ। ਇੱਧਰ ਜਦੋਂ ਅਰਜੁਨ ਤੀਰ ਮਾਰਦਾ ਤਾਂ ਦਰੋਣ ਘਬਰਾ ਜਾਂਦੇ ਹੈ, ਕੀ ਹੋ ਜਾਂਦੇ ਹੈ, ਡਰਦੇ ਹੈ। ਉਹ ਦੁਰਯੋਧਨ ਨੇ ਜਦੋਂ ਦੇਖਿਆ ਨਾ ਇਹ ਮੰਜ਼ਰ, ਤਾਂ ਦੁਰਯੋਧਨ ਬੜਾ ਹੈਰਾਨ ਹੋਇਆ, ਕਹਿੰਦਾ ਗੁਰੂ ਦੇਵ ਇਹ ਕੀ ਮੈਂ ਦੇਖ ਰਿਹਾ ਹਾਂ, ਉਹ ਤੁਸੀਂ ਗੁਰੂ ਹੋ ਕੇ ਡਰ ਰਹੇ ਹੋ, ਤੁਸੀਂ ਅਰਜੁਨ ਨੂੰ ਤੀਰ ਚਲਾਉਣਾ ਸਿਖਾਇਆ, ਤੁਸੀਂ ਅਰਜੁਨ ਨੂੰ ਨਿਸ਼ਾਨਾ ਲਾਉਣਾ ਸਿਖਾਇਆ, ਔਰ ਤੁਹਾਡੇ ਅੱਗੇ ਅਰਜੁਨ ਲੜ ਰਿਹਾ ਮੁਕਾਬਲਾ ਕਰ ਰਿਹਾ ਹੈ, ਤਾਂ ਘਬਰਾਉਣਾ ਉਹਨੂੰ ਚਾਹੀਦਾ ਕਿ ਮੈਂ ਗੁਰੂ ਨਾਲ ਲੜ ਰਿਹਾ ਹਾਂ, ਡਰ ਉਹਨੂੰ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਨੇ ਮੈਨੂੰ ਸਿਖਾਇਆ ਉਹ ਤੋਂ ਮੈਂ ਜਿੱਤ ਨਹੀਂ ਸਕਦਾ, ਪਰ ਮੈਂ ਉਲਟਾ ਦੇਖ ਰਿਹਾ ਹਾਂ, ਉਹ ਤੁਸੀਂ ਆਪਣੇ ਸਿੱਖੇ ਤੋਂ ਡਰ ਰਹੇ ਹੋ, ਇੱਕ ਗੁਰੂ ਆਪਣੇ ਸ਼ਿਸ਼ੇ ਤੋਂ ਡਰ ਰਿਹਾ ਹੈ, ਜਿਹਨੂੰ ਸਿਖਾਉਣ ਵਾਲਾ ਗੁਰੂ, ਸਮਝਾਉਣ ਵਾਲਾ ਗੁਰੂ, ਦੱਸਣ ਵਾਲਾ ਗੁਰੂ, ਉਹ ਗੁਰੂ ਆਪ ਡਰ ਰਿਹਾ ਹੈ, ਡਰਨਾ ਤਾਂ ਕਿਹਨੂੰ ਡਰਨਾ ਚਾਹੀਦਾ ਸੀ, ਅਰਜੁਨ ਨੂੰ ਡਰਨਾ ਚਾਹੀਦਾ ਸੀ, ਸ਼ਿਸ਼ੇ ਨੂੰ ਡਰਨਾ ਚਾਹੀਦਾ ਸੀ ਕਿ ਅੱਗੇ ਗੁਰੂ ਹੈ ਭਾਈ, ਉਹਨੇ ਮੈਨੂੰ ਸਿਖਾਇਆ, ਉਹਨੇ ਹੀ ਮੈਨੂੰ, ਤਾਂ ਜਿਹੜਾ ਸਿਖਾਉਣ ਵਾਲਾ ਕਿੱਡਾ ਮਾਹਿਰ ਹੋਏਗਾ। ਤਾਂ ਹੁਣ ਜ਼ਰਾ ਗੌਰ ਕਰਨ ਦੀ ਗੱਲ ਹੈ, ਜਦੋਂ ਦੁਰਯੋਧਨ ਨੇ ਸਵਾਲ ਕੀਤਾ ਨਾ ਕਿ ਮਹਾਰਾਜ ਡਰਨਾ ਅਰਜੁਨ ਨੂੰ ਚਾਹੀਦਾ ਹੈ ਔਰ ਡਰ ਤੁਸੀਂ ਰਹੇ ਹੋ, ਇਹ ਕਿਉਂ, ਇਹ ਕਾਹਤੇ, ਤਾਂ ਗੁਰੂ ਦਰੋਣ ਨੇ ਜੋ ਗੱਲ ਕਹੀ ਨਾ, ਬੜੀ ਦਿਲ 'ਚ ਬੈਠਣ ਵਾਲੀ ਗੱਲ ਹੈ, ਦਿਲ 'ਚ ਵਸਾਉਣ ਵਾਲੀ ਗੱਲ ਹੈ, ਇਹ ਯਾਦ ਰੱਖਣ ਵਾਲੀ ਗੱਲ ਹੈ। ਉਹ ਗੁਰੂ ਦਰੋਣ ਨੇ ਕਿਹਾ ਦੁਰਯੋਧਨ ਇਹ ਗੱਲ ਸਹੀ ਹੈ ਤੇਰੀ ਕਿ ਅਰਜੁਨ ਨੂੰ ਤੀਰ ਚਲਾਉਣਾ ਮੈਂ ਸਿਖਾਇਆ, ਨਿਸ਼ਾਨਾ ਲਾਉਣਾ ਮੈਂ ਸਿਖਾਇਆ, ਵਿੱਦਿਆ ਮੈਂ ਦਿੱਤੀ ਉਹਨੂੰ, ਦ੍ਰਿਸ਼ ਵਿੱਦਿਆ ਮੈਂ ਸਿਖਾਈ ਹੈ ਉਸਨੂੰ, ਪਰ ਫਿਰ ਵੀ ਮੈਨੂੰ ਡਰ ਤਾਂ ਲੱਗ ਰਿਹਾ ਹੈ। ਹੁਣ ਜ਼ਰਾ ਗੌਰ ਕਰਨਾ, ਮੈਨੂੰ ਡਰ ਤਾਂ ਲੱਗ ਰਿਹਾ ਹੈ ਕਿਉਂਕਿ ਉਹ ਮੇਰੇ ਨਾਲ ਤੂੰ ਖੜਾ ਹੈ, ਤਾਂ ਅਰਜੁਨ ਦੇ ਨਾਲ ਸ਼੍ਰੀ ਕ੍ਰਿਸ਼ਨ ਖੜੇ ਹੈ, ਮੈਂ ਅਰਜੁਨ ਦੇ ਬਾਰਾਂ ਤੋਂ ਨਹੀਂ ਡਰਦਾ। ਉਹ ਜਿਹੜੀ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਨਾ ਉਹਦੇ ਨਾਲ ਜੁੜੀ ਹੋਈ, ਉਹਨਾਂ ਦਾ ਗਿਆਨ ਜੁੜਿਆ ਹੋਇਆ ਹੈ, ਉਹਨਾਂ ਦੀ ਸਮਝ ਜੁੜੀ ਹੋਈ ਹੈ, ਉਹ ਰਹਿਮਤ ਜੁੜੀ ਹੋਈ ਹੈ, ਜਦੋਂ ਆਪਾਂ ਰਹਿਮਤ ਦੇ ਲਫ਼ਜ਼ਾਂ 'ਚ ਕਹਿ ਲਈਏ, ਕਿ ਉਹ ਤੋਂ ਮੈਨੂੰ ਡਰ ਲੱਗਦਾ ਹੈ ਕਿ ਮੈਂ ਲੜ ਜ਼ਰੂਰ ਰਿਹਾ ਹਾਂ, ਪਰ ਮੈਨੂੰ ਇੰਨਾ ਪਤਾ ਜਿੱਥੇ ਭਗਵਾਨ ਖੜੇ ਹੋਣ ਉੱਥੇ ਜਿੱਤ ਭਗਵਾਨ ਦੀ ਹੋਣੀ ਹੈ, ਕਿਉਂਕਿ ਮੇਰੇ ਨਾਲ ਸ਼ੈਤਾਨ ਖੜਾ ਹੈ ਯਾਨੀ ਬੁਰਾ ਖੜਾ ਹੈ, ਤਾਂ ਉਹਦੇ ਨਾਲ ਭਗਵਾਨ ਖੜੇ ਅੱਛਾ ਖੜਾ ਹੈ, ਔਰ ਜਿੱਥੇ ਅੱਛਾਈ ਹੋਵੇ, ਜਿੱਥੇ ਸੱਚਾਈ ਹੋਵੇ, ਉੱਥੇ ਵੀ ਅੱਗੇ ਜਿੱਡੀ ਮਰਜ਼ੀ ਬੜੀ। ਹਾਲਾਂਕਿ ਇਹ ਗੱਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੌਰਵਾਂ ਦੀ ਸੈਨਾ
ਪਾਂਡਵਾਂ ਦੀ ਸੈਨਾ ਨਾਲੋਂ ਕਈ ਗੁਣਾ ਜ਼ਿਆਦਾ ਸੀ, ਔਰ ਕੌਰਵਾਂ ਦੀ ਸੈਨਾ 'ਚ ਯੋਧਾ ਵੀ ਬੜੇ ਸੀ। ਇੱਧਰ ਸਿਰਫ ਅਰਜੁਨ ਹੀ ਸੀ, ਉੱਧਰ ਕੌਣ ਕੌਣ ਸੀ ਜਰਾ ਗੌਰ ਕਰਨਾ। ਧਨੁਸ਼ ਚਲਾਉਣ ਵਾਲਾ, ਤੀਰ ਚਲਾਉਣ ਵਾਲਾ ਭੀਸ਼ਮ ਪਿਤਾਮਾ, ਸਭ ਤੋਂ ਬੜੇ ਤੀਰ ਅੰਦਾਜ਼, ਗੁਰੂ ਦਰੋਣ ਤੀਰ ਅੰਦਾਜ਼, ਕਰਨ ਵਰਗੇ ਮਹਾਰਥੀ, ਐਡੇ ਵੱਡੇ ਤੀਰ ਅੰਦਾਜ਼। ਜਾਂ ਹੋਰ ਤੁਸੀਂ ਅਗਰ ਇਹ ਤੁਸੀਂ ਲਿਸਟ ਦੇਖੋ ਨਾ, ਜਾ ਕੇ ਨੈੱਟ 'ਤੇ ਚੈੱਕ ਕਰ ਲਓ, ਤਾਂ ਤੁਹਾਨੂੰ ਆਪ ਆਏਗਾ ਕਿ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀ ਕਿ ਪਾਂਡਵ ਜਿੱਤਣਗੇ। ਸਭ ਨੂੰ ਸੀਗਾ ਕੌਰਵਾਂ ਦੀ ਜਿੱਤ ਹੋਣੀ, ਕਿਉਂਕਿ ਇਹਨਾਂ ਦੇ ਯੋਧਾ ਬਹੁਤ ਜ਼ਬਰਦਸਤ ਹੈ, ਬੜੇ ਯੋਧਾ ਹੈ ਬਈ, ਸੈਨਾ ਵੀ ਜ਼ਿਆਦਾ, ਗਿਣਤੀ ਵੀ ਜ਼ਿਆਦਾ ਹੈ, ਇੱਧਰ ਯੋਧਾ ਵੀ ਘੱਟ ਹੈ ਤਾਂ ਗਿਣਤੀ ਵੀ। ਪਰ ਸ਼੍ਰੀ ਕ੍ਰਿਸ਼ਨ, ਹੁਣ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਹੈ ਕਿ ਸਾਡੇ ਸਾਥ ਕੌਣ ਹੈ। ਤਾਂ ਹੀ ਤਾਂ ਅਸੀਂ ਕਹੀਦਾ ਹੈ ਕਿ ਇਸੇ ਫਰਕ ਨਹੀਂ ਪੜਤਾ ਕਿ ਹਮਾਰੇ ਖਿਲਾਫ ਕਿਤਨੇ ਹੈ, ਬਸ ਸਾਥ ਦੇਣੇ ਵਾਲਾ ਦਮਦਾਰ ਹੋਣਾ ਚਾਹੀਏ, ਜਿਹੜਾ ਸਾਡੇ ਨਾਲ ਖੜਾ ਹੈ ਨਾ ਉਹ ਦਮਦਾਰ ਹੋਣਾ ਚਾਹੀਦਾ ਹੈ, ਤਾਂ ਕੋਈ ਫਰਕ ਨਹੀਂ ਪੈਂਦਾ ਸਾਡੇ ਖਿਲਾਫ ਕਿੰਨੇ। ਤਾਂ ਹੀ ਤਾਂ ਅਰਜੁਨ ਨੇ ਸਮਝਦਾਰੀ ਦਿਖਾਈ ਸੀ, ਅਰਜੁਨ ਨੇ ਸ਼੍ਰੀ ਕ੍ਰਿਸ਼ਨ ਦੀ ਸੈਨਾ ਨਹੀਂ ਮੰਗੀ, ਉਹਨੇ ਮੰਗਿਆ ਸ਼੍ਰੀ ਕ੍ਰਿਸ਼ਨ ਦਾ। ਤਾਂ ਹੀ ਤਾਂ ਅਸੀਂ ਹਮੇਸ਼ਾ ਗੱਲ ਕਹੀਦੀ ਹੈ ਕਿ ਇਨਸਾਨ ਦਾ ਚੁਣਾਵ ਸਹੀ ਹੋਣਾ ਚਾਹੀਦਾ ਹੈ। ਅਗਰ ਇਨਸਾਨ ਚੁਣਾਵ ਸਹੀ ਕਰਦਾ ਹੈ ਨਾ, ਅਰਜੁਨ ਦਾ ਪਹਿਲਾ ਚੁਣਾਵ ਹੀ ਸਹੀ ਸੀ, ਪਹਿਲਾ ਫੈਸਲਾ ਸਹੀ ਸੀ। ਕਿਹੜਾ ਫੈਸਲਾ ਸੀ ਅਰਜੁਨ ਦਾ? ਮੈਨੂੰ ਸ਼੍ਰੀ ਕ੍ਰਿਸ਼ਨ ਚਾਹੀਦੇ, ਸੈਨਾ ਨਹੀਂ ਚਾਹੀਦੀ। ਹੁਣ ਜਰਾ ਗੌਰ ਕਰਨਾ, ਪਹਿਲਾ ਫੈਸਲਾ ਅਰਜੁਨ ਦਾ ਇਹੀ ਸੀ ਕਿ ਮੈਨੂੰ ਸ਼੍ਰੀ ਕ੍ਰਿਸ਼ਨ ਚਾਹੀਦੇ ਹੈ। ਪਹਿਲਾ ਚੁਣਾਵ ਹੀ ਉਹਦਾ ਭਗਵਾਨ ਦਾ ਸੀ ਕਿ ਮੈਨੂੰ ਭਗਵਾਨ ਚਾਹੀਦੇ ਹੈ, ਸ਼੍ਰੀ ਕ੍ਰਿਸ਼ਨ ਚਾਹੀਦੇ ਹੈ। ਔਰ ਦੇਖੋ ਪਹਿਲਾ ਚੁਣਾਵ, ਪਹਿਲਾ ਫੈਸਲਾ ਅਰਜੁਨ ਦਾ ਕਿ ਮੈਨੂੰ ਕ੍ਰਿਸ਼ਨ ਚਾਹੀਦੇ ਹੈ, ਉਹ ਐਸਾ ਸੀ ਕਿ ਉਸ ਪਹਿਲੇ ਫੈਸਲੇ ਨੇ, ਪਹਿਲੇ ਚੁਣਾਵ ਨੇ ਉਹਨੂੰ ਪੂਰੀ ਯੁੱਧ, ਪੂਰੀ ਜੰਗ ਹੀ ਜਿਤਾ ਦਿੱਤੀ, ਉਹਦੇ ਜੀਵਨ ਦੀ ਦਿਸ਼ਾ ਹੀ ਬਦਲ ਦਿੱਤੀ। ਅੱਜ ਇਨਸਾਨ ਆਪਣੇ ਜੀਵਨ ਨੂੰ ਦੇਖੇ ਤਾਂ ਇਨਸਾਨ ਪਤਾ ਕੀ ਕਹਿੰਦਾ ਹੈ, ਇਹ ਭਗਵਾਨ ਮੈਨੂੰ ਨੌਕਰੀ ਚਾਹੀਦੀ ਹੈ, ਮੈਨੂੰ ਧੀ ਚਾਹੀਦੀ ਹੈ, ਮੈਨੂੰ ਪੁੱਤ ਚਾਹੀਦਾ, ਮੇਰੀ ਸ਼ਾਦੀ ਨਹੀਂ ਹੁੰਦੀ, ਸ਼ਾਦੀ ਕਰ ਦੇ, ਇਹ ਭਗਵਾਨ ਮੇਰਾ ਕੰਮ ਨਹੀਂ ਚੱਲਦਾ, ਕੰਮ ਚੱਲ। ਉਹ ਪਹਿਲਾ ਚੁਣਾਵ ਕੀ ਹੈ ਤੁਹਾਡਾ? ਪਹਿਲਾਂ ਮੰਗੋ ਕਿ ਬਾਕੀ ਗੱਲਾਂ ਬਾਅਦ ਚਾਹੇ, ਮੇਰੇ ਮਾਲਿਕ, ਮੇਰੇ ਭਗਵਾਨ, ਪਹਿਲਾਂ ਮੈਨੂੰ ਤੂੰ ਚਾਹੀਦਾ ਹੈ। ਉਹ ਜੇ ਭਗਵਾਨ ਹੋ ਗਿਆ ਤਾਂ ਜ਼ਿੰਦਗੀ ਦਾ ਸਾਰੀਆਂ ਜੰਗਾਂ ਤੁਸੀਂ ਜਿੱਤਦੇ ਚਲੇ ਜਾਓਗੇ। ਪਰ ਇਹ ਤਾਂ ਉਹੀ ਗੱਲ ਹੋ ਗਈ, ਦੁਰਯੋਧਨ ਕ੍ਰਿਸ਼ਨ ਕੋਲ ਜਾ ਕੇ ਕਹਿੰਦੇ ਮੈਨੂੰ ਸੈਨਾ ਚਾਹੀਦੀ ਤੁਹਾਡੀ, ਸ਼੍ਰੀ ਕ੍ਰਿਸ਼ਨ ਨੇ ਲੈ ਜਾ। ਅੱਜ ਬੰਦਾ ਵੀ ਜਾ ਕੇ ਕੀ ਕਹਿੰਦਾ ਜੀ, ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ, ਮੈਨੂੰ ਆਹ ਦੇ ਦਿਓ, ਯਾਨੀ ਦੁਨੀਆਂ ਨੂੰ ਮੰਗ ਕੇ ਆ ਜਾਂਦੇ ਆ। ਤਾਂ ਯਾਦ ਰੱਖੋ, ਆ ਦੁਰਯੋਧਨ ਵੀ ਸ਼੍ਰੀ ਕ੍ਰਿਸ਼ਨ ਕੋਲ ਹੀ ਮੰਗਣ ਗਿਆ ਸੀ, ਪਰ ਮੰਗੀ ਸੈਨਾ ਤਾਂ ਹਾਰ ਹੋਈ, ਸਭ ਕੁਛ ਗਵਾ ਲਿਆ। ਅਰਜੁਨ ਵੀ ਸ਼੍ਰੀ ਕ੍ਰਿਸ਼ਨ ਦੇ ਕੋਲ ਹੀ ਗਿਆ ਸੀ, ਪਰ ਅਰਜੁਨ ਨੇ ਮੰਗਿਆ ਸ਼੍ਰੀ ਕ੍ਰਿਸ਼ਨ ਨੂੰ, ਤਾਂ ਸਭ ਕੁਛ ਉਹਨੂੰ ਮਿਲ ਗਿਆ। ਜਰਾ ਸੋਚ ਕੇ ਦੇਖਣਾ, ਵਿਚਾਰ ਕਰਨ ਵਾਲੀ ਗੱਲ ਹੈ। ਦੁਰਯੋਧਨ ਨੇ ਸੈਨਾ ਕਿਉਂ ਮੰਗੀ? ਕਿ ਮੈਂ ਜਿੱਤੂਗਾ, ਰਾਜ ਮੇਰਾ ਹੋਏਗਾ। ਕੀ ਹੋਏਗਾ? ਰਾਜ ਮੇਰਾ ਹੋਏਗਾ ਜੇ ਮੈਂ ਜਿੱਤ ਗਿਆ, ਚਾਰੋਂ ਪਾਸੇ ਮੇਰੀ ਜੈ ਜੈਕਾਰ ਹੋਏਗੀ, ਚਾਰੋਂ ਪਾਸੇ ਮੇਰਾ ਨਾਮ ਹੋਏਗਾ, ਮੈਂ ਸੁੱਖ ਨਾਲ ਜੀਵਨ ਬਤੀਤ ਕਰੂੰਗਾ। ਇਹ ਸੋਚ ਕੇ ਸੈਨਾ ਮੰਗੀ ਸੀ, ਪਰ ਮਿਲਿਆ ਕੀ ਉਹਨੂੰ? ਨਾ ਰਾਜ ਮਿਲਿਆ, ਨਾ ਜੈ ਜੈਕਾਰ ਹੋਈ। ਅੱਜ ਥੂ ਥੂ ਹੋ ਰਹੀ ਹੈ। ਅੱਜ ਕਿਹੜਾ ਜਿਹੜਾ ਦੁਰਯੋਧਨ ਦਾ ਨਾਮ ਇੱਜ਼ਤ ਨਾਲ ਲਵੇ? ਸਮਝਦੇ ਹੋ ਕਿ ਨਹੀਂ? ਅੱਜ ਫਿਰ ਕਹਾਂਗੇ ਕਿ ਜੈ ਜੈਕਾਰ ਵੀ ਨਹੀਂ ਹੋਈ, ਰਾਜ ਵੀ ਨਹੀਂ ਮਿਲਿਆ, ਕੋਈ ਸੁੱਖ ਵੀ। ਇੱਥੇ ਤੱਕ ਕਿ 100 ਭਰਾ ਵੀ, ਯਾਨੀ ਕੌਰਵ ਕਹਿੰਦੇ ਨਾ 100 ਸੀ ਕੌਰਵਾਂ ਦੀ ਗਿਣਤੀ, 99 ਭਰਾ ਵੀ ਦੁਰਯੋਧਨ ਦੇ ਨਾਲ ਹੀ ਖਤਮ ਹੋਏ ਉਸ ਯੁੱਧ ਦੇ ਵਿੱਚ, ਪੂਰਾ ਵੰਸ਼ ਖਤਮ ਹੋ ਗਿਆ। ਯਾਨੀ ਦੱਸਣਾ ਕੀ ਚਾਹੁੰਦੇ, ਭੀਸ਼ਮ ਵੀ ਗਏ, ਗੁਰੂ ਦਰੋਣ ਵੀ ਗਏ, ਕਿੰਨੇ ਯੋਧਾ ਮਹਾਰਥੀ ਕਰਨ ਵਰਗੇ ਚਲੇ ਗਏ, ਕਿਸ ਦੇ ਨਾਲ? ਦੁਰਯੋਧਨ ਦੇ ਇੱਕ ਫੈਸਲੇ ਦੇ ਨਾਲ, ਮੈਨੂੰ ਸੈਨਾ ਚਾਹੀਦੀ ਹੈ। ਅੱਜ ਜੇ ਬੰਦਾ ਸੋਚੇ ਕਿ ਮੈਂ ਵੀ ਭਗਵਾਨ ਕੋਲ ਜਾ ਕੇ ਨਾ ਆਪਣੇ ਆਹ ਚੀਜ਼ ਮੰਗ ਲਵਾਂ, ਮੈਨੂੰ ਸੁੱਖ ਮਿਲੇਗਾ, ਮੈਨੂੰ ਰਾਜ ਮਿਲੇਗਾ, ਮੈਨੂੰ ਇਹ ਮਿਲੇਗਾ, ਮੈਨੂੰ ਬੋਹ ਮਿਲੇਗਾ,
ਪਰ ਇੱਕ ਗੱਲ ਯਾਦ ਰੱਖੋ, ਰਾਜ ਉਹਨਾਂ ਨੂੰ ਹੀ ਮਿਲਦਾ ਹੈ, ਜੈ ਜੈਕਾਰ ਦੁਨੀਆਂ ਤੇ ਉਹਨਾਂ ਦੀ ਹੁੰਦੀ ਹੈ, ਨਾਮ ਉਹਨਾਂ ਨੂੰ ਹੀ ਉੱਚਾ ਹੁੰਦਾ ਹੈ, ਜਿੱਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਦੁਨੀਆਂ ਨੂੰ ਛੱਡ ਕੇ ਉਹ ਭਗਵਾਨ ਨੂੰ ਮੰਗਦੇ ਹੈ, ਜਿਹੜੇ ਪਰਮਾਤਮਾ ਨੂੰ ਮੰਗਦੇ ਕਿ ਮੇਰੇ ਰੱਬ ਮੇਰੇ ਮਾਲਿਕ ਪਹਿਲਾਂ ਤੂੰ ਮੇਰੇ ਨਾਲ ਚਾਹੀਦਾ ਮੈਨੂੰ, ਬਾਕੀ ਸਭ ਤਾਂ ਆਪਣੇ ਆਪ ਹੀ ਆ ਜਾਏਗਾ। ਇਸ ਲਈ ਅਸੀਂ ਕਈ ਵਾਰ ਦੱਸਿਆ ਕਿ ਤੁਹਾਡਾ ਨਾ ਪਹਿਲਾ ਫੈਸਲਾ ਪਹਿਲਾ ਚੁਣਾਵ ਹੀ ਇਹ ਸਿੱਧ ਕਰਦਾ ਹੈ, ਤੁਹਾਡੀ ਮੰਗ ਹੀ ਸਿੱਧ ਕਰਦੀ ਕਿ ਅੱਗੇ ਕੀ ਹੋਣਾ ਹੈ। ਕਈ ਬੰਦੇ ਕਹਿ ਦਿੰਦੇ ਹੈ ਕਿ ਸਭ ਕੁਝ ਭਾਗਿਆ ਦੇ ਹੱਥ ਵਿੱਚ ਹੈ, ਕਿਹਦੇ ਹੱਥ ਵਿੱਚ ਹੈ? ਅੱਛਾ ਕਿਹੜਾ ਕਿਹੜਾ ਮੰਨਦਾ ਸਭ ਕੁਝ ਭਾਗਿਆ ਦੇ ਹੱਥ ਵਿੱਚ ਹੈ? ਜਵਾਬ ਦੇਣਾ, ਮੰਨਦੇ ਤਾਂ ਸਾਰੇ ਹੀ ਹੁੰਦੇ ਪਰ ਇੱਥੇ ਨਹੀਂ ਬੋਲਣਾ ਕਿਸੇ ਨੇ। ਹੁਣ ਚਲੋ ਜੇ ਸਾਨੂੰ ਪੁੱਛੋ ਕਿ ਲੈ ਵੀ ਭਾਗਿਆ 'ਚ ਪਰਮਾਤਮਾ ਨੇ ਸਭ ਕੁਝ ਲਿਖਿਆ ਹੋਇਆ, ਸਭ ਕੁਝ ਭਾਗਿਆ ਦੇ ਹੱਥ 'ਚ, ਜੋ ਭਾਗਿਆ ਹੁੰਦਾ ਉਹੀ ਹੁੰਦਾ ਹੈ, ਇੱਦਾਂ ਬੰਦਾ ਕਹਿੰਦਾ ਕਿ ਨਹੀਂ ਕਿ ਉਹੀ ਹੋਣਾ ਜੋ ਕਿਸਮਤ 'ਚ ਲਿਖਿਆ ਹੈ, ਇਹੀ ਬੰਦਾ ਕਹਿੰਦਾ ਹੈ? ਅੱਛਾ ਚਲੋ ਇੱਕ ਆਪਣਾ ਇੱਕ ਹੱਥ ਉਠਾਓ ਉੱਪਰ, ਕੋਈ ਇੱਕ ਹੱਥ। ਹੁਣ ਕਈਆਂ ਨੇ ਖੱਬਾ ਉਠਾਇਆ, ਕਈਆਂ ਨੇ ਸੱਜਾ ਉਠਾਇਆ, ਇਹ ਭਾਗਿਆ 'ਚ ਲਿਖਿਆ ਜੀ ਤੁਸੀਂ ਉਠਾਇਆ ਹੈ? ਜਵਾਬ ਨਹੀਂ, ਜਵਾਬ ਦਿਓ ਸਾਨੂੰ, ਤੁਸੀਂ ਉਠਾਇਆ ਨਾ, ਇਹਦਾ ਮਤਲਬ ਤੁਹਾਡੇ ਕੋਲ ਚੁਣਾਵ ਕਰਨ ਦੀ ਸ਼ਕਤੀ ਹੈ, ਤੁਸੀਂ ਸੱਜਾ ਉਠਾਉਣਾ ਹੈ, ਤੁਸੀਂ ਖੱਬਾ ਉਠਾਉਣਾ, ਇਹਦੇ ਭਾਗਿਆ ਦਾ ਕੋਈ ਦੋਸ਼ ਨਹੀਂ ਹੈ ਜਾਂ ਭਾਗਿਆ ਦਾ ਕੋਈ ਰੋਲ ਨਹੀਂ ਹੈ, ਤੁਸੀਂ ਪੈਰ ਖੱਬਾ ਅੱਗੇ ਵਧਾਉਣਾ ਸੱਜਾ ਵਧਾਉਣਾ ਹੈ, ਲੈਫਟ ਜਾਂ ਰਾਈਟ, ਇਹ ਤੁਹਾਡੇ ਹੱਥ 'ਚ ਹੈ। ਹੁਣ ਜੇ ਬੰਦਾ ਕਹੇ ਭਾਗਿਆ ਨੇ ਪਹਿਲੇ ਲਿਖਿਆ ਤਾਂ ਮਤਲਬ ਮੈਂ ਨਹੀਂ ਹੱਥ ਲਾਉਂਦਾ, ਭਾਗਿਆ ਉਠਾ, ਸਮਝਦੇ ਹੋ ਕਿ ਨਹੀਂ? ਸੋ ਦੱਸਣਾ ਕੀ ਚਾਹੁੰਦੇ ਹਾਂ ਅਸੀਂ ਕਿ ਪਰਮਾਤਮਾ ਨੇ ਸਾਨੂੰ ਇੱਕ ਤਾਕਤ ਦਿੱਤੀ ਹੈ ਚੁਆਇਸ ਦੀ, ਚੁਣਾਵ ਦੀ, ਜਿੱਦਾਂ ਦਾ ਅਸੀਂ ਚੁਣਾਵ ਕਰਨਾ ਸਾਡਾ ਭਾਗਿਆ ਉਦਾਂ ਦਾ ਹੀ। ਅਗਰ ਅਰਜੁਨ ਦੀ ਜਗ੍ਹਾ ਦੁਰਯੋਧਨ ਸ਼੍ਰੀ ਕ੍ਰਿਸ਼ਨ ਦਾ ਚੁਣਾਵ ਕਰ ਲੈਂਦਾ ਤਾਂ ਫਿਰ ਕੀ ਹੋਣਾ ਸੀ? ਫਿਰ ਜਿੱਤ ਦੁਰਯੋਧਨ ਦੀ ਹੋਣੀ ਸੀ, ਸਮਝ ਲੈਣਾ। ਇਹਦਾ ਮਤਲਬ ਭਾਗਿਆ ਨੇ ਨਹੀਂ ਹਰਾਇਆ ਦੁਰਯੋਧਨ ਨੂੰ, ਕਿਸਮਤ ਨੇ ਨਹੀਂ ਹਰਾਇਆ, ਦੁਰਯੋਧਨ ਦੇ ਗਲਤ ਚੁਣਾਵ ਨੇ, ਗਲਤ ਫੈਸਲੇ ਨੇ ਹਰਾਇਆ ਉਸਨੂੰ। ਅਗਰ ਦੁਰਯੋਧਨ ਸਹੀ ਫੈਸਲਾ, ਹੁਣ ਅਸੀਂ ਕਈ ਵਾਰ ਦੱਸੀਦਾ ਹੈ, ਹੁਣ ਫਰਜ਼ ਕਰੋ ਕਰ ਕਹਿੰਦੇ ਨਾ ਕੰਸ, ਕੰਸ ਕੌਣ ਸੀ ਭਲਾ? ਪਤਾ ਨਾ, ਸ਼੍ਰੀ ਕ੍ਰਿਸ਼ਨ ਦੇ ਮਾਮਾ ਜੀ ਸੀ। ਹੁਣ ਕੰਸ ਨੂੰ ਕਿਹਨਾਂ ਮਾਰਿਆ? ਕੰਸ ਦੀ ਮੌਤ ਕਿੱਦਾਂ ਹੋਈ? ਜਵਾਬ ਦੇ ਦਿਓ ਥੋੜ੍ਹਾ ਜਿਹਾ। ਸ਼੍ਰੀ ਕ੍ਰਿਸ਼ਨ ਦੇ ਹੱਥੋਂ ਹੋਈ ਨਾ ਮੌਤ, ਕਿਉਂ ਹੋਈ? ਕਿਉਂਕਿ ਕਹਿੰਦੇ ਬਚਪਨ 'ਚ ਭਵਿੱਖਬਾਣੀ ਕਰਤੀ ਸੀ, ਜਦੋਂ ਹਾਲੇ ਕਿ ਵਾਸੂਦੇਵ ਔਰ ਦੇਵਕੀ ਦੀ ਸ਼ਾਦੀ ਹੋਈ ਸੀ, ਜਦੋਂ ਰੱਥ ਵਿੱਚ ਜਾ ਰਹੇ ਸੀ ਤਾਂ ਭਵਿੱਖਬਾਣੀ ਹੋਈ, ਉਹ ਕੰਸ ਇਹ ਦੇਵਕੀ ਦੇ ਪੁੱਤਰ ਨੇ ਤੇਰੀ ਜਾਨ ਲੈਣੀ ਹੈ, ਤਾਂ ਫਿਰ ਕਹਿੰਦੇ ਕੰਸ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫੜ ਕੇ ਉਹਨਾਂ ਨੂੰ ਕੈਦ ਕਰ ਲਿਆ, ਔਰ ਕੈਦ ਵਿੱਚ ਹੀ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਤਾਂ ਹੁਣ ਜ਼ਰਾ ਦੇਖੋ, ਚੁਣਾਵ ਸੀ ਕੰਸ ਦਾ, ਚੁਣਾਵ ਸੀ ਕੰਸ ਦਾ ਕਿ ਹੈ ਮੇਰੀ ਭੈਣ ਦੇ ਬੇਟੇ ਨੇ ਮੇਰੀ ਜਾਨ ਲੈਣੀ ਹੈ ਤਾਂ ਮੈਂ ਬੇਟਾ ਹੀ ਪੈਦਾ ਨਹੀਂ ਹੋਣ ਦੇਣਾ, ਮਾਰ ਦੇਣੇ ਸਾਰੇ ਮੈਂ, ਸਮਝਣਾ ਜ਼ਰਾ ਸਾਰਿਆਂ ਨੇ। ਹੁਣ ਇਹ ਚੁਣਾਵ ਹੀ ਗਲਤ ਹੋ ਰਿਹਾ, ਪਹਿਲੇ ਗਲਤ ਹੋ ਗਿਆ, ਫਿਰ ਕੀ ਹੋਇਆ? ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਤਾਂ ਕੰਸ ਭੇਜਦਾ ਰਿਹਾ, ਕਦੀ ਪੂਤਨਾ ਭੇਜੀ ਮਾਰਨ ਵਾਸਤੇ, ਕਦੀ ਕਿਸੇ ਨੂੰ ਭੇਜਿਆ ਮਾਰਨ ਵਾਸਤੇ, ਕਦੀ ਇਹ ਚੁਣਾਵ ਹੀ ਗਲਤ ਸੀ। ਜ਼ਰਾ ਸੋਚੋ, ਅਗਰ ਕੰਸ ਸਾਡੇ ਕੋਲ ਹੁੰਦਾ ਨਾ, ਇਹ ਸਲਾਹ ਦੇਣੀ ਸੀ, ਓਏ ਕੰਸ ਕੀ ਕਰ ਰਿਹਾ ਤੂੰ, ਆਹ ਕਿੱਦਾਂ ਦਾ ਚੁਣਾਵ ਕਰ ਰਿਹਾ, ਉਹ ਛੱਡ, ਇੱਦਾਂ ਨਾ ਕਰ, ਸ਼੍ਰੀ ਕ੍ਰਿਸ਼ਨ ਨੂੰ ਆਪਣਾ ਦੁਸ਼ਮਣ ਨਾ ਸਮਝ, ਉਹਨਾਂ ਨੂੰ ਆਪਣਾ ਭਗਵਾਨ ਸਮਝ, ਉਹਨਾਂ ਨੂੰ ਆਪਣਾ ਮਿੱਤਰ ਸਮਝ, ਮਾਂ ਦਾ ਖਿਆਲ ਰੱਖ, ਬਾਪ ਨਾਲ ਪਿਆਰ ਕਰ, ਔਰ ਜਦੋਂ ਬੱਚਾ ਪੈਦਾ ਹੋਵੇ ਤਾਂ ਉਹਨਾਂ ਬੱਚਿਆਂ ਨੂੰ ਇੰਨਾ ਪਿਆਰ ਦੇ, ਇੰਨਾ ਪਿਆਰ ਦੇ, ਉਹਨਾਂ ਨੂੰ ਆਪਣੇ ਕੋਲ ਰੱਖ, ਆਪਣੇ ਮਹਿਲਾਂ 'ਚ ਰੱਖ, ਆਪਣੇ ਨਾਲ ਰੱਖ, ਉਹਨਾਂ ਦੇ ਖਾਣ ਪਾਣ ਦਾ ਧਿਆਨ ਰੱਖ, ਜੇ ਸ਼੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ ਤਾਂ ਉਹਨਾਂ ਨਾਲ ਇੰਨਾ ਪਿਆਰ ਕਰ, ਇੰਨਾ ਪਿਆਰ ਕਰ ਕਿ ਉਹਨਾਂ ਨੂੰ ਤੇਰੇ ਨਾਲ ਇੰਨੀ ਮੁਹੱਬਤ ਹੋ ਜਾਵੇ ਕਿ ਮੌਤ ਤੇਰੇ ਵੱਲ ਆਵੇ ਤਾਂ ਆਪ ਅੱਗੇ ਖੜ ਜਾਣ ਕਿ ਮੈਂ ਨਹੀਂ ਆਪਣੇ ਮਾਮੇ ਨੂੰ ਕੁਛ ਹੋਣ ਦੇਣਾ, ਕਿਉਂਕਿ ਮੇਰੇ ਮਾਮਾ ਜਾਨ ਤੋਂ ਹੀ ਪਿਆਰਾ ਹੈ। ਕਿਉਂਕਿ ਜਿਹਦੇ ਨਾਲ ਤੁਹਾਨੂੰ ਪਿਆਰ ਹੋਵੇ ਜਾਂ ਜਿਹਨੂੰ ਤੁਸੀਂ ਪਿਆਰ ਕਰਦੇ ਹੋਵੋ, ਔਖੇ ਵੇਲੇ ਤੁਹਾਡੇ ਅੱਗੇ ਖੜ ਜਾਂਦਾ ਹੈ। ਬਲਕਿ ਕੰਸ ਨੂੰ ਤਾਂ ਕੀ ਕਹਿਣਾ ਚਾਹੀਦਾ ਸੀ? ਕੋਈ ਨਹੀਂ, ਜੇ ਮੇਰੇ
ਭਾਣਜੇ ਇੱਥੋਂ ਮੌਤ ਵੀ ਲਿਖੀ ਹੈ, ਉਹ ਦੇਖੀ ਜਾਏਗੀ, ਪਰ ਜਿੰਨਾ ਟਾਈਮ ਹੈ ਪਿਆਰ ਨਾਲ ਮੈਂ ਇਹਦੀ ਪਰਵਰਿਸ਼ ਕਰਾਂ, ਇਹਦੇ ਨਾਲ ਵਕਤ ਸਪੈਂਡ ਕਰਾਂ, ਔਰ ਫਿਰ ਕਹਾਂਗੇ। ਜੇ ਲਿਖਿਆ ਵੀ ਹੁੰਦਾ ਨਾ ਤਾਂ ਇਹ ਅਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਜੇ ਕੰਸ ਕ੍ਰਿਸ਼ਨ ਦੇ ਨਾਲ ਪਿਆਰ ਕਰਦਾ, ਉਹਨਾਂ ਨੂੰ ਆਪਣਾ ਸਮਝਦਾ, ਨਾਲ ਰੱਖਦਾ, ਤੇ ਗੱਲ ਪੱਕੀ ਹੈ। ਜੇ ਸ਼੍ਰੀ ਕ੍ਰਿਸ਼ਨ ਨੂੰ ਪਤਾ ਲੱਗਦਾ ਕਿ ਮਾਮੇ ਦੀ ਮੌਤ ਮੇਰੇ ਹੱਥੋਂ ਹੋਣੀ ਹੈ, ਤਾਂ ਉਹਨਾਂ ਨੇ ਲਿਖੀ ਵੀ ਬਦਲ ਦੇਣੀ ਸੀ, ਕਿਉਂਕਿ ਜਿਹੜਾ ਸਮਰੱਥ ਹੁੰਦਾ ਕਰ ਸਮਝ ਨਜ਼ਰ ਆ ਇਹ ਗੱਲ ਨੂੰ। ਇਸ ਲਈ ਕੰਸ ਦਾ ਚੁਣਾਵ ਵੀ ਗਲਤ ਹੋ ਗਿਆ, ਉਹਨੂੰ ਦੁਸ਼ਮਣ ਸਮਝ ਲਿਆ ਸ਼੍ਰੀ ਕ੍ਰਿਸ਼ਨ ਨੂੰ। ਅਗਰ ਦੁਸ਼ਮਣ ਸਮਝ ਲਿਆ, ਫੈਸਲਾ ਹੀ ਗਲਤ ਲੈ ਲਿਆ, ਤਾਂ ਗਲਤ ਫੈਸਲੇ ਨਾਲ ਹੀ ਪੂਰੀ ਜ਼ਿੰਦਗੀ ਬਰਬਾਦ। ਅਗਰ ਫੈਸਲਾ ਸਹੀ ਲੈ ਲੈਂਦਾ ਕਿ ਠੀਕ ਹੈ ਭਾਈ ਮਰਨਾ ਤਾਂ ਇੱਕ ਦਿਨ, ਤਾਂ ਜੇ ਸ਼੍ਰੀ ਕ੍ਰਿਸ਼ਨ ਭਗਵਾਨ ਹੈ ਤਾਂ ਭਗਵਾਨ ਦੇ ਇੱਥੋਂ ਤਾਂ ਮੌਤ ਕਿਸਮਤ ਵਾਲੇ ਨੂੰ ਮਿਲਦੀ ਹੈ। ਇਹ ਸੋਚ ਕੇ ਪੂਜਾ ਕਰਦਾ, ਉਹਨਾਂ ਨਾਲ ਪਿਆਰ ਕਰਦਾ, ਤਾਂ ਉਹ ਭਗਵਾਨ ਨਹੀਂ, ਉਹਦੀ ਮੌਤ ਅੱਗੇ ਆਪ ਖੜ ਜਾਣਾ ਸੀ ਕਿ ਲੈ ਹੁਣ ਨਹੀਂ ਮੈਂ ਤਾਂ ਇਹਨੂੰ ਕੁਛ ਹੋਣ ਦਿੰਦਾ, ਕਿਉਂਕਿ ਮੇਰਾ ਭਗਤ ਹੈ, ਇਹ ਮੈਨੂੰ ਪਿਆਰ ਕਰਨ ਵਾਲਾ ਹੈ। ਤਾਂ ਹੀ ਤਾਂ ਕਹਿੰਦੇ ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾਲ। ਇਹ ਗੁਰਬਾਣੀ 'ਚ ਗੁਰੂ ਵੀ ਫਰਮਾਨ ਕਰਦੇ ਆ ਕਿ ਸਾਡੀ ਬੰਨੀ ਹੋਈ, ਰੱਬ ਕਹਿੰਦਾ ਮੇਰੀ ਬੰਨੀ ਹੋਈ ਮੇਰੇ ਭਗਤ ਖੋਲ ਸਕਦੇ ਆ, ਪਰ ਜੇ ਮੇਰਾ ਭਗਤ ਬੰਨ ਦੇਵੇ, ਕਹਿ ਦਿਓ ਫਿਰ, ਕਹਿੰਦੇ ਫਿਰ ਨਹੀਂ ਮੈਂ ਖੋਲ ਸਕਦਾ। ਹੁਣ ਤੁਸੀਂ ਇਹ ਗੱਲ ਯਾਦ ਰੱਖਣਾ, ਇਸ ਲਈ ਫਿਰ ਤੁਹਾਨੂੰ ਕਹਾਂਗੇ, ਤੁਸੀਂ ਵੀ ਇਹ ਚੈੱਕ ਕਰਨਾ ਕਿ ਤੁਹਾਡਾ ਪਹਿਲਾ ਫੈਸਲਾ ਕੀ ਹੈ, ਤੁਹਾਡਾ ਚੁਣਾਵ ਕੀ ਹੈ, ਕਿਉਂਕਿ ਚੁਣਾਵ ਕਰਨ ਦੀ ਸ਼ਕਤੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਪਰ ਜਦੋਂ ਅਸੀਂ ਚੁਣਾਵ ਹੀ ਗਲਤ ਕਰਦੇ ਹਾਂ, ਅਸੀਂ ਰੱਬ ਨੂੰ ਛੱਡ ਕੇ, ਭਗਵਾਨ ਨੂੰ ਛੱਡ ਕੇ ਦੁਨੀਆਂ ਦਾ ਚੁਣਾਵ ਕਰ ਲੈਂਦੇ ਹਾਂ, ਤਾਂ ਫਿਰ ਉੱਥੇ ਗੱਲ ਵਿਗੜ ਜਾਂਦੀ ਹੈ। ਇੱਕ ਗੱਲ ਹੋਰ ਕਲੀਅਰ ਕਰਾਂਗੇ, ਜਿੱਦਾਂ ਫਿਰ ਆਈਏ ਪੁਆਇੰਟ 'ਤੇ ਕਿ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਨੂੰ ਮੰਗਿਆ ਸੀ, ਤਾਂ ਸ਼੍ਰੀ ਕ੍ਰਿਸ਼ਨ ਦੇ ਨਾਲ ਨਾਲ ਪੂਰੀ ਦੁਨੀਆਂ ਵੀ, ਰਾਜ ਵੀ, ਖੁਸ਼ੀਆਂ ਵੀ, ਇੱਜ਼ਤ ਮਾਣ ਸਭ ਕੁਛ ਮਿਲਿਆ ਕਿ ਨਹੀਂ ਉਹਨੂੰ? ਸੋ ਪਹਿਲਾ ਚੁਣਾਵ, ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚੁਣਾਵ ਕਰ, ਇਹ ਨਾ ਚੁਣਾਵ ਕਰ ਉੱਠਦੇ ਸਾਰੀ ਮੋਬਾਈਲ ਦੇਖਣਾ ਹੈ, ਕਿਹਨੂੰ ਮੈਸੇਜ ਆਏ, ਕਿਹਨੂੰ ਮੈਸੇਜ ਕੀਤੇ, ਆ ਕੀ ਹੋਇਆ। ਲੱਗਦਾ ਹੀ ਬੰਦਾ ਨਾ ਉੱਠਦਾ ਹੀ ਮੋਬਾਈਲ ਨੂੰ ਲੈ ਕੇ ਬਹਿ ਜਾਂਦਾ ਹੈ। ਪਹਿਲਾ ਚੁਣਾਵ ਤੇਰਾ ਕੀ ਹੋਣਾ ਚਾਹੀਦਾ, ਉੱਠ ਕੇ ਮੈਂ ਆਪਣੇ ਮਾਲਕ ਦਾ ਸਿਮਰਨ ਕਰਨਾ ਹੈ, ਆਪਣੇ ਮਾਲਕ ਦੀ ਬੰਦਗੀ ਕਰਨੀ, ਆਪਣੇ ਮਾਲਕ ਨੂੰ ਯਾਦ ਕਰਨਾ ਹੈ, ਉਹ ਪਰਮਾਤਮਾ ਪ੍ਰਭੂ ਨੂੰ ਥੋੜ੍ਹੀ ਦੇਰ ਬਹਿ ਕੇ, ਜਿਸਨੇ ਮੈਨੂੰ ਜ਼ਿੰਦਗੀ ਦਿੱਤੀ, ਜੀਵਨ ਦਿੱਤਾ ਹੈ। ਤਾਂ ਹੀ ਤਾਂ ਇੱਕ ਹੋਰ ਬਚਨ ਹੈ ਸ਼੍ਰੀ ਕ੍ਰਿਸ਼ਨ ਦਾ, ਉਹ ਕਹਿੰਦੇ ਜੈਸੇ ਸਮੁੰਦਰ ਕੋ ਸਾਗਰ ਕੋ ਪਾਰ ਕਰਨੇ ਕੇ ਲੀਏ ਨਾਓ ਹੀ ਇੱਕ ਜ਼ਰੀਆ ਹੈ। ਕਿਉਂਕਿ ਸਾਗਰ ਨੂੰ ਪਾਰ ਕਰਨਾ ਹੋਵੇ, ਉਸ ਵੇਲੇ ਨਾਓ ਹੁੰਦੀ ਸੀ, ਜਹਾਜ਼ ਨਹੀਂ ਹੁੰਦੇ ਸੀ, ਐਰੋਪਲੇਨ ਨਹੀਂ ਹੁੰਦੇ ਸੀ। ਅੱਜ ਕੱਲ੍ਹ ਤਾਂ ਬੰਦਾ ਪਲੇਨ 'ਚ ਬਹਿੰਦਾ ਹੈ ਤਾਂ ਸਾਗਰਾਂ ਤੋਂ ਪਾਰ ਚਲਾ ਜਾਂਦਾ, ਪਰ ਉਸ ਵੇਲੇ ਦੀ ਗੱਲ ਕਰ ਰਹੇ ਹੈ ਕਿ ਜੈਸੇ ਸਾਗਰ ਕੋ ਪਾਰ ਕਰਨੇ ਕੇ ਲੀਏ ਨਾਓ ਹੀ, ਨਾਓ ਯਾਨੀ ਕਸ਼ਤੀ, ਬੇੜੀ, ਜੈਸੇ ਸਾਗਰ ਕੋ ਪਾਰ ਕਰਨੇ ਕੇ ਲੀਏ ਨਾਓ ਹੀ ਇੱਕ ਜ਼ਰੀਆ ਹੈ, ਐਸੇ ਹੀ ਸੁਖ ਔਰ ਸ਼ਾਂਤੀ ਕੇ ਲੀਏ ਭਗਵਾਨ ਕਾ, ਭਗਵਾਨ ਕੀ ਭਗਤੀ ਹੀ ਇੱਕ ਸੀੜੀ ਹੈ। ਇਸ਼ਾਰਾ ਕਰ ਰਹੇ ਹੋ ਕਿ ਜੇ ਆਪਾਂ ਸੁੱਖ ਤੱਕ ਪਹੁੰਚਣਾ ਹੈ, ਸ਼ਾਂਤੀ ਤੱਕ ਪਹੁੰਚਣਾ ਹੈ, ਤਾਂ ਕਹਿੰਦੇ ਜਿਸ ਤਰ੍ਹਾਂ ਕਿਸੇ ਨੇ ਸਾਗਰ ਪਾਰ ਕਰਨਾ ਹੋਵੇ ਨਾ, ਸਮੁੰਦਰ ਪਾਰ ਕਰਨਾ ਹੋਵੇ, ਤੁਹਾਨੂੰ ਨਾਵ 'ਚ ਬੈਠਣਾ, ਕਿਉਂਕਿ ਸਮੁੰਦਰ ਏਡਾ ਬੜਾ ਹੁੰਦਾ ਕਿ ਉਹਨੂੰ ਤੈਰ ਕੇ ਪਾਰ, ਬੰਦਾ ਕੋਈ ਛੋਟੀ ਮੋਟੀ ਨਦੀ ਨਾਲਾ ਹੋਵੇ ਤਾਂ ਬੰਦਾ ਕਹਿੰਦਾ ਉਹ ਨਦੀ ਹੈ, ਉਹ ਸਾਹਮਣੇ ਕਿਹਾ ਤੈਰ ਕੇ ਪਾਰ ਕਰ ਜਾਂਦੇ ਆ, ਪਰ ਜੇ ਬੰਦਾ ਸੋਚੇ ਸਾਗਰ ਸਮੁੰਦਰ, ਤਾਂ ਫਿਰ ਤਾਂ ਸਮੁੰਦਰ ਦਾ ਕੋਈ ਔਰ ਸ਼ੋਰ, ਕਹਿੰਦੇ ਉਹਨੂੰ ਪਾਰ ਕਰਨਾ ਬੜਾ ਔਖਾ, ਉਹ ਤਾਂ ਨਾਵ 'ਚ ਬੈਠਾਂਗੇ ਤਾਂ ਫਿਰ ਹੀ ਪਾਰ ਜਾਵਾਂਗੇ। ਉਹ ਕਹਿੰਦੇ ਜੈਸੇ ਸਾਗਰ ਕੋ ਪਾਰ ਕਰਨੇ ਕੇ ਲੀਏ ਨਾਵ ਹੀ ਇੱਕ ਜ਼ਰੀਆ ਹੈ, ਐਸੇ ਹੀ ਸੁੱਖ ਔਰ ਸ਼ਾਂਤੀ ਕੋ ਪ੍ਰਾਪਤ ਕਰਨੇ ਕੇ ਲੀਏ ਈਸ਼ਵਰ ਕੀ ਭਗਤੀ ਹੀ ਇੱਕ ਜ਼ਰੀਆ ਹੈ, ਇੱਕ ਸੀੜੀ ਹੈ। ਸੀੜੀ ਯਾਨੀ ਜਿੱਥੇ ਚੜ੍ਹ ਕੇ ਅਸੀਂ, ਸੀੜੀ ਯਾਨੀ ਪੌੜੀ, ਉਹ ਜ਼ਰੀਆ
ਜਿਹਦੇ ਜ਼ਰੀਏ ਅਸੀਂ ਸੁੱਖ ਸ਼ਾਂਤੀ ਤੱਕ ਪਹੁੰਚ। ਹੁਣ ਸੋਚੋ ਜ਼ਰਾ, ਅਸੀਂ ਸੁੱਖ ਚਾਹੁੰਦੇ ਹਾਂ ਜੀਵਨ 'ਚ? ਆਵਾਜ਼ ਨਹੀਂ ਆਈ। ਸ਼ਾਂਤੀ ਚਾਹੁੰਦੇ ਹਾਂ ਤਾਂ ਹੁਣ ਜ਼ਰੀਆ ਕਿਹੜਾ ਹੈ? ਭਗਵਾਨ ਦੀ ਤਾਂ ਭਗਤੀ ਕਰਦਾ ਕੌਣ ਹੈ? ਸਿਮਰਨ ਕਰਦਾ ਕੌਣ ਹੈ? ਰੱਬ ਨੂੰ ਯਾਦ ਸਵੇਰੇ ਸਵੇਰੇ ਹੀ ਤਾਂ ਜਿੱਦਾਂ ਦੱਸਿਆ, ਕਿਸੇ ਨੇ ਉੱਠ ਕੇ ਅਖਬਾਰ ਫੜ ਲੈਣੀ ਹੈ, ਕਿਸੇ ਨੇ ਉੱਠ ਕੇ ਮੋਬਾਈਲ ਲਾ ਲੈਣਾ, ਕਿਸੇ ਨੇ ਟੀਵੀ ਲਾ ਲੈਣਾ ਹੈ, ਉਹ ਸ਼ੁਰੂਆਤ ਹੀ ਬੰਦਾ ਉਹਨਾਂ ਚੀਜ਼ਾਂ ਤੋਂ ਕਰਦਾ ਹੈ। ਹੁਣ ਅਖਬਾਰ ਪੜਾਂਗੇ, ਆਹ ਫਲਾਣੀ ਜਗ੍ਹਾ ਐਕਸੀਡੈਂਟ ਹੋ ਗਿਆ, ਫਲਾਣੀ ਜਗ੍ਹਾ ਚੋਰੀ ਹੋ ਗਈ, ਫਲਾਣੀ ਜਗ੍ਹਾ ਬੰਦਾ ਮਰ ਗਿਆ, ਆਹ ਫੜਿਆ ਗਿਆ। ਯਾਨੀ ਸਵੇਰੇ ਸਵੇਰੇ ਪਹਿਲਾਂ ਹੀ ਬੁਰਾ ਅੰਦਰ ਜਾਂਦਾ ਕਿ ਨਹੀਂ? ਫਿਰ ਕਹਿੰਦੇ ਸਾਡਾ ਜੀਵਨ ਚੰਗਾ ਹੋਣਾ ਚਾਹੀਦਾ, ਪਹਿਲਾਂ ਹੀ ਬੁਰੀਆਂ ਖਬਰਾਂ ਅੰਦਰ ਜਾ ਰਹੀਆਂ ਹੈ। ਤਾਂ ਜੇ ਅੰਦਰ ਬੁਰਾ ਪਾਵਾਂਗੇ ਤਾਂ ਜੀਵਨ ਚੰਗਾ ਕਦੀ? ਇਸ ਲਈ ਤਾਂ ਹੀ ਕਹਿੰਦੇ ਹੈ ਕਿ ਸਵੇਰੇ ਸਵੇਰੇ ਉੱਠ ਕੇ ਨਾ ਅੰਮ੍ਰਿਤ ਵੇਲਾ ਹੁੰਦਾ ਹੈ, ਅੰਮ੍ਰਿਤ ਨਾਲ ਜੋੜ, ਪਰਮਾਤਮਾ ਨਾਲ ਜੋੜ, ਪ੍ਰਭੂ ਨਾਲ ਜੋੜ, ਉਹਦੀ ਬੰਦਗੀ ਕਰ, ਉਹਦੀ ਭਗਤੀ ਕਰ। ਨਾਮ ਦੀ ਦਾਤ ਲਈ ਹੋਈ ਹੈ ਤਾਂ ਬਹਿ ਕੇ ਸਿਮਰਨ ਕਰ। ਉਹ ਯੁਕਤੀ ਦੇ ਨਾਲ ਜਦੋਂ ਬੰਦਾ ਸਿਮਰਨ ਕਰਦਾ ਹੈ ਤਾਂ ਦੁੱਖਾਂ ਦੀ ਮੁਕਤੀ ਵੀ ਹੁੰਦੀ ਹੈ ਤਾਂ ਜੀਵਨ 'ਚ ਸ਼ਾਂਤੀ, ਸਕੂਨ, ਖੁਸ਼ੀ ਵੀ ਪ੍ਰਾਪਤ, ਇਹ ਜ਼ਰੀਆ ਹੈ। ਪਰ ਅੱਜ ਅਸੀਂ ਜਿੱਦਾਂ ਉਹ ਬੰਦਾ ਸੋਚੇ ਕਿ ਮੈਂ ਸਾਗਰ ਤਾਂ ਪਾਰ ਕਰਨਾ ਪਰ ਮੈਂ ਨਾਓ 'ਚ ਨਹੀਂ ਬੈਠਣਾ, ਤਾਂ ਫਿਰ ਉਹ ਕਦੀ ਸਾਗਰ ਪਾਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਬੰਦਾ ਸੋਚੇ ਕਿ ਮੈਨੂੰ ਕਾਮਯਾਬੀ ਚਾਹੀਦੀ ਹੈ, ਸੁੱਖ ਚਾਹੀਦਾ, ਸ਼ਾਂਤੀ ਚਾਹੀਦੀ ਹੈ, ਪਰ ਮੈਂ ਰੱਬ ਦੀ ਭਗਤੀ, ਮੈਂ ਰੱਬ ਦਾ ਸਿਮਰਨ, ਮੈਂ ਮੈਡੀਟੇਸ਼ਨ ਧਿਆਨ ਨਹੀਂ ਕਰਨਾ, ਤਾਂ ਫਿਰ ਕਹਿੰਦੇ ਫਿਰ ਤੇਰੀ ਚਾਹਤ ਚਾਹਤ ਹੀ ਰਹਿ ਜਾਏਗੀ, ਕਦੀ ਹਾਸਲ ਨਹੀਂ ਹੋਏਗੀ। ਕਿਉਂਕਿ ਹਾਸਲ ਉਦੋਂ ਹੀ ਹੁੰਦਾ ਜਦੋਂ ਬੰਦਾ ਜੀਵਨ ਦਾ ਨਿਯਮ ਬਣਾਉਂਦਾ ਹੈ ਕਿ ਅਸੀਂ ਆਪਣੇ ਪ੍ਰਭੂ ਨੂੰ ਯਾਦ ਕਰਨਾ, ਪ੍ਰਭੂ ਦਾ ਸਿਮਰਨ ਕਰਨਾ ਹੈ, ਉਹਦੀ ਬੰਦਗੀ ਕਰਨੀ ਹੈ। ਸਮਝਣਾ ਜ਼ਰਾ ਸਾਰਿਆਂ ਨੇ। ਇਸ ਲਈ ਜੇ ਸੁੱਖ ਚਾਹੀਦਾ ਹੈ, ਸ਼ਾਂਤੀ ਚਾਹੀਦੀ, ਤਾਂ ਅੱਜ ਤੋਂ ਇਹ ਨਿਯਮ ਬਣਾਓ ਆਪਣੇ ਜੀਵਨ ਦਾ, ਇਹ ਸੀੜੀ ਦਾ ਇਸਤੇਮਾਲ ਕਰੋ, ਕਿਉਂਕਿ ਸੀੜੀ ਚੜ੍ਹ ਕੇ ਅਸੀਂ ਖੁਸ਼ੀਆਂ ਦੀ ਛੱਤ ਤੱਕ ਪਹੁੰਚ ਸਕਦੇ ਹਾਂ। ਤਾਂ ਜੇ ਸੋਚੀਏ ਮੈਂ ਛਾਲ ਮਾਰ ਕੇ ਚੜ੍ਹ ਜਾਊਂ ਤਾਂ ਫਿਰ ਭਾਈ ਲੱਤਵਾਂ ਹੀ ਟੁੱਟਣੀ ਹੈ, ਸਮਝਦੇ ਹੋ ਕਿ ਨਹੀਂ? ਕਿਉਂਕਿ ਛਾਲਾਂ ਮਾਰ ਕੇ ਕੋਠੀ ਛੱਤ ਪਹੁੰਚ ਜਾਊਂਗੇ। ਕੋਈ ਸਪਾਈਡਰਮੈਨ ਥੋੜ੍ਹੀ ਹੈ ਫਿਲਮਾਂ 'ਚ ਕਿ ਬੰਦਾ ਛਾਲ ਮਾਰੀ ਦਾ ਲੈ ਵੀ ਚੜ੍ਹ ਗਿਆ ਬਿਲਡਿੰਗਾਂ 'ਤੇ, ਨਹੀਂ, ਉਹ ਫਿਲਮਾਂ 'ਚ ਹੀ ਹੁੰਦਾ ਹੈ। ਪਰ ਹਕੀਕਤ ਹੈ, ਇਹ ਹਕੀਕਤ ਨੂੰ ਪਹਿਚਾਣੋ ਕਿ ਅਗਰ ਅਸੀਂ ਜੀਵਨ 'ਚ ਕਾਮਯਾਬੀ, ਖੁਸ਼ੀ, ਸ਼ਾਂਤੀ, ਸਕੂਨ ਚਾਹੁੰਦੇ ਹਾਂ ਤਾਂ ਸਾਨੂੰ ਇਹ ਨਿਯਮ ਦਾ ਇਸਤੇਮਾਲ ਕਰਨਾ, ਕਿਉਂਕਿ ਚੁਣਾਵ ਹੈ ਕਿ ਮੇਰੇ ਦਿਨ ਦੀ ਪਹਿਲੀ ਸ਼ੁਰੂਆਤ ਨਾ ਭਗਵਾਨ ਦੇ ਨਾਲ ਹੋਣੀ ਚਾਹੀਦੀ ਹੈ। ਇਹ ਚੁਣਾਵ ਹੈ ਮੇਰਾ, ਪਹਿਲਾਂ ਜਿਹੜਾ ਦਿਨ ਦੇ ਸ਼ੁਰੂਆਤ ਅੱਖ ਖੁੱਲਦੇ ਹੀ, ਇਹ ਮੇਰਾ ਚੁਣਾਵ ਹੈ ਕਿ ਮੇਰੀ ਜ਼ੁਬਾਨ 'ਤੇ ਉਹਦਾ ਸ਼ੁਕਰਾਨਾ ਹੋਣਾ ਚਾਹੀਦਾ, ਉਹਦਾ ਨਾਮ ਹੋਣਾ ਚਾਹੀਦਾ ਹੈ। ਔਰ ਜਦੋਂ ਇਹ ਚੁਣਾਵ ਕਰ ਲੈਂਦੇ, ਪਹਿਲਾ ਚੁਣਾਵ ਤਾਂ ਹੀ ਇਹੀ ਆ, ਪਹਿਲਾ ਚੁਣਾਵ ਅਰਜੁਨ ਦਾ ਉਹਨੂੰ ਜਿੱਤ ਦੀ ਤਰਫ ਲੈ ਗਿਆ, ਖੁਸ਼ੀਆਂ ਦੀ ਤਰਫ ਲੈ ਗਿਆ। ਹੁਣ ਤੁਸੀਂ ਪਹਿਲਾ ਚੁਣਾਵ ਕੀ ਕਰਦੇ ਹੋ? ਮੋਬਾਈਲ ਚੱਕਣ ਦਾ ਕਿਹੜਾ ਚੁਣਾਵ ਕਰਦੇ ਹੋ? ਪਹਿਲਾਂ ਆਪ ਚੈੱਕ ਕਰ ਲਓ ਕਿਹੜੀ ਕਿਹੜੀ ਚੀਜ਼ ਦਾ ਚੁਣਾਵ ਕਰਦੇ ਹੋ। ਹੁਣ ਉਹ ਚੁਣਾਵ ਤੋਂ ਹੀ ਪਤਾ ਲੱਗਦਾ ਤੁਹਾਡੀ ਜ਼ਿੰਦਗੀ, ਤੁਹਾਡਾ ਜੀਵਨ ਕਿੱਦਾਂ ਦਾ ਹੋਣਾ। ਇਸ ਲਈ ਮੰਗੀਏ ਉਹਦਾ ਸਾਥ, ਪਹਿਲਾ ਚੁਣਾਵ ਉਹਦੇ ਨਾਮ ਤੋਂ ਸ਼ੁਰੂਆਤ, ਕਿ ਆ ਮੇਰੇ ਮਾਲਿਕ, ਜ਼ਿੰਦਗੀ ਤੇਰੀ ਹੈ, ਜੀਵਨ ਤੇਰਾ ਹੈ, ਤੇਰੀ ਸ਼ੁਰੂਆਤ ਵੀ ਤੇਰੇ ਨਾਮ ਤੋਂ ਹੋਣੀ ਚਾਹੀਦੀ ਹੈ। ਕਿਉਂਕਿ ਉਹਨੂੰ ਯਾਦ ਕਰਦੇ ਹਾਂ ਤਾਂ ਸਾਡਾ ਕਨੈਕਸ਼ਨ ਉਹਦੇ ਨਾਲ ਜੁੜਦਾ ਹੈ, ਜਦੋਂ ਕਨੈਕਸ਼ਨ ਜੁੜਦਾ ਹੈ ਤਾਂ ਫਿਰ ਹੀ ਉਹਦੀ ਸ਼ਕਤੀ ਸਾਡੇ ਤੱਕ ਪਹੁੰਚਦੀ ਹੈ। ਇਹ ਤਾਂ ਦੇਖਣਾ ਜ਼ਰਾ, ਸਮਝਣਾ। ਰਮਾਇਣ ਦੇ ਵਿੱਚ ਇੱਥੇ ਥੋੜ੍ਹਾ ਰਮਾਇਣ ਦਾ ਵੀ ਜ਼ਿਕਰ ਕਰੀਏ, ਅਸੀਂ ਰਮਾਇਣ ਦਾ ਵੀ ਜ਼ਿਕਰ ਕਰੀਏ ਕਿ ਜਦੋਂ ਸ਼੍ਰੀ ਰਾਮ ਦਾ ਔਰ ਰਾਵਣ ਦਾ ਯੁੱਧ ਹੋ ਰਿਹਾ ਸੀ ਤਾਂ ਸ਼੍ਰੀ ਰਾਮ ਕਹਿੰਦੇ ਜਿਹੜੇ ਵੀ ਵਾਰ ਕਰਦੇ ਸੀ ਨਾ ਉਹ ਰਾਵਣ 'ਤੇ ਅਸਫਲ ਜਾਂਦੇ ਸੀ। ਫਿਰ ਉਹਨਾਂ ਨੇ ਫੈਸਲਾ ਕੀਤਾ ਉਹ ਯੁੱਧ ਵਿੱਚ, ਕਹਿੰਦੇ ਮੈਨੂੰ ਹੁਣ ਪੂਜਾ ਕਰਨੀ ਪੈਣੀ, ਆਵਾਹਨ ਕਰਨਾ ਪੈਣਾ ਸ਼ਕਤੀ ਦਾ। ਫਿਰ ਕਹਿੰਦੇ ਹੈ ਕਿ ਲਕਸ਼ਮਣ ਨੂੰ ਜ਼ਿੰਮੇਵਾਰੀ ਦਿੱਤੀ ਕਿ ਆਹ ਦੋ ਕੁ ਦਿਨ ਨਾ ਮੈਂ ਯੁੱਧ ਵਿੱਚ ਨਹੀਂ ਆਉਣਾ, ਮੈਂ ਪੂਜਾ ਕਰਨੀ ਹੈ। ਜ਼ਰਾ ਸਮਝਣਾ ਸਾਰਿਆਂ ਨੇ। ਫਿਰ ਕਹਿੰਦੇ ਜਦੋਂ ਉਹਨਾਂ ਨੇ ਪੂਜਾ ਕੀਤੀ, ਆਵਾਹਨ ਕੀਤਾ ਸ਼ਕਤੀ ਦਾ, ਉਹ ਸ਼ਕਤੀ ਜੁੜੀ ਤਾਂ ਫਿਰ ਜਦੋਂ ਦੁਬਾਰਾ ਰਾਵਣ ਨਾਲ ਗਏ ਤਾਂ ਉਸ ਦਿਨ ਹੀ ਰਾਵਣ ਦਾ ਅੰਤ ਹੋ ਗਿਆ।
ਹੁਣ ਦੱਸਣਾ ਕੀ ਚਾਹੁੰਦੇ ਆ? ਇਹ ਸ਼੍ਰੀ ਕ੍ਰਿਸ਼ਨ ਜਾਂ ਸ਼੍ਰੀ ਰਾਮ ਦੀ ਜ਼ਿੰਦਗੀ ਵੀ ਇਹ ਦੱਸ ਰਹੀ ਹੈ ਕਿ ਜੇ ਯੁੱਧ ਜਿੱਤਣੀ ਹੈ ਨਾ ਤੇ ਅਸੀਂ ਆਪਣੇ ਦਮਨਾ ਨਹੀਂ, ਸਾਨੂੰ ਉਹਦੀ ਯਾਦ, ਉਹਦੀ ਪੂਜਾ, ਉਹਦੀ ਭਗਤੀ ਕਰਨੀ ਪੈਣੀ ਹੈ। ਯਾਨੀ ਐਡੇ ਵੱਡੇ ਅਵਤਾਰਾਂ ਨੇ ਅਗਰ ਦੁਨੀਆ ਤੇ ਅਵਤਰਿਤ ਹੋ ਕੇ ਆਪਣੀ ਜ਼ਿੰਦਗੀ ਜੀ ਹੈ ਨਾ, ਤਾਂ ਉਹ ਜ਼ਿੰਦਗੀ ਇਸ ਤਰ੍ਹਾਂ ਜੀ ਹੈ ਤਾਂ ਕਿ ਅਸੀਂ ਉਹਨਾਂ ਤੋਂ ਸਿੱਖਿਆ ਲੈ ਸਕੀਏ, ਸਮਝ ਸਕੀਏ ਕਿ ਬੜੇ ਬੜੇ ਯੁੱਧ ਐਵੇਂ ਨਹੀਂ ਜਿੱਤੇ ਜਾਂਦੇ, ਉਹਦੇ ਸਾਥ ਨਾਲ ਹੀ ਜਿੱਤੇ ਜਾਂਦੇ, ਉਹਦੀ ਕਿਰਪਾ, ਉਹਦੀ ਰਹਿਮਤ ਨਾਲ ਹੀ। ਔਰ ਇਨਸਾਨ ਦੇ ਜੀਵਨ 'ਚ ਵੀ ਕਈ ਯੁੱਧ ਹੈ। ਹਾਂ ਠੀਕ ਹੈ, ਯੁੱਧ ਕਿਸੇ ਦੇਸ਼ ਨਾਲ ਨਹੀਂ ਹੈ, ਕਿਸੇ ਇਨਸਾਨ, ਪਰ ਸਾਡੀਆਂ ਯੁੱਧ ਹੈ ਆਪਣੇ ਮੁਸ਼ਕਿਲ ਹਾਲਾਤਾਂ ਦੇ ਨਾਲ, ਆਪਣੇ ਜੀਵਨ ਦੀਆਂ ਪ੍ਰੋਬਲਮਾਂ ਦੇ ਨਾਲ, ਪਰੇਸ਼ਾਨੀਆਂ ਦੇ ਨਾਲ, ਜਾਂ ਆਪਣੇ ਅੰਦਰ ਦੀਆਂ ਬਿਮਾਰੀਆਂ ਦੇ ਨਾਲ, ਆਪਣੇ ਅੰਦਰ ਦੀਆਂ ਬੁਰੀਆਂ ਆਦਤਾਂ ਦੇ ਨਾਲ ਸਾਡੇ ਯੁੱਧ ਹੈ। ਔਰ ਇਹ ਯੁੱਧ ਜਿੱਤਣ ਵਾਸਤੇ ਵੀ ਨਾ ਸਾਡੇ ਅੰਦਰ ਵਿਸ਼ਵਾਸ ਹੋਣਾ ਜ਼ਰੂਰੀ ਹੈ, ਉਹਦਾ ਸਾਥ ਹੋਣਾ, ਕਿਉਂਕਿ ਜਿਹਨੂੰ ਉਹਦਾ ਸਾਥ ਮਿਲ ਜਾਂਦਾ ਹੈ, ਫਿਰ ਜਿੱਦਾਂ ਦੱਸਿਆ ਉਹਦਾ ਸਾਥ ਮਿਲਦਾ ਤਾਂ ਇਨਸਾਨ ਜ਼ਿੰਦਗੀ ਦੇ ਯੁੱਧ ਆਰਾਮ ਨਾਲ ਜਿੱਤਦਾ ਚਲਾ ਜਾਂਦਾ ਹੈ, ਫਿਰ ਉਹਨੂੰ ਧੀਰੇ ਧੀਰੇ ਕਾਮਯਾਬੀ, ਸਫਲਤਾ ਮਿਲਦੀ ਚਲੀ ਜਾਂਦੀ ਹੈ। ਸੋ ਜੇ ਕਾਮਯਾਬ ਹੋਣਾ ਹੈ ਤਾਂ ਚੁਣਾਵ ਤੇ ਧਿਆਨ ਦਿਓ, ਭਾਗਿਆ ਦੀ ਨਾ ਗੱਲ ਕਰੋ, ਫਿਰ ਦੱਸਾਂਗੇ ਕਿ ਚੁਣਾਵ ਤੁਸੀਂ ਕਰਨਾ, ਮੈਂ ਕਿਹੜਾ, ਜਿੱਦਾਂ ਦੱਸਿਆ ਨਾ ਲੈਫਟ ਕਦਮ ਰਾਈਟ ਕਦਮ, ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਖੜੇ ਹੋ ਤਾਂ ਤੁਹਾਨੂੰ ਕਹੀਏ ਇੱਕ ਪੈਰ ਅੱਗੇ ਵਧਾਓ, ਹੁਣ ਇਹ ਤੁਸੀਂ ਫੈਸਲਾ ਲੈਣਾ ਕਿ ਭਾਗਿਆ ਨੇ ਲੈਣਾ, ਸਮਝ, ਜਵਾਬ ਦੇ ਦਿਓ। ਹੁਣ ਇੱਥੇ ਵੀ ਦੇਖੋ ਕਿ ਇਹ ਭਾਗਿਆ ਨਹੀਂ ਫੈਸਲਾ ਕਰਦਾ, ਇਹ ਅਸੀਂ ਫੈਸਲਾ ਕਰਨਾ ਕਿ ਅਸੀਂ ਲੈਫਟ ਲੈਣਾ ਜਾਂ ਰਾਈਟ। ਯਾਨੀ ਅਸੀਂ ਇਹ ਫੈਸਲਾ ਅਸੀਂ ਲੈਣਾ ਕਿ ਅਸੀਂ ਰੋਂਗ ਕੰਮ ਕਰਨਾ ਜਾਂ ਅਸੀਂ ਰਾਈਟ ਕੰਮ ਕਰਨਾ ਹੈ, ਅਸੀਂ ਅੱਛਾ ਕੰਮ ਕਰਨਾ ਜਾਂ ਅਸੀਂ ਬੁਰਾ ਕੰਮ ਕਰਨਾ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਜਦੋਂ ਅਸੀਂ ਇਹ ਚੁਣਾਵ ਕਰਦੇ ਹਾਂ ਕਿ ਮੈਂ ਰਾਈਟ ਕੰਮ ਕਰਨਾ ਹੈ, ਯਾਨੀ ਅੱਛਾ ਕੰਮ ਕਰਨਾ ਹੈ, ਰੋਂਗ ਨਹੀਂ, ਬੁਰਾ ਨਹੀਂ, ਗਲਤ ਨਹੀਂ, ਮੈਂ ਰਾਈਟ ਕਰਨਾ ਹੈ, ਤਾਂ ਸਾਡਾ ਭਵਿੱਖ ਰਾਈਟ ਹੁੰਦਾ, ਯਾਨੀ ਸਹੀ ਹੁੰਦਾ ਚਲਾ ਜਾਂਦਾ ਹੈ। ਤਾਂ ਜੇ ਫੈਸਲਾ ਹੀ ਅਸੀਂ ਰੋਂਗ ਕਰੀਏ ਤਾਂ ਰੋਂਗ ਫੈਸਲਾ ਲੈ ਕੇ ਸਾਨੂੰ, ਰੋਂਗ ਫੈਸਲਾ ਲੈ ਕੇ ਸਾਨੂੰ ਰਾਈਟ ਕਦੀ ਅੱਗੇ ਉਹ ਫਲ, ਜਵਾਬ ਦੇਣਾ ਇਹ ਮਿਲ ਜਾਏਗਾ। ਬੁਰਾ ਫੈਸਲਾ ਲੈ ਕੇ ਅੱਛਾ ਫਲ, ਬੁਰਾ ਬੀਜ ਬੋ ਕੇ ਅੱਛਾ ਫਲ ਕਦੀ? ਤਾਂ ਹੀ ਤਾਂ ਕਹਿੰਦੇ ਕਿ ਜੋ ਬੋਏਗਾ ਉਹੀ ਪਾਏਗਾ, ਤੇਰਾ ਕੀਆ ਆਗੇ ਆਏਗਾ, ਸੁੱਖ ਦੁੱਖ ਹੈ ਕਿਆ, ਫਲ ਕਰਮੋ ਕਾ ਜੈਸੀ ਕਰਨੀ। ਕਹਿੰਦੇ ਇਹ ਫਲ ਕਾਹਦਾ ਮਿਲਦਾ ਹੈ? ਜੈਸੀ ਕਰਨੀ ਹੈ ਵੈਸੀ ਭਰਨੀ ਹੈ, ਜੋ ਬੋਵਾਂਗੇ ਉਹੀ। ਇਸ ਲਈ ਅੱਜ ਤੋਂ ਚੰਗਾ ਬੋਣਾ ਹੈ। ਔਰ ਆ ਜਾਈਏ ਫਰੀਦ ਸਾਬਰੀ ਦੀ ਗੱਲ 'ਤੇ ਵੀ, ਉਹ ਵੀ ਗੱਲ ਚੱਲ ਰਹੀ ਸੀ ਵਿੱਚ, ਕਿ ਫਰੀਦ ਸਾਬਰੀ ਨੇ ਕੀ ਕਿਹਾ ਸੀ ਕਿ ਫਕੀਰੋਂ ਕੀ ਸੋਹਬਤ ਮੇਂ ਬੈਠ ਕਰ ਮੈਨੇ ਆਰਾਮ ਪਾਇਆ ਹੈ। ਕਿ ਮੇਰਾ ਜੀਵਨ ਜੇ ਅੱਜ ਆਰਾਮ ਨਾਲ ਜਾ ਰਿਹਾ ਨਾ, ਜੇ ਮੇਰੇ ਜੀਵਨ 'ਚ ਅੱਜ ਖੁਸ਼ੀ ਹੈ, ਜੇ ਮੇਰੇ ਜੀਵਨ 'ਚ ਅੱਜ ਆਨੰਦ ਹੈ, ਤਾਂ ਇਹ ਆਨੰਦ, ਇਹ ਆਰਾਮ, ਇਹ ਸਕੂਨ, ਇਹ ਸ਼ਾਂਤੀ ਮੈਨੂੰ ਫਕੀਰਾਂ ਦੀ ਸੋਹਬਤ ਕਰਨ ਨਾਲ ਮਿਲੀ ਹੈ, ਫਕੀਰਾਂ ਦੀ ਸੋਹਬਤ 'ਚ ਬੈਠਣ ਨਾਲ ਮਿਲੀ ਹੈ। ਕਿਉਂਕਿ ਫਕੀਰਾਂ ਦੀ ਸੋਹਬਤ 'ਚ ਬਹਿ ਕੇ ਹੀ ਸਾਨੂੰ ਉਹ ਗਿਆਨ ਮਿਲਦਾ, ਉਹ ਸਮਝ ਮਿਲਦੀ ਹੈ, ਜ਼ਿੰਦਗੀ ਜੀਣ ਦਾ ਤਰੀਕਾ ਮਿਲਦਾ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਅਗਲੀਆਂ ਲਾਈਨਾਂ 'ਚ ਕੀ ਕਹਿੰਦੇ, ਚਾਰ ਲਾਈਨਾਂ ਦਾ ਸ਼ਬਦ ਹੈ ਕਿ ਫਕੀਰੋਂ ਕੀ ਸੋਹਬਤ ਮੇਂ ਬੈਠ ਕਰ ਮੈਨੇ ਆਰਾਮ ਪਾਇਆ ਹੈ, ਜੋ ਨਹੀਂ ਮਿਲਾ ਕਿਤਾਬੋਂ ਮੇਂ ਵੋ ਆਤਮ ਗਿਆਨ ਪਾਇਆ ਹੈ। ਕਹਿੰਦੇ ਜਿਹੜਾ ਗਿਆਨ ਮਿਲਦਾ ਨਾ ਫਕੀਰਾਂ ਕੋਲ, ਕਿਤਾਬਾਂ 'ਚ ਵੀ ਕਹਿ ਦਿਓ ਨਹੀਂ ਮਿਲਦਾ, ਕਿਉਂਕਿ ਜਿਹੜਾ ਕੰਮ ਕਹਿੰਦੇ ਫਕੀਰਾਂ, ਗੁਰੂਆਂ, ਰਹਿਬਰਾਂ ਨੇ ਕਰ ਦੇਣਾ ਹੈ, ਉਹ ਕਿਤਾਬ ਵੀ। ਸੰਤ ਪਲਟੂ ਦਾਸ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਸੰਤ ਪਲਟੂ ਦਾਸ ਕਹਿੰਦੇ ਪਲਟੂ ਕਾਗਦ ਪੇ ਲਿਖਾ, ਸ਼ਬਦ ਨਾ ਤੁਝੇ ਜਗਾਏ, ਪਲਟੂ ਕਾਗਦ ਪੇ, ਕਾਗਦ ਯਾਨੀ ਕਾਗਜ਼,
ਕਹਿੰਦੇ ਪਲਟੂ ਕਾਗਜ਼ ਪੇ ਲਿਖਾ ਸ਼ਬਦ ਨਾ ਤੁਝੇ ਜਗਾਏ, ਆਖ ਤੇਰੀ ਤਭੀ ਖੁਲੇ ਜਬ ਜਾਗਰਤ ਗੁਰੂ ਮਿਲ ਜਾਏ। ਹੁਣ ਇਹ ਤੁਸੀਂ ਕਹਿੰਦੇ ਜੀ ਕਿੱਦਾਂ, ਇਹਦਾ ਮਤਲਬ ਕੀ? ਤੇ ਛੋਟੀ ਜਿਹੀ ਕਹਾਣੀ ਦੱਸਾਂਗੇ ਨੱਥੂ ਲਾਲ ਦੀ, ਉੱਥੋਂ ਪਤਾ ਲੱਗੇਗਾ ਕਿ ਇੱਕ ਵਾਰ ਨੱਥੂ ਲਾਲ ਤੋਂ ਉਹਦੀ ਘਰ ਵਾਲੀ 'ਚ ਲੜਾਈ ਹੋ ਗਈ। ਲੜਾਈ ਹੋਣ ਨਾਲ ਬੋਲਚਾਲ ਬੰਦ ਹੋ ਗਈ, ਹੁਣ ਦੋਨੇ ਹੀ ਘਰ 'ਚ ਰਹਿੰਦੇ ਸੀ, ਇਸ ਕਰਕੇ ਬੋਲਚਾਲ ਬੰਦ ਹੋ ਗਈ। ਤਾਂ ਹੁਣ ਨੱਥੂ ਲਾਲ ਨੇ ਕੁਛ ਵੀ ਖਾਣਾ ਹੋਵੇ ਤਾਂ ਲਿਖ ਦੇਣਾ ਕਾਗਜ਼ 'ਤੇ ਰੱਖ ਕੇ, ਮੈਨੂੰ ਭੁੱਖ ਲੱਗੀ ਹੈ, ਰੋਟੀ ਪਾ ਕੇ ਦੇ ਦੇ, ਸਲਿੱਪ ਲਿਖ ਕੇ ਨਾ ਰੱਖ ਦੇਣੀ, ਘਰ ਵਾਲਿਆਂ ਨੇ ਸਲਿੱਪ ਪੜ੍ਹਨੀ। ਅੱਛਾ, ਰੋਟੀ ਪਾ ਕੇ ਟੇਬਲ 'ਤੇ ਰੱਖ ਕੇ ਕਾਗਜ਼ 'ਤੇ, ਰੋਟੀ ਰੱਖ ਦਿੱਤੀ ਹੈ ਟੇਬਲ 'ਤੇ ਜਾ ਕੇ ਖਾ ਲਓ, ਸਲਿੱਪ ਰੱਖ ਦੇਣੀ, ਨੱਥੂ ਲਾਲ ਨੇ ਪੜ੍ਹਨੀ, ਅੱਛਾ ਜਾ ਕੇ ਖਾ ਲੈਣੀ। ਇੱਦਾਂ ਹੀ ਜਿਹੜੀ ਜੋ ਵੀ ਮੈਂ ਆਫਿਸ ਜਾਣਾ, ਮੇਰੀ ਮੇਰੇ ਕੱਪੜੇ ਪ੍ਰੈਸ ਕਰਦੇ, ਮੇਰੀ ਫਾਈਲ ਇੱਥੇ ਰੱਖ ਦੇ, ਉਹਨੇ ਫਾਈਲ ਫੁਲ ਰੱਖ ਕੇ ਕੱਪੜੇ ਪ੍ਰੈਸ ਕਰਕੇ ਫਿਰ ਸਲਿੱਪ ਲਿਖ ਕੇ ਨਾ ਉੱਥੇ ਰੱਖ ਦੇਣੀ ਜਿੱਥੇ ਉਹ ਘੁੰਮ ਰਿਹਾ। ਉਹਨੇ ਜਾਣਾ, ਹਾਂਜੀ ਤੁਹਾਡੇ ਕੱਪੜੇ ਪ੍ਰੈਸ ਹੋ ਗਏ ਹੈ, ਤੁਹਾਡਾ ਟੈਚੀ ਫਾਈਲ ਟੇਬਲ 'ਤੇ ਰੱਖ ਦਿੱਤੀ ਹੈ, ਲੈ ਲਓ। ਇੱਦਾਂ ਚੱਲ ਰਹੀ ਸੀ ਕਹਾਣੀ। ਇੱਕ ਦਿਨ ਕੀ ਹੋਇਆ, ਇੱਕ ਜ਼ਰੂਰੀ ਮੀਟਿੰਗ ਸੀ ਤਾਂ ਨੱਥੂ ਲਾਲ ਨੇ 7 ਵਜੇ ਆਫਿਸ ਪਹੁੰਚਣਾ ਸੀ। ਹੁਣ 7 ਵਜੇ ਪਹੁੰਚਣ ਵਾਸਤੇ 5 ਵਜੇ ਉੱਠਣਾ ਜ਼ਰੂਰੀ ਸੀ। ਉਹਨੇ ਰਾਤ ਨੂੰ ਸਲਿੱਪ ਰੱਖੀ ਆ ਕੇ ਆਫਿਸ ਤੋਂ, ਜਦੋਂ ਸੌਣ ਲੱਗਿਆ ਸਿਰਹਾਣੇ 'ਤੇ, ਸਵੇਰੇ 5 ਵਜੇ ਮੈਨੂੰ ਜਗਾ ਦੇਈਂ, ਜਾਣਾ ਬਹੁਤ ਜ਼ਰੂਰੀ, ਬਹੁਤ ਜ਼ਰੂਰੀ ਮੀਟਿੰਗ ਆ, 7 ਵਜੇ 5 ਵਜੇ ਜਗਾ ਦੇਈਂ ਮੈਨੂੰ, ਕਹਿ ਕੇ ਸੌਂ ਗਿਆ। ਸਵੇਰੇ ਅੱਖ ਖੁੱਲ੍ਹੀ 7 ਵਜੇ, ਹੈਂ 7 ਵਜੇ ਤਾਂ ਮੀਟਿੰਗ ਸੀ, ਮੈਨੂੰ ਜਗਾਇਆ ਕਿਉਂ ਨਹੀਂ? ਪਰ ਜਦੋਂ ਦੇਖਿਆ ਸਲਿੱਪ ਰੱਖੀ ਹੋਈ ਹੈ ਉੱਥੇ, ਜੀ 5 ਵਜ ਗਏ ਜਾਗ ਜਾਓ, ਲਿਖ ਕੇ ਸਲਿੱਪ ਰੱਖੀ ਹੋਈ ਹੈ ਸਿਰਹਾਣੇ, ਕੀ ਲਿਖਿਆ ਹੈ? 5 ਵਜ ਗਏ ਹੈ। ਇੱਥੋਂ ਕੀ ਪਤਾ ਲੱਗਦਾ ਹੈ ਕਿ ਤੁਸੀਂ ਕਿਸੇ ਨੂੰ ਜਗਾਉਣਾ ਹੋਵੇ ਤਾਂ ਉਹਦੇ ਕੋਲ ਲਿਖ ਕੇ ਰੱਖਦੇ ਹੋ, ਭਾਈ 4 ਵਜ ਗਏ ਹੈ ਜਾਗ ਜਾ, ਤਾਂ ਉਹ ਜਾਗ ਜਾਏਗਾ, ਕਿਉਂਕਿ ਉਹ ਕਾਗਜ਼ 'ਤੇ ਲਿਖਿਆ ਸ਼ਬਦ ਸਾਨੂੰ ਜਗਾ ਨਹੀਂ ਸਕਦਾ। ਉਹਦੇ ਵਾਸਤੇ ਕੋਈ ਚਾਹੀਦਾ ਜਿਹੜਾ ਫੜ ਕੇ ਹਿਲਾਵੇ, ਕਿਉਂਕਿ ਕੋਈ ਹਿਲਾਏਗਾ ਉਹੀ ਸਾਨੂੰ ਜਗਾਏਗਾ, ਜੇ ਨਾ ਸੁੱਤੇ ਤਾਂ। ਹਾਂ, ਹੁਣ ਕੋਈ ਆ ਕੇ ਹਿਲਾਵੇ, ਨਹੀਂ ਮੈਂ ਸੋਣਾ ਹੈ, ਤਾਂ ਹੋ ਸਕਦਾ ਚਪੇੜ ਉੱਠ, ਉੱਠਣਾ ਕਿਉਂ ਨਹੀਂ ਤੂੰ? ਸ਼ਾਇਦ ਇੱਕ ਚਪਤੀ ਲਗਾ ਦੇਵੇ ਜਗਾਉਣ ਵਾਸਤੇ ਸਾਨੂੰ, ਸਮਝਦੇ ਹੋ ਕਿ ਨਹੀਂ? ਕੋਈ ਚਾਹੀਦਾ ਹੈ ਜੋ ਸਾਨੂੰ ਹਲੂਣਾ ਦੇ ਸਕੇ, ਜੋ ਜਗਾ ਸਕੇ, ਜੋ ਖਿੱਚ ਸਕੇ, ਉਠਾ ਸਕੇ। ਉੱਠ ਬਈ, ਟਾਈਮ ਹੋ ਗਿਆ, ਇਹ ਜਾਗ, ਕਿਉਂਕਿ ਸੁੱਤਿਆਂ ਜ਼ਿੰਦਗੀ ਦੀ ਜ਼ਰੂਰੀ ਮੀਟਿੰਗ ਨਿਕਲ ਜਾਏਗੀ। ਇਹੀ ਚੀਜ਼ ਸੰਤ ਪਲਟੂ ਦਾਸ ਕਹਿੰਦੇ, ਪਲਟੂ ਕਾਗਜ਼ ਪੇ ਲਿਖਾ ਸ਼ਬਦ ਨਾ ਤੁਝੇ ਜਗਾਏ, ਆਂਖ ਤੇਰੀ ਤਬ ਹੀ ਖੁੱਲੇ ਜਬ ਜਾਗਰਤ ਗੁਰੂ ਮਿਲ ਜਾਏ। ਉਹ ਕਹਿੰਦੇ ਜਿੰਦਾ ਜਾਗਦਾ ਗੁਰੂ ਮਿਲੇਗਾ ਨਾ, ਉਹ ਤੈਨੂੰ ਹਲੂਣਾ ਦੇਵੇਗਾ, ਫਿਰ ਤੇਰੀ ਅੱਖ ਖੁੱਲਣੀ ਹੈ। ਕਿਤਾਬਾਂ 'ਤੇ ਲਿਖੇ ਹੋਏ ਲਫ਼ਜ਼ ਨਾ, ਤੂੰ ਪੜ੍ਹ ਕੇ ਸੌਂ ਜਾਏਗਾ, ਸਮਝਦੇ ਹੋ ਕਿ ਨਹੀਂ? ਕਿਉਂਕਿ ਜਗਾਉਣ ਵਾਲਾ ਚਾਹੀਦਾ ਹੈ, ਜਿਹੜਾ ਜਗਾ ਸਕੇ। ਉੱਠ ਭਾਈ, ਰੱਬ ਨਾਲ ਤੇਰੀ ਮੀਟਿੰਗ ਹੈ, ਕਿਤੇ ਸੁੱਤੇ ਹੀ ਜ਼ਿੰਦਗੀ, ਕਿਉਂਕਿ ਕਹਿੰਦੇ ਨਾ ਬਹੁਤ ਜਨਮ ਵਿਛੜੇ ਥੇ ਮਾਧੋ, ਜੇ ਜਨਮ ਤੁਹਾਰੇ ਲੇਖੇ, ਕਿਤੇ ਇਹ ਜਨਮ ਵੀ ਸੁੱਤਿਆ ਹੀ ਨਾ ਗੁਜ਼ਰ ਜਾਵੇ। ਇਸ ਲਈ ਜਦੋਂ ਜਾਗਰਤ ਗੁਰੂ ਮਿਲਦਾ, ਜਾਗਰਤ ਮਤਲਬ ਜਿਹੜਾ ਆਪ ਜਾਗਿਆ ਹੋਵੇ। ਹੁਣ ਜੇ 5 ਵਜੇ ਤੁਹਾਨੂੰ ਉਠਾਉਣਾ ਹੈ ਤਾਂ 5 ਵਜੇ ਤੁਹਾਨੂੰ ਉਹੀ ਉਠਾ ਸਕਦਾ ਜਿਹੜਾ 5 ਵਜੇ ਜਾਗਦਾ, ਜਿਹੜਾ ਆਪ ਹੀ ਸੁੱਤਾ ਹੋਏਗਾ ਨਾ, ਤੁਹਾਨੂੰ ਕੀ 5 ਵਜੇ ਜਗਾ ਦੇਣਾ ਹੈ? ਇਹਨੂੰ ਕਹਿੰਦੇ ਜਾਗਰਤ, ਕਿ ਜਿਹੜਾ ਆਪ ਜਾਗਿਆ ਹੋਵੇ ਉਹੀ ਸਾਨੂੰ ਜਗਾ ਸਕਦਾ ਹੈ, ਜਿਹਦੀ ਆਪਣੀ ਅੱਖ ਖੁੱਲ੍ਹੀ ਹੋਵੇ ਉਹੀ ਸਾਡੀ ਅੱਖ ਖੋਲ ਸਕਦਾ ਹੈ, ਜਿਹੜਾ ਆਪ ਗਿਆਨ ਨਾਲ ਭਰਪੂਰ ਹੋਵੇ ਉਹੀ ਸਾਨੂੰ ਗਿਆਨ। ਹੁਣ ਇੱਕ ਟੀਚਰ ਸਾਨੂੰ ਫੇਰ ਹੀ ਪੜ੍ਹਾ ਸਕਦਾ ਅਗਰ ਆਪ ਪੜ੍ਹਿਆ ਹੋਏਗਾ, ਤਾਂ ਜੇ ਕਿਸੇ ਰਸਤੇ ਤੁਰੇ ਜਾਂਦੇ ਨੂੰ ਟੀਚਰ ਬਣਾ ਕੇ ਬਿਠਾ ਦਈਏ, ਜਿਹਨੂੰ ਉੜਾ ਐੜਾ ABC ਕਾਖਾ ਆਉਂਦਾ ਹੀ ਨਹੀਂ ਹੈ, ਤਾਂ ਉਹਨਾਂ ਬੱਚਿਆਂ ਨੂੰ ਪੜ੍ਹਾ ਦੇਗਾ? ਬੱਚਿਆਂ ਨੂੰ ਉਹ ਜਵਾਬ ਦੇ ਦਿਓ, ਇਹਦਾ ਮਤਲਬ ਕੀ ਹੈ ਕਿ ਜਾਗਣ ਵਾਸਤੇ? ਠੀਕ ਹੈ, ਉਹ ਕਹਿੰਦੇ ਇਹ ਜੋ ਸ਼ਾਸਤਰ ਹੈ
ਇਹਨਾਂ 'ਚ ਜੋ ਲਿਖਿਆ ਹੈ ਜਦੋਂ ਜਾਗਰਤ ਗੁਰੂ ਨਾਲ ਮਿਲਦਾ ਹੈ ਨਾ, ਤਾਂ ਫਿਰ ਸਾਨੂੰ ਇਹਨਾਂ ਦਾ ਅਰਥ ਵੀ ਸਮਝ ਆਉਂਦਾ ਹੈ, ਫਿਰ ਸਾਨੂੰ ਪਤਾ ਵੀ ਲੱਗਦਾ ਹੈ, ਫਿਰ ਸਾਨੂੰ ਸਮਝ ਵੀ ਆਉਂਦੀ ਹੈ। ਕਿਉਂਕਿ ਜਿੱਥੇ ਸਾਡੇ ਅੰਦਰ ਕਮੀ ਹੁੰਦੀ ਹੈ ਉਹ ਕਮੀ ਵੀ ਦੂਰ ਫਿਰ ਹੀ ਹੁੰਦੀ ਹੈ। ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਇਹੀ ਗੱਲ ਫਰੀਦ ਸਾਬਰੀ ਕਹਿ ਰਹੇ ਹੈ ਕਿ ਫਕੀਰੋਂ ਕੀ ਸੋਹਬਤ ਮੇਂ ਬੈਠ ਕਰ ਮੈਨੇ ਆਰਾਮ ਪਾਇਆ ਹੈ, ਜੋ ਨਹੀਂ ਮਿਲਾ ਥਾ ਕਿਤਾਬੋਂ ਮੇਂ ਵੋ ਆਤਮ ਗਿਆਨ ਪਾਇਆ। ਕਹਿੰਦੇ ਆਤਮਿਕ ਗਿਆਨ। ਹੁਣ ਕਿਤਾਬਾਂ 'ਚ ਤੁਸੀਂ ਪੜ੍ਹ ਸਕਦੇ ਹੋ, ਸਾਇੰਸ ਨੇ ਲਿਖਿਆ ਚੰਦਰਮਾ ਇੱਦਾਂ ਹੈ ਆਹ ਚੀਜ਼ ਤੋਂ, ਜਾਂ ਫੁੱਲ ਆਹ ਚੀਜ਼ ਤੋਂ ਬਣਦੇ ਆ, ਪਾਣੀ ਇਸ ਚੀਜ਼ ਤੋਂ ਬਣਦਾ ਹੈ H2O, ਜਾਂ ਆਹ ਚੀਜ਼ ਦਾ ਆਹ ਹੈ, ਹਰ ਚੀਜ਼ ਜਾਣੀ, ਬਾਹਰਲੀਆਂ ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ, ਪਰ ਤੁਹਾਡੀ ਆਤਮਾ ਕੀ ਹੈ, ਤੁਸੀਂ ਕੀ ਹੋ, ਤੁਹਾਡੇ ਅੰਦਰ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ, ਪਤਾ ਕਿਸੇ ਨੂੰ ਇਹਦੇ ਬਾਰੇ? ਚਲੋ ਇੱਕ ਗੱਲ ਹੋਰ ਦੱਸ ਦਿਓ ਕਿ ਦੁਨੀਆ ਕਿਹਨੇ ਬਣਾਈ ਹੈ? ਸਾਰਿਆਂ ਜਵਾਬ, ਥੋੜ੍ਹਾ ਜਵਾਬ ਆਇਆ ਸਾਡੇ ਕੋਲ, ਭਗਵਾਨ ਨੇ ਬਣਾਈ ਹੈ। ਕਿਹੜਾ ਕਿਹੜਾ ਮੰਨਦਾ ਕਿ ਦੁਨੀਆ ਭਗਵਾਨ ਨੇ ਬਣਾਈ ਹੈ? ਅੱਛਾ ਹੁਣ ਇਹ ਦੱਸੋ ਭਗਵਾਨ ਕੀ ਹੈ, ਭਗਵਾਨ ਕੀ ਹੈ, ਭਗਵਾਨ ਕੀ ਹੈ, ਪਤਾ ਕਿਸੇ ਨੂੰ? ਅੱਜ ਆਹੀ ਗੱਲ ਹੁੰਦੀ ਨਾ, ਇਹ ਨਹੀਂ ਕਹਿੰਦੇ, ਥੋੜ੍ਹੀ ਸਮਝਣ ਦੀ ਗੱਲ ਕਿ ਜਿੱਦਾਂ ਅਸੀਂ ਕਈ ਵਾਰ ਇੱਕ ਗੱਲ ਦੱਸੀ ਦੀ ਹੈ ਕਿ ਇੱਕ ਰਾਜਿਆਂ ਵਿੱਚ ਰਾਜੇ ਦੇ ਮਹਿਲ 'ਚ ਚੋਰੀ ਹੋ ਗਈ, ਰਾਜੇ ਦੇ ਮਹਿਲ 'ਚ ਹੋ ਗਈ ਚੋਰੀ, ਤਾਂ ਜਦੋਂ ਰਾਜੇ ਦੇ ਮਹਿਲ 'ਚ ਚੋਰੀ ਹੋਈ ਤਾਂ ਰਾਜੇ ਨੂੰ ਬੜਾ ਗੁੱਸਾ ਆਇਆ, ਕਿਹੜਾ ਇੱਦਾਂ ਦਾ ਚੋਰ ਹੈ ਜਿਹਨੇ ਮੇਰੇ ਮਹਿਲ 'ਚ ਚੋਰੀ ਕਰ ਲਈ? ਜੇ ਮੇਰੇ ਮਹਿਲ 'ਚ ਚੋਰੀ ਕਰ ਸਕਦਾ ਹੈ ਤਾਂ ਭਾਈ ਫਿਰ ਮੇਰੇ ਨਗਰ ਦਾ ਕੀ ਹਾਲ ਹੋਏਗਾ, ਆਮ ਲੋਕਾਂ ਦਾ ਕੀ ਹਾਲ ਹੋਏਗਾ? ਇਸ ਕਰਕੇ ਚੋਰ ਨੂੰ ਫੜ ਕੇ ਤਾਂ ਮੌਤ ਦੀ ਸਜ਼ਾ ਦੇਣੀ ਆ ਮੈਂ। ਕਹਿੰਦੇ ਸਾਰੀ ਸੈਨਾ ਲਾ ਦਿੱਤੀ ਲੱਭਣ ਵਾਸਤੇ, ਲੱਭੋ ਚੋਰ ਨੂੰ ਫੜ ਕੇ ਮੇਰੇ ਸਾਹਮਣੇ ਲਿਆਓ, ਇਹਦੀ ਬੋਟੀ ਬੋਟੀ ਕੱਟ ਦੇਣੀ ਮੈਂ। ਯਾਨੀ ਇੰਨਾ ਕ੍ਰੋਧ ਵਿੱਚ ਰਾਜਾ ਕਿ ਮੇਰੇ ਮਹਿਲ 'ਚ ਇਹਨੇ ਚੋਰੀ ਕੀਤੀ। ਪਰ ਕਹਿੰਦੇ ਚੋਰ ਵੀ ਇੱਦਾਂ ਸ਼ਾਤਰ, ਸੈਨਾ ਲੱਭ ਰਹੀ ਹੈ, ਸੈਨਿਕ ਲੱਭ ਰਹੇ, ਘਰ ਘਰ ਜਾ ਕੇ ਤਲਾਸ਼ ਕਰ ਰਹੇ, ਪਰ ਚੋਰ ਦਾ ਕੋਈ ਅਤਾ ਹੀ ਪਤਾ ਹੈ ਨਹੀਂ। ਹਫ਼ਤਾ 10 ਦਿਨ 'ਚ ਸੈਨਾ ਵੀ ਹਾਰ ਗਈ, ਸੈਨਾਪਤੀ ਵੀ ਹਾਰ ਮੰਨ ਗਈ, ਮਾਰੇ ਪਤਾ ਹੀ ਨਹੀਂ ਲੱਗਦਾ, ਚੱਪਾ ਚੱਪਾ ਛਾਣ ਮਾਰਿਆ, ਚੋਰ ਮਿਲਦਾ ਹੀ ਨਹੀਂ। ਹੁਣ ਇੱਦਾਂ ਸ਼ਕਲ 'ਤੇ ਤਾਂ ਕਿਸੇ ਨੇ ਲਿਖਿਆ ਨਹੀਂ ਚੋਰ, ਹੋ ਸਕਦਾ ਵਿੱਚ ਹੀ ਘੁੰਮਦਾ ਹੋਵੇ, ਪਰ ਜਦ ਤੱਕ ਸਬੂਤ ਨਹੀਂ ਮਿਲੇਗਾ ਕਿੱਦਾਂ ਫੜਾਂਗੇ ਕਿ ਆਹੀ ਚੋਰ ਹੈ, ਸਮਝਦੇ ਹੋ ਕਿ ਨਹੀਂ? ਹੁਣ ਇਸ ਲਈ ਰਾਜਾ ਕਹਿੰਦਾ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ, ਜਦ ਤੱਕ ਮੈਂ ਉਹਨੂੰ ਸਜ਼ਾ ਨਹੀਂ ਦੇਣੀ ਮੈਨੂੰ ਚੈਨ ਨਹੀਂ ਆਉਣੀ। ਉਹ ਕਹਿੰਦੇ ਲੱਭੋ ਕੋਈ ਬੁੱਧੀਮਾਨ, ਲੱਭੋ ਕੋਈ ਅਕਲਮੰਦ ਸਮਝਦਾਰ। ਤਾਂ ਕਹਿੰਦੇ ਕਿਸੇ ਨੇ ਦੱਸਿਆ, ਮਹਾਰਾਜ ਇੱਕ ਨਾ ਲਾਲ ਭੁਜੱਕੜ ਨਾਮ ਦਾ ਬੰਦਾ ਆ, ਉਹ ਕਹਿੰਦੇ ਬੜਾ, ਉਹਨੂੰ ਹਰ ਇੱਕ ਸਵਾਲ ਦਾ ਜਵਾਬ ਹੁੰਦਾ, ਉਹਦੇ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਲਾਲ ਭੁਜੱਕੜ ਦੇ ਕੋਲ, ਤਾਂ ਹੀ ਉਹਦਾ ਨਾਮ ਹੀ ਲਾਲ ਭੁਜੱਕੜ ਪੈ ਗਿਆ, ਬੁੱਝ ਲੈਂਦਾ ਉਹ ਸਭ ਕੁਛ। ਰਾਜਾ ਕਹਿੰਦਾ ਅੱਛਾ ਲਿਆਓ ਫਿਰ ਲਾਲ ਭੁਜੱਕੜ ਨੂੰ ਮੇਰੇ ਕੋਲ, ਤਾਂ ਕਿ ਬੁੱਝੇ ਸਮਝੇ ਕਿ ਚੋਰੀ ਕਿਹਨਾਂ ਕੀਤੀ, ਮੈਨੂੰ ਦੱਸੇ। ਕਹਿੰਦੇ ਹੈ ਲਾਲ ਭੁਜੱਕੜ ਨੂੰ ਲਿਆਂਦਾ ਗਿਆ, ਔਰ ਲਿਆ ਕੇ ਨਾ ਰਾਜੇ ਸਾਹਮਣੇ ਪੇਸ਼ ਕੀਤਾ ਗਿਆ। ਰਾਜਾ ਕਹਿੰਦਾ ਹਾਂਜੀ ਲਾਲ ਭੁਜੱਕੜ ਜੀ, ਸੁਣਿਆ ਤੁਸੀਂ ਹਰ ਚੀਜ਼ ਬੁੱਝ ਲੈਂਦੇ ਹੋ, ਜਰਾ ਬੁੱਝੋ ਮੇਰੇ ਮਹਿਲ 'ਚ ਚੋਰੀ ਕਿਹਨਾਂ ਕੀਤੀ ਹੈ। ਕਹਿੰਦੇ ਲੈ ਚਲੋ ਜਿੱਥੇ ਚੋਰੀ ਹੋਈ ਸੀ ਹੁਣੇ ਬੁੱਝ ਲੈਂਦੇ ਹਾਂ। ਉਹ ਕਮਰੇ 'ਚ ਲੈ ਗਿਆ ਜਿੱਥੇ ਖਜ਼ਾਨੇ 'ਚ ਚੋਰੀ ਹੋਈ ਸੀ। ਲਾਲ ਭੁਜੱਕੜ ਨੇ ਇਕੱਲੀ ਇਕੱਲੀ ਦੀਵਾਰ ਦੇਖੀ, ਹੱਥ ਫੇਰ ਕੇ ਦੀਵਾਰਾਂ ਨੂੰ ਕੰਨ ਲਾ ਕੇ ਸੁਣਿਆ। ਰਾਜਾ ਕਹਿੰਦਾ ਕਰ ਕੀ ਰਿਹਾ ਇਹ, ਪਰ ਸ਼ਾਇਦ ਬੁੱਝਦਾ ਪਿਆ ਇਹ, ਕਿਉਂਕਿ ਲਾਲ ਭੁਜੱਕੜ ਹੈ, ਬੁੱਝਦਾ ਪਿਆ ਇਹ। ਸਾਰੇ ਕਮਰੇ ਨੂੰ ਇਕੱਲੀ ਇਕੱਲੀ ਚੀਜ਼ ਨੂੰ ਕੰਨ ਲਾ ਕੇ ਐਂ ਹੱਥ ਫੇਰ ਕੇ ਦੇਖਿਆ। ਰਾਜਾ ਕਹਿੰਦਾ ਕੋਈ ਸਮਝ ਆਈ? ਕਹਿੰਦਾ ਸਮਝ ਆ ਗਈ ਰਾਜਾ ਸਾਹਿਬ, ਸਮਝ ਆ ਗਈ ਮੈਨੂੰ ਚੋਰੀ ਕਿਹਨਾਂ ਕੀਤੀ ਹੈ, ਪਰ ਇਹ ਗੱਲ ਮੈਂ ਸਾਰਿਆਂ ਵਿੱਚ ਨਹੀਂ ਦੱਸ ਸਕਦਾ, ਆ ਸਾਰੇ ਸੈਨਿਕ ਬਾਹਰ ਭੇਜੋ, ਪਰਦੇ ਦੀ ਗੱਲ ਹੈ। ਰਾਜਾ ਕਹਿੰਦਾ ਹੈ, ਕਿਤੇ ਮੇਰੇ ਕਿਸੇ ਕਰਮਚਾਰੀ ਨੇ ਨਹੀਂ ਕੀਤੀ ਜਿਹੜਾ ਸਾਰਿਆਂ ਨੂੰ ਬਾਹਰ ਭੇਜ ਰਿਹਾ, ਕਿ ਅਸੀਂ ਚੋਰ ਬਾਹਰ ਲੱਭਦੇ ਹੋਈਏ, ਚੋਰ ਘਰ 'ਚ ਹੀ ਹੋਵੇ, ਮਹਿਲ 'ਚ ਹੀ ਹੋਵੇ, ਕੋਈ ਸੈਨਾਪਤੀ ਕੋਈ ਸੈਨਿਕ ਜਿਹੜਾ ਲਾਲ ਭੁਜੱਕੜ, ਕਹਿੰਦਾ ਪਰਦੇ ਦੀ ਗੱਲ ਹੈ, ਪਰੇ ਕਰੋ। ਰਾਜੇ ਨੇ ਇਸ਼ਾਰਾ ਕੀਤਾ ਨਿਕਲੋ ਬਾਹਰ। ਜਦੋਂ ਬਾਹਰ ਗਏ ਲਾਲ ਭੁਜੱਕੜ ਕਹਿੰਦੇ ਦਰਵਾਜ਼ਾ ਬੰਦ, ਦਰਵਾਜ਼ਾ ਬੰਦ ਕਰ ਲਿਆ।
ਰਾਜਾ ਕਹਿੰਦਾ ਹੁਣ ਦੱਸ ਦੇ। ਕਹਿੰਦਾ ਜੀ ਇੱਦਾਂ ਨਹੀਂ, ਉਰੇ ਆਓ ਕੰਚ ਦੱਸਣਾ ਤੁਹਾਡੇ, ਦੀਵਾਰੋਂ ਕੇ ਵੀ ਕਾਨ ਹੋਤੇ ਹੈ, ਦੀਵਾਰਾਂ ਵੀ ਨਾ ਸੁਣ। ਰਾਜਾ ਕਹਿੰਦਾ ਕਿਤੇ ਮੇਰੇ ਬੇਟੇ ਨੇ ਤਾਂ ਨਹੀਂ ਕੀਤੀ, ਜਿਹੜਾ ਇੰਨਾ ਕਹਿੰਦਾ ਸੀਕਰਟ ਹੈ, ਕੰਚ ਦੱਸਣਾ ਹੈ, ਕਿਤੇ ਰਾਜਕੁਮਾਰ ਨੇ ਤਾਂ ਨਹੀਂ ਕੀਤੀ ਚੋਰੀ। ਰਾਜੇ ਦਾ ਦਿਲ ਧੱਕਦਾ ਕਿ ਚੋਰ ਕੌਣ ਹੋਏਗਾ। ਲਾਲ ਵਿਆਕੜ ਕਹਿੰਦਾ ਕੰਨ ਕਰੋ। ਹੁਣ ਕੰਨ ਆਇਆ ਕੋਲ, ਲਾਲ ਵਿਆਕੜ ਕਹਿੰਦਾ ਮਹਾਰਾਜ 100% ਗੱਲ ਸਹੀ ਹੈ ਇਹ, 100% ਕਿ ਚੋਰੀ ਕਿਸੇ ਚੋਰ ਨੇ ਕੀਤੀ ਹੈ। ਉਹ ਰਾਜਾ ਕਹਿੰਦਾ ਹੈ ਚੋਰ ਹੈ ਕੌਣ, ਉਹਦਾ ਨਾਂ ਕੀ ਹੈ, ਸ਼ਕਲ ਕੀ ਹੈ, ਰਹਿੰਦਾ ਕਿੱਥੇ? ਕਹਿੰਦਾ ਹੁਣ ਸਾਰਾ ਕੁਝ ਮੈਂ ਹੀ ਲੱਭੀ ਜਾਵਾਂ, ਇਹ ਤੁਸੀਂ ਲੱਭੋ। ਮੈਂ ਤਾਂ ਇੰਨੇ ਦੱਸ ਰਿਹਾ ਚੋਰੀ ਚੋਰ ਨੇ ਕੀਤੀ ਹੈ, ਉਹਦੀ ਸ਼ਕਲ ਕੀ ਹੈ, ਚੋਰ ਕੌਣ ਹੈ, ਕਿੱਥੇ ਰਹਿੰਦਾ, ਤੁਸੀਂ ਲੱਭੋ, ਤੁਹਾਡਾ ਕੰਮ ਹੈ, ਤੁਹਾਡੀ ਸੈਨਾ ਹੈ। ਰਾਜੇ ਨੇ ਮਾਰਿਆ ਮੱਥੇ ਹੱਥ, ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਮੱਥੇ ਹੱਥ ਮਾਰੀਏ, ਦੁਨੀਆ ਕਿਹਨੇ ਬਣਾਈ ਹੈ, ਪਰਮਾਤਮਾ ਨੇ, ਭਗਵਾਨ ਨੇ ਕਹਿ ਦਿੰਦੇ, ਪਰ ਭਗਵਾਨ ਹੈ ਕੌਣ, ਉਹ ਸ਼ਕਤੀ ਕਿਹੜੀ ਹੈ, ਉਹ ਰਹਿੰਦਾ ਕਿੱਥੇ ਹੈ, ਇਹ ਪਤਾ ਸਾਨੂੰ? ਜ਼ਰਾ ਗੌਰ ਕਰੋ, ਜੇ ਜਦ ਤੱਕ ਪਤਾ ਹੀ ਨਹੀਂ ਹੋਏਗਾ ਤਾਂ ਅਸੀਂ ਕਿੱਦਾਂ, ਅਸੀਂ ਬਸ ਉਹੀ ਗੱਲ ਲਾਲ ਵਿਆਕੜ ਵਾਲੀ, ਚੋਰੀ ਚੋਰ ਨੇ ਕੀਤੀ ਹੈ, ਦੁਨੀਆ ਭਗਵਾਨ ਨੇ ਬਣਾਈ ਹੈ, ਤਾਂ ਇੰਨੇ 'ਚ ਹੀ ਜਿੱਦਾਂ ਹੁਣ ਰਾਜੇ ਨੂੰ ਚੋਰ ਨਹੀਂ ਸਮਝਿਆ ਚੋਰ ਕੌਣ ਹੈ, ਪਰ ਇੰਨਾ ਪਤਾ ਕਿ ਚੋਰੀ ਚੋਰ ਨੇ ਕੀਤੀ ਹੈ। ਅੱਜ ਬੰਦੇ ਨੂੰ ਵੀ ਸਮਝ ਨਹੀਂ ਆ ਭਗਵਾਨ ਹੈ ਕੀ, ਪਰ ਦੁਨੀਆ ਉਹ ਇੱਦਾਂ ਹੀ ਨਹੀਂ, ਇੱਦਾਂ ਮਜ਼ਾ ਨਹੀਂ ਆਉਂਦਾ। ਮਜ਼ਾ ਆਇਆ ਕਿ ਉਹ ਸ਼ਕਤੀ ਨਾਲ ਜੁੜੀਏ, ਉਹ ਸ਼ਕਤੀ ਨੂੰ ਜਾਣੀਏ। ਹਾਂ, ਉਹਨੂੰ ਦਿਖਾਇਆ ਨਹੀਂ ਜਾ ਸਕਦਾ, ਜਿੱਦਾਂ ਅਸੀਂ ਸਵਾਦ ਨੂੰ ਦਿਖਾ ਨਹੀਂ ਸਕਦੇ, ਪਰ ਸਵਾਦ ਨੂੰ ਜਾਣ ਸਕਦੇ ਹਾਂ। ਸ਼ਰਬਤ ਦਾ ਸਵਾਦ ਕੀ ਹੈ, ਤੁਸੀਂ ਉਹਦੀ ਫੋਟੋ ਦਿਖਾ ਸਕਦੇ ਹੋ ਕਿਸੇ ਨੂੰ? ਮੈਂ ਆਹ ਚਾਵਲ ਖਾਧੇ, ਮੈਂ ਦਾਲ ਖਾਧੀ, ਆਹ ਹੈ ਦਾਲ ਦਾ ਸਵਾਦ। ਤੁਸੀਂ ਦਾਲ ਦੀ ਫੋਟੋ ਦੇ ਸਕਦੇ ਹੋ, ਪਰ ਦਾਲ ਦੇ ਸਵਾਦ ਦੀ ਫੋਟੋ? ਇਸ ਲਈ ਜਦੋਂ ਕਬੀਰ ਸਾਹਿਬ ਨੂੰ ਪੁੱਛਿਆ ਭਗਵਾਨ ਕੀ ਹੈ, ਤਾਂ ਕਬੀਰ ਸਾਹਿਬ ਕਹਿੰਦੇ ਭਾਈ ਉਹ ਤਾਂ ਗੁੰਗੇ ਦਾ ਗੁੜ ਹੈ, ਗੁੰਗਾ ਗੁੜ ਖਾ ਸਕਦਾ, ਸਵਾਦ ਲੈ ਸਕਦਾ, ਨੱਚ ਸਕਦਾ, ਪਰ ਬੋਲ ਕੇ। ਹੁਣ ਭਗਵਾਨ ਕੀ ਹੈ ਜੇ ਪੁੱਛੋ ਨਾ, ਤਾਂ ਤੁਹਾਨੂੰ ਦਿਖਾਇਆ ਨਹੀਂ ਜਾ ਸਕਦਾ। ਹਾਂ, ਅਗਰ ਤੁਸੀਂ ਮਿਹਨਤ ਕਰੋ, ਤੁਸੀਂ ਉਹਨੂੰ ਜਾਣ ਸਕਦੇ ਹੋ ਆਪਣੇ ਅੰਦਰ ਮਹਿਸੂਸ, ਉਹ ਸਵਾਦ ਹੈ ਇੱਕ। ਤਾਂ ਹੀ ਤਾਂ ਸ਼ਾਸਤਰਾਂ ਦਾ ਆਉਂਦਾ ਕਿ ਪਰਮਾਤਮਾ ਬਾਰੇ ਪੁੱਛਿਆ ਹੈ ਕਿ ਪਰਮਾਤਮਾ ਕੀ ਹੈ, ਤਾਂ ਵੇਦ 'ਚ ਲਿਖਿਆ ਹੈ ਰਸੋ ਵੈਸਾ। ਪਰਮਾਤਮਾ ਨੂੰ ਕੀ ਕਿਹਾ? ਰਸੋ ਵੈਸਾ, ਕਿ ਜਿੱਦਾਂ ਇੱਕ ਰਸ ਹੁੰਦਾ ਹੈ ਨਾ, ਉਹ ਰਸ ਨੂੰ ਅਸੀਂ ਚੱਖ ਸਕਦੇ ਹਾਂ, ਪਰ ਅਸੀਂ ਉਹਦੀ ਤਸਵੀਰ ਨਹੀਂ ਬਣਾ ਸਕਦੇ। ਤੁਸੀਂ ਚੋਲਾਂ ਦੀ ਤਸਵੀਰ ਬਣਾ ਸਕਦੇ ਹੋ, ਦਾਲ ਦੀ ਤਸਵੀਰ ਬਣਾ ਸਕਦੇ ਹੋ, ਗੁੜ ਦੀ ਤਸਵੀਰ ਬਣਾ ਸਕਦੇ ਹੋ, ਅੰਬ ਫਰੂਟ ਕੋਈ ਵੀ ਹੋਵੇ ਉਹਦੀ ਤਸਵੀਰ ਬਣਾ ਸਕਦੇ ਹੋ, ਪਰ ਉਹਦੇ ਸਵਾਦ ਦੀ? ਉਹ ਤਾਂ ਜਿਹੜਾ ਖਾਏਗਾ ਚਖੇਗਾ ਉਹੀ ਜਾਣ ਸਕਦਾ ਕਿ ਅੰਬ ਦਾ ਸਵਾਦ, ਐਪਲ ਯਾਨੀ ਸੇਬ ਦਾ ਸਵਾਦ ਕੀ ਹੈ, ਅੰਗੂਰ ਦਾ ਸਵਾਦ ਕੀ ਹੈ। ਇਹ ਚੱਖਣਾ ਪੈਂਦਾ ਉਹਨੂੰ, ਔਰ ਚੱਖਦਾ ਉਹੀ ਹੈ ਜਿਹੜਾ ਗੁਰੂ ਕੋਲੋਂ ਯੁਕਤੀ ਲੈ ਕੇ। ਇਹਨੂੰ ਕਹਿੰਦੇ ਆਤਮ ਗਿਆਨ। ਆਤਮ ਗਿਆਨ ਦਾ ਮਤਲਬ ਕੀ ਹੈ? ਕਿ ਆਤਮਾ ਪਰਮਾਤਮਾ ਨਾਲ ਜੁੜੀ ਹੋਈ ਹੈ। ਜਿੱਦਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਤੁਹਾਡੇ ਬੋਡੀ 'ਚ ਕਿੰਨਾ ਸ਼ੂਗਰ ਦਾ ਲੈਵਲ ਹੈ, ਬਲੱਡ ਵਿੱਚ ਸ਼ੂਗਰ ਕਿੰਨੀ ਹੈ, ਇਹ ਚੈੱਕ ਕਰਨ ਵਾਸਤੇ ਤੁਹਾਡਾ ਪੂਰਾ ਬਲੱਡ ਨਹੀਂ ਕੱਢਣਾ ਪੈਂਦਾ, ਬਲਕਿ ਇੱਕ ਬੂੰਦ ਹੀ ਕਾਫੀ ਹੈ। ਸਮਝਦੇ ਹੋ ਕਿ ਨਹੀਂ? ਇੱਕ ਮਸ਼ੀਨ ਹੁੰਦੀ ਨਾ ਜਿੱਥੇ ਮਾੜੀ, ਇੱਥੇ ਇੱਦਾਂ ਟੱਚ ਕਰਕੇ ਉੱਥੇ ਇੱਕ ਬਸ ਬੂੰਦ, ਇੱਕ ਡਰੋਪ ਪਾਉਣਾ ਪੈਂਦਾ ਖੂਨ ਦਾ, ਤਾਂ ਪੂਰੇ ਬੋਡੀ ਦੀ ਬਲੱਡ ਸ਼ੂਗਰ ਦਾ ਪਤਾ ਲੱਗ ਜਾਂਦਾ। ਭਾਈ ਇੱਕ ਸ਼ੂਗਰ 180 ਹੈ, 280 ਹੈ, 500 ਹੈ ਜਾਂ 80 ਹੈ, ਕਿੰਨੀ ਹੈ ਇੱਕ ਬੂੰਦ ਤੋਂ। ਇਸੇ ਤਰ੍ਹਾਂ ਉਹ ਪਰਮਾਤਮਾ ਵਿਸ਼ਾਲ ਸਾਗਰ ਹੈ, ਪਰ ਉਹ ਬੂੰਦ ਯਾਨੀ ਆਤਮਾ ਸਾਡੇ ਅੰਦਰ ਹੈ। ਜਦੋਂ ਅਸੀਂ ਆਤਮਾ ਨੂੰ ਜਾਣ ਲੈਂਦੇ ਤਾਂ ਸਾਨੂੰ ਪੂਰੇ ਪਰਮਾਤਮਾ ਦਾ ਗਿਆਨ। ਤਾਂ ਹੀ ਤਾਂ ਗੁਰੂਆਂ ਰਹਿਬਰਾਂ ਨੇ ਕਿਹਾ ਤੇਰੇ ਅੰਦਰ ਹੈ ਉਹ, ਮਨ ਤੂੰ ਜੋਤ ਸਰੂਪ ਹੈ। ਆਪਣੇ ਅੰਦਰ ਪਹਿਚਾਣ, ਆਪਣੇ ਮੂਲ ਨੂੰ ਪਹਿਚਾਣ, ਪਰ ਇਹ ਪਹਿਚਾਣ ਆਪਣੇ ਆਪ ਨਹੀਂ ਹੁੰਦੀ, ਉੱਥੇ ਸਾਨੂੰ ਗੁਰੂ ਰਹਿਬਰ ਦੀ, ਫਕੀਰਾਂ ਦੀ, ਮੁਰਸ਼ਦ ਦੀ ਜ਼ਰੂਰਤ, ਜੋ ਰਸਤਾ ਦਿਖਾਵੇ। ਇਸ ਲਈ ਆਓ, ਹੁਣ ਟਾਈਮ ਕਾਫੀ ਹੋ ਗਿਆ, ਸੋ ਸਤਸੰਗ ਨੂੰ ਸਮਾਪਤੀ ਵੱਲ ਲੈ ਕੇ ਚੱਲੀਏ।
ਔਰ ਇਹ ਪੂਰੀ ਕਰੀਏ ਫਰੀਦ ਸਾਬਰੀ ਦੀ ਗੱਲ ਕਿ ਫਕੀਰੋ ਕੀ ਸੋਹਬਤ ਮੇਂ ਬੈਠ ਕਰ ਮੈਨੇ ਆਰਾਮ ਪਾਇਆ ਹੈ, ਜੋ ਨਹੀਂ ਮਿਲਾ ਥਾ ਕਿਤਾਬੋ ਸੇ ਵੋ ਆਤਮ ਗਿਆਨ ਪਾਇਆ ਹੈ, ਭਟਕ ਰਹਾ ਥਾ ਮੈਂ ਦੁੱਖੋ ਕੀ ਜ਼ਮੀਨ ਪਰ, ਅਬ ਖੁਸ਼ੀਓ ਕਾ ਆਸਮਾਨ ਪਾਇਆ ਹੈ, ਜੋ ਨਹੀਂ ਮਿਲਾ ਥਾ ਮੁਝੇ ਮੰਦਰੋ ਮਸਜਿਦੋ ਮੇਂ, ਫਕੀਰੋ ਕੀ ਸੋਹਬਤ ਸੇ ਮੈਨੇ ਵੋ ਰਹਿਮਾਨ ਪਾਇਆ ਹੈ। ਕਹਿੰਦੇ ਜਿਹੜਾ ਮੈਨੂੰ ਮੰਦਰਾਂ ਮਸਜਿਦਾਂ 'ਚ ਨਹੀਂ ਮਿਲਿਆ, ਫਕੀਰਾਂ ਦੀ ਸੋਹਬਤ 'ਚ ਬੈਠਣ ਨਾਲ ਉਹ ਰਹਿਮਾਨ, ਰਹਿਮਾਨ ਯਾਨੀ ਉਹ ਭਗਵਾਨ, ਉਹ ਪਰਮਾਤਮਾ, ਪ੍ਰਭੂ ਕਹਿ ਦਿਓ, ਕਿਉਂਕਿ ਉਹਦੀ ਝਲਕ ਉਹ ਤੱਕ ਜਾਣ ਦਾ ਰਸਤਾ ਸਾਨੂੰ ਮੁਰਸ਼ਦ ਹੀ ਦਿਖਾਉਂਦਾ ਹੈ। ਫਕੀਰਾਂ ਦੀ ਸੋਹਬਤ 'ਚ ਬੈਠਾਂਗੇ ਫਿਰ ਹੀ ਪਤਾ ਲੱਗੇਗਾ। ਇਸ ਲਈ ਭਟਕ ਰਹਾ ਥਾ ਦੁੱਖੋ ਕੀ ਜ਼ਮੀਨ ਪਰ, ਕਿੰਨਾ ਚਿਰ ਤੱਕ ਦੁੱਖਾਂ ਦੀ ਜ਼ਮੀਨ 'ਤੇ ਰੇਂਗਦੇ ਰਹਾਂਗੇ, ਕਿਉਂਕਿ ਮੌਲਾਨਾ ਰੂਮੀ ਨੇ ਵੀ ਕਿਹਾ ਹੈ ਕਿ ਤੁਹਾਰਾ ਜਨਮ ਪੰਖੋ ਕੇ ਸਾਥ ਹੁਆ ਉੜਨੇ ਕੇ ਲੀਏ, ਫਿਰ ਤੁਮ ਰੇਂਗ ਕਿਉਂ ਰਹੇ ਹੋ। ਕਹਿੰਦੇ ਤੁਹਾਨੂੰ ਪਰਮਾਤਮਾ ਨੇ ਪੰਖ ਦਿੱਤੇ ਹੋਏ ਆ, ਤੁਸੀਂ ਉੜ ਸਕਦੇ ਹੋ। ਇਹ ਉਹੀ ਗੱਲ ਨਾ ਕਹਾਣੀ ਸੁਣੀ ਹੋਏਗੀ ਕਿ ਇੱਕ ਸ਼ੇਰ ਦਾ ਬੱਚਾ ਭੇਡਾਂ 'ਚ ਚਲਾ ਗਿਆ, ਤੂੰ ਆਪਣੇ ਨੂੰ ਭੇਡ ਹੀ ਸਮਝਣ ਲੱਗ ਗਿਆ, ਹਾਲਾਂਕਿ ਸੀਗਾ ਉਹ। ਔਰ ਦੂਜੀ ਕਹਾਣੀ ਹੈ ਕਿ ਇੱਕ ਬਾਜ ਦਾ ਬੱਚਾ, ਕਹਿੰਦੇ ਇੱਕ ਬਾਜ ਦੇ ਆਲਣ 'ਚ ਅੰਡਾ ਸੀ, ਤੂਫਾਨ ਆਇਆ ਅੰਡਾ ਗਿਰਿਆ। ਕਹਾਣੀ ਹੈ ਸਮਝਾਉਣ ਵਾਸਤੇ ਕਿ ਕੋਲ ਹੀ ਮੁਰਗੀਆਂ ਦਾ ਬਾੜਾ ਸੀ, ਉਹ ਗਿਰਦਾ ਗਿਰਦਾ ਮੁਰਗੀਆਂ ਦੇ ਬਾੜੇ ਕੋਲ ਚਲਾ ਗਿਆ। ਇੱਥੇ ਬਾਕੀ ਮੁਰਗੀਆਂ ਦੇ ਅੰਡੇ ਸੀ, ਬਾਜ ਦਾ ਅੰਡਾ ਠੀਕ ਆ ਬੜਾ, ਪਰ ਮੁਰਗੀ ਨੇ ਸੋਚਿਆ ਵੀ ਮੇਰਾ ਅੰਡਾ ਹੈ, ਉਹਨੇ ਉਹਨੂੰ ਵੀ ਇੱਦਾਂ ਸਹਿਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਅੰਡਿਆਂ 'ਚੋਂ ਚੂਜੇ ਨਿਕਲੇ, ਤਾਂ ਬਾਜ ਦੇ ਅੰਡੇ 'ਚੋਂ ਬਾਜ ਨਿਕਲਿਆ। ਪਰ ਹੁਣ ਮੁਰਗੀਆਂ 'ਚ ਹੋਣ ਕਰਕੇ ਉਹ ਬਾਜ ਵੀ ਆਪਣੇ ਆਪ ਨੂੰ ਮੁਰਗੀ ਸਮਝਣ ਲੱਗ ਪਿਆ, ਮੈਂ ਮੁਰਗੀ। ਹੁਣ ਕਹਿੰਦੇ ਮੁਰਗੀਆਂ ਵਾਂਗੂ ਦਾਣਾ ਚੁਗਣਾ, ਇਹ ਨਹੀਂ ਦੇਖਣਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ, ਪਰ ਕਹਿੰਦੇ ਸਮਝ, ਸੋਚ। ਕਿਉਂਕਿ ਬੰਦਾ ਜੋ ਹੁੰਦਾ ਨਾ, ਕਈ ਵਾਰ ਸਰੀਰ ਬਹੁਤ ਬੜਾ ਹੁੰਦਾ, ਪਰ ਇੱਥੇ ਅਗਰ ਸੋਚ ਹੀ ਡਰ ਵਾਲੀ ਹੈ, ਚਿੰਤਾ ਵਾਲੀ ਹੈ, ਤਾਂ ਫਿਰ ਬੰਦਾ ਡਰਪੋਕ ਹੁੰਦਾ। ਸਮਝਣਾ ਜ਼ਰਾ ਸਾਰਿਆਂ ਨੇ। ਹੁਣ ਕਹਿੰਦੇ ਇੱਦਾਂ ਹੌਲੀ ਹੌਲੀ ਬਾਜ ਬੜਾ ਹੋਣ ਲੱਗਾ। ਇੱਕ ਦਿਨ ਬਾਜ ਨੂੰ ਉੱਪਰ ਦੇਖਿਆ, ਕੋਈ ਬਾਜ ਉੱਡ ਰਿਹਾ ਹੈ, ਅਤੇ ਇਹਨਾਂ ਮੁਰਗੀਆਂ ਨੂੰ ਪੁੱਛਿਆ ਕੋਈ ਉਹ ਕਿਹੜਾ ਪੰਛੀ ਹੈ, ਬੜਾ ਉੱਚਾ ਉੱਡ ਰਿਹਾ ਹੈ। ਔਰ ਮੁਰਗੀਆਂ ਜਿੱਦਾਂ ਥੋੜ੍ਹਾ ਜਿਹਾ ਉੱਡਦੀਆਂ, ਇੱਦਾਂ ਬਾਜ ਵੀ ਉਹਨਾਂ ਮਗਰ ਹੀ, ਕਿਉਂਕਿ ਆਪਣੇ ਮੁਰਗੀ ਸਾਹਮਣੇ ਉੱਨਾ ਵੀ ਉੱਡਦਾ ਸੀ। ਉਹ ਕਿਹੜਾ ਪੰਛੀ ਐਡਾ ਉੱਚਾ ਉੱਡ ਰਿਹਾ ਹੈ, ਮੈਂ ਨਹੀਂ ਉੱਡਣਾ, ਮੈਂ ਵੀ ਚਾਹੁੰਦਾ ਇੱਦਾਂ ਉੜਾਂ। ਮੁਰਗੀਆਂ 'ਚ ਚੁੱਪ ਕਰਕੇ ਬਹਿ ਜਾ ਵੇ ਮੁਰਗੀ, ਉਹ ਬਾਜ ਹੈ ਬਾਜ, ਤੂੰ ਮੁਰਗੀ ਹੈ, ਇਹ ਤੂੰ ਨਹੀਂ ਉੱਡ ਸਕਦੀ, ਤੂੰ ਮੁਰਗੀ ਹੈ, ਤੂੰ ਨਹੀਂ ਉੱਡ ਸਕਦੀ ਉੱਥੇ ਤੱਕ, ਚੁੱਪ ਕਰਕੇ ਬਹਿ ਜਾ। ਵੱਡੇ ਸੁਪਨੇ ਨਹੀਂ ਦੇਖੀਦੇ, ਵੱਡੇ ਖਾਬ ਨਹੀਂ ਦੇਖੀਦੇ, ਉੜਨਾ ਤੂੰ ਬਾਜ ਮੰਗੋ, ਆਇਆ ਵੱਡਾ। ਮੁਰਗੀਆਂ ਤਾਂ ਮੁਰਗੀਆਂ ਵਾਲੀ ਗੱਲ ਕਰ, ਚੱਲ ਖਬਰਦਾਰ ਦੁਬਾਰਾ ਗੱਲ ਕੀਤੀ ਤਾਂ ਕਹਿੰਦੇ ਇੱਦਾਂ ਡਾਂਟਿਆ ਬਾਜ ਮੇਰਾ ਚੁੱਪ, ਮੁੜ ਕੇ ਸਾਰੀ ਜ਼ਿੰਦਗੀ ਕਦੀ ਉੜਨ ਦੀ ਗੱਲ, ਔਰ ਇੱਦਾਂ ਹੀ ਮਰ ਗਿਆ। ਕਦੀ ਸਵਾਲ ਹੀ ਨਹੀਂ ਉਠਾਇਆ, ਕਦੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਕੌਣ ਹਾਂ, ਮੈਂ ਕੀ ਹਾਂ, ਬਸ ਕਹਿ ਤਾ ਉਹਨਾਂ ਨੇ ਮੁਰਗੀ ਹੈ, ਚੁੱਪ ਕਰ, ਤੂੰ ਮੁਰਗੀ ਹੈ, ਤੂੰ ਬਾਜ ਥੋੜ੍ਹੀ ਹੈ, ਐਡੀ ਉੱਚੀ ਉੜਨ ਦੀ ਗੱਲ ਨਾ ਸੋਚੀ। ਜਦੋਂ ਦੂਜਿਆਂ ਨੇ ਕਿਹਾ ਤਾਂ ਸੋਚਣਾ ਹੀ, ਅੱਜ ਕਈ ਤੁਹਾਨੂੰ ਵੀ ਕਹਿੰਦੇ ਤੇ ਤੋਂ ਨਹੀਂ ਹੋਣਾ, ਤੂੰ ਨਹੀਂ ਕਰ ਸਕਦਾ, ਹਾਲਾਂਕਿ ਤੁਹਾਡੇ ਅੰਦਰ ਸ਼ਕਤੀ, ਤੁਹਾਡੇ ਅੰਦਰ ਤਾਕਤ, ਪਰ ਦੂਜੇ ਤੇ ਤੋਂ ਨਹੀਂ ਹੋਣਾ, ਤੂੰ ਨਹੀਂ ਕਰ ਸਕਦਾ, ਆਇਆ ਵੱਡਾ, ਦੇਖਤਾ ਜਾਣਾ ਇਹਨਾਂ ਉਚਾਈਆਂ ਤੱਕ, ਚੱਲ ਦੇਖੇ ਆਪਣੀ ਸ਼ਕਲ ਸ਼ੀਸ਼ੇ 'ਚ, ਤੂੰ ਨਹੀਂ ਕਰ ਸਕਦਾ। ਹੁਣ ਅਸੀਂ ਆਪਣੀ ਸ਼ਕਤੀ 'ਤੇ ਵਿਸ਼ਵਾਸ ਕਰਨ ਦੀ ਬਜਾਏ ਆਪਣੇ ਰੱਬ 'ਤੇ ਵਿਸ਼ਵਾਸ ਕਰਨ ਦੀ ਬਜਾਏ ਲੋਕਾਂ ਦੀਆਂ ਗੱਲਾਂ 'ਤੇ ਕਹਿ ਦਿਓ। ਇਸ ਲਈ ਇੱਕ ਗੱਲ ਕਹਾਂਗੇ, ਇਹ ਗੱਲ ਯਾਦ ਰੱਖਣਾ ਕਿ ਹਰ ਅੱਛੀ ਚੀਜ਼ ਕੋ, ਹਰ ਅੱਛੀ ਵਸਤੂ ਕੋ ਗ੍ਰਹਿਣ ਕਰੋ, ਔਰ ਹਰ ਬੁਰੀ ਚੀਜ਼ ਕਾ ਤਿਆਗ ਕਰੋ, ਫਿਰ ਚਾਹੇ ਵੋ ਵਿਚਾਰ ਹੋ, ਕੋਈ ਵਸਤੂ ਹੋ, ਔਰ ਜਾਂ ਕੋਈ ਇਨਸਾਨ। ਕਿ ਜਿਹੜੀ ਚੀਜ਼ ਤੁਹਾਡੇ ਜੀਵਨ ਵਾਸਤੇ ਅੱਛੀ ਹੋਵੇ ਉਹਨੂੰ ਗ੍ਰਹਿਣ ਕਰੋ, ਉਹਨੂੰ ਅਪਣਾਓ। ਹੁਣ ਜਿੱਦਾਂ ਅਸੀਂ ਦੱਸਿਆ
ਕਿ ਜੇ ਬੰਦਾ ਫਰਜ਼ ਕਰੋ ਤੰਦਰੁਸਤੀ ਚਾਹੁੰਦਾ ਹੈ, ਉਹਨੂੰ ਲੱਗਦਾ ਭਾਈ ਤੰਦਰੁਸਤੀ ਚਾਹੀਦੀ ਹੈ ਤਾਂ ਮੈਨੂੰ ਤਲੀਆਂ ਤੁਲੀਆਂ ਚੀਜ਼ਾਂ ਛੱਡਣੀਆਂ ਪੈਣੀਆਂ, ਅੱਛੀਆਂ ਤਾਂ ਲੱਗਦੀਆਂ ਪਰ ਮੇਰੀ ਸਿਹਤ ਵਾਸਤੇ ਅੱਛੀਆਂ, ਇਸ ਕਰਕੇ ਜਿਹੜੀ ਚੀਜ਼ ਮੇਰੇ ਅੱਛੀ ਨਹੀਂ ਤਿਆਗ ਕਰਾਂ ਇਹਦਾ। ਜਾਂ ਹੋਰ ਇੱਦਾਂ ਕਈ ਆਦਤਾਂ ਹੁੰਦੀਆਂ, ਹੁਣ ਕੋਈ ਸ਼ਰਾਬ ਪੀਂਦਾ ਹੈ, ਕੋਈ ਚਿੱਟੇ ਦਾ ਨਸ਼ਾ, ਕੋਈ ਕਿਸੇ ਚੀਜ਼ ਦਾ, ਪਤਾ ਕਿ ਮੇਰੇ ਵਾਸਤੇ ਅੱਛਾ ਮੇਰੇ ਵਾਸਤੇ ਬੁਰਾ ਹੈ। ਹੁਣ ਜਿਹੜਾ ਸਮਝਦਾਰ ਹੈ ਉਹ ਕਹਿੰਦਾ ਮੈਂ ਹਰ ਉਸ ਚੀਜ਼ ਨੂੰ ਗ੍ਰਹਿਣ ਕਰਨਾ ਹੈ ਜੋ ਮੇਰੇ ਵਾਸਤੇ ਅੱਛੀ ਹੋਵੇ, ਤਾਂ ਹਰ ਉਹ ਚੀਜ਼ ਦਾ ਤਿਆਗ ਕਰਨਾ ਜੋ ਮੇਰੇ ਵਾਸਤੇ, ਚਾਹੇ ਫਿਰ ਕੋਈ ਵਸਤੂ ਹੋਵੇ, ਕੋਈ ਵਿਚਾਰ ਹੋਵੇ, ਚਾਹੇ ਕੋਈ ਇਨਸਾਨ। ਹੁਣ ਕਈ ਵਿਚਾਰ ਵੀ ਹੁੰਦੇ ਬੁਰੇ, ਤੂੰ ਨਹੀਂ ਕਰ ਸਕਦਾ ਇਹ ਬੁਰੇ ਵਿਚਾਰ, ਇਹਨੂੰ ਗ੍ਰਹਿਣ, ਇਹਨੂੰ ਬਾਹਰ ਇੱਥੋਂ ਸੁਣੋ ਤਾਂ ਦੂਜੇ ਪਾਸੇ ਕੱਢ ਦਿਓ। ਉਹ ਵਿਚਾਰ ਗ੍ਰਹਿਣ ਕਰੋ ਜਿਹੜੇ ਸਾਡੇ ਅੰਦਰ ਹਿੰਮਤ ਪੈਦਾ ਕਰਨ, ਜਿਹੜੇ ਸਾਡੇ ਅੰਦਰ ਜੋਸ਼ ਪੈਦਾ ਕਰਨ, ਜਿਹੜੇ ਸਾਡੇ ਅੰਦਰ ਤਾਕਤ ਵਿਸ਼ਵਾਸ ਪੈਦਾ ਕਰਨ, ਕਿਉਂਕਿ ਤੁਹਾਡੇ ਅੰਦਰ ਵੀ ਬਾਜ ਵਾਲੀ ਤਾਕਤ ਹੈ ਉੜਨ ਦੀ, ਕਿਉਂਕਿ ਬਾਜ ਦੇ ਬੱਚੇ ਹੋ ਤੁਸੀਂ ਵੀ, ਸਮਝਦੇ ਹੋ ਕਿ ਨਹੀਂ? ਜ਼ਰਾ ਜਵਾਬ ਦੇਣਾ, ਕਿਹਨੂੰ ਆਪਣਾ ਪਿਤਾ ਮੰਨਦੇ ਹੋ? ਪਰਮਾਤਮਾ ਨੂੰ ਮੰਨਦੇ ਹੋ ਕਿ ਨਹੀਂ? ਉਹ ਈਸ਼ਵਰ ਭਗਵਾਨ, ਚਾਹੇ ਅੱਲਾਹ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਰਾਮ ਕਹਿ ਲਈਏ, ਨਾਮ ਉਹਦੇ ਅਨੇਕਾਂ ਹੀ ਹੈ, ਪਰ ਉਹ ਸਾਡਾ ਜਨਮਦਾਤਾ ਹੈ। ਤਾਂ ਹੁਣ ਫਰਜ਼ ਕਰੋ ਉਹ ਬਾਜ ਜਿਹਨਾਂ ਦਾ ਪਿਤਾ ਬਾਜ ਹੋਵੇ, ਉਹ ਬੱਚੇ ਵੀ, ਪਰ ਬਈ ਇੱਥੇ ਤਾਂ ਬੱਚੇ ਆਪਣੇ ਮੁਰਗੀ ਸਮਝੀਏ ਬੈਠੇ, ਅਸੀਂ ਕਿੱਥੇ ਉੜ ਪਾਉਣਾ ਆ? ਕਿਉਂਕਿ ਕੋਈ ਕਹਿ ਦਿੰਦਾ ਦੇਖ ਤਾਂ ਜਾਣਾ ਤੂੰ ਉਚਾਈਆਂ 'ਤੇ, ਦੇਖ ਤਾਂ ਹੋਣਾ ਤੂੰ ਕਾਮਯਾਬ, ਉਹ ਤੈਨੂੰ ਸਫਲਤਾ ਨਹੀਂ ਮਿਲਣੀ, ਕੰਮ ਹੀ ਬੜਾ ਔਖਾ ਹੈ। ਕਿਉਂਕਿ ਦੇਖ ਰਹੇ ਸੀ ਕੋਈ ਕਹਿੰਦਾ ਮੈਂ ਜੀ ਡਾਕਟਰ, ਲੈ ਡਾਕਟਰ ਬਣਨਾ, ਛੱਡ ਦੇ ਤੂੰ ਬਣਨਾ ਡਾਕਟਰ, ਜਾਂ ਤੂੰ ਬਣਨਾ ਜੱਜ ਵਕੀਲ। ਹੁਣ ਇੱਦਾਂ ਦੀਆਂ ਗੱਲਾਂ ਕਰਕੇ ਜਿਹੜੀ ਬੰਦੇ ਅੰਦਰ ਮਾੜੀ ਮੋਟੀ ਹਿੰਮਤ ਹੁੰਦੀ ਹੈ ਬੱਚਿਆਂ ਅੰਦਰ, ਉਹ ਵੀ ਸਮਝਦੇ ਹੋ ਕਿ ਨਹੀਂ? ਸੋ ਫਿਰ ਕਹਾਂਗੇ ਕਿ ਤੁਹਾਡਾ ਜਨਮ ਪੰਖੋਂ ਕੇ ਸਾਥ ਉੜਨੇ ਕੇ ਲਈ ਲੀਏ ਹੁਆ ਹੈ, ਫਿਰ ਰੇਂਗ ਕਿਉਂ ਰਹੇ ਹੋ? ਜੇ ਅਸੀਂ ਆਪਣੇ ਵਿਸ਼ਵਾਸ ਨਾਲ ਆਪਣੇ ਆਪ 'ਤੇ ਯਕੀਨ ਕਰਕੇ, ਆਪਣੇ ਮਾਲਕ 'ਤੇ ਯਕੀਨ ਕਰਕੇ, ਉਹਦੀਆਂ ਰਹਿਮਤਾਂ 'ਤੇ ਯਕੀਨ ਕਰਕੇ ਜੇ ਕਾਮਯਾਬੀ ਦੇ ਆਕਾਸ਼ ਵਿੱਚ ਉੜ ਸਕਦੇ ਹਾਂ, ਤਾਂ ਫਿਰ ਲੋਕਾਂ ਦੀਆਂ ਗੱਲਾਂ ਸੁਣ ਕੇ ਜ਼ਮੀਨ 'ਤੇ ਕਿਉਂ ਭਟਕ ਰਹੇ ਹਾਂ ਅਸੀਂ? ਦੁੱਖਾਂ 'ਚ ਜ਼ਿੰਦਗੀ ਕਿਉਂ ਗੁਜ਼ਾਰ ਰਹੇ ਹਾਂ? ਇਸ ਲਈ ਭਟਕ ਰਹਾ ਥਾ ਦੁੱਖੋਂ ਕੀ ਜ਼ਮੀਨ ਪਰ, ਫਕੀਰੋਂ ਕੀ ਸੋਹਬਤ ਮੇਂ ਖੁਸ਼ੀਓਂ ਕਾ ਆਸ ਮਾਨ ਪਾਇਆ ਹੈ। ਉਹ ਕਹਿੰਦੇ ਜਦੋਂ ਫਕੀਰਾਂ ਨਾਲ ਜੁੜਿਆ ਤਾਂ ਫਿਰ ਉੜਨ ਦੀ ਕਲਾ ਦੱਸੀ ਉਹਨਾਂ ਨੇ ਕਿ ਜ਼ਮੀਨ 'ਤੇ ਭਟਕਣ ਦੀ ਲੋੜ ਨਹੀਂ ਹੈ, ਆਪਣੇ ਆਪ 'ਤੇ ਵਿਸ਼ਵਾਸ ਕਰ, ਮੈਂ ਕਰ ਸਕਦਾ ਹਾਂ ਕਿਉਂਕਿ ਮੇਰਾ ਮਾਲਕ ਮੇਰੇ, ਮੈਨੂੰ ਕਾਮਯਾਬੀ ਜ਼ਰੂਰ, ਕਿਉਂਕਿ ਕਾਮਯਾਬੀ ਦੇਣ ਵਾਲਾ ਮੇਰਾ ਮਾਲਕ ਮੇਰੇ, ਮੇਰੀ ਹਰ ਮੁਸ਼ਕਿਲ ਦਾ ਹੱਲ, ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ, ਇੱਦਾਂ ਦਾ ਵਿਸ਼ਵਾਸ ਰੱਖੋ ਤਾਂ ਫਿਰ ਇਨਸਾਨ ਬੜੀਆਂ ਬੜੀਆਂ ਜੰਗ, ਬੜੀਆਂ ਬੜੀਆਂ ਲੜਾਈਆਂ, ਬੜੀਆਂ ਬੜੀਆਂ ਚੋਟੀਆਂ ਫਤਿਹ ਕਰ ਲੈਂਦਾ ਹੈ, ਕਰ ਸਕਦੇ ਹੋ ਤੁਸੀਂ। ਅੱਜ ਅਗਰ ਜੀਵਨ 'ਚ ਕੋਈ ਦੁੱਖ ਵੀ ਹੈ ਨਾ, ਤਾਂ ਦੁਨੀਆਂ ਬੇਸ਼ੱਕ ਕਵੇ ਇਹ ਨਹੀਂ ਠੀਕ ਹੋਣ ਵਾਲਾ, ਲੈ ਹੈ ਮੇਰਾ ਮਾਲਕ ਬੈਠਾ, ਯਕੀਨ ਦੇ ਨਾਲ ਕਦਮ ਵਧਾਈਏ। ਕੋਈ ਵੀ ਮੁਸ਼ਕਿਲ ਹੈ, ਨਿਰਾਸ਼ ਨਾ ਹੋਈਏ, ਨਾ ਉਮੀਦ ਨਾ ਹੋਈਏ, ਬਲਕਿ ਵਿਸ਼ਵਾਸ ਰੱਖੀਏ। ਔਰ ਯਾਦ ਰੱਖੋ ਸ਼੍ਰੀ ਕ੍ਰਿਸ਼ਨ ਨੇ ਇਹੀ ਤਾਂ ਕਿਹਾ ਕਿ ਤੁਹਾਡਾ ਵਿਸ਼ਵਾਸ ਬੜੇ ਬੜੇ ਪਹਾੜਾਂ ਨੂੰ ਵੀ ਕੰਕਰ ਬਣਾ ਸਕਦਾ ਹੈ। ਵਿਸ਼ਵਾਸ ਨਾਲ ਕਦਮ ਤਾਂ ਵਧਾਓ, ਕੰਕਰ ਦਾ ਮਤਲਬ ਜਿਹੜੇ ਪਹਾੜ ਉੱਚੇ ਹੁੰਦੇ ਆ, ਵਿਸ਼ਵਾਸ ਨਾਲ ਚੜ੍ਹੋ ਉਹ ਪਹਾੜ ਵੀ ਤੁਹਾਡੇ ਪੈਰਾਂ ਥੱਲੇ, ਕਿਉਂਕਿ ਸਿਖਰ ਜਿੰਨਾ ਮਰਜ਼ੀ ਉੱਚਾ ਹੋਵੇ ਜਦੋਂ ਤੁਸੀਂ ਚੜ੍ਹ ਜਾਂਦੇ ਤਾਂ ਤੁਹਾਡੇ ਪੈਰਾਂ ਥੱਲੇ ਹੀ ਹੁੰਦਾ, ਉਹ ਪੈਰਾਂ ਥੱਲੇ ਹੁੰਦਾ ਕਿ ਨਹੀਂ? ਤਾਂ ਫਿਰ ਜ਼ਰਾ ਸੋਚੋ, ਪਰਮਾਤਮਾ ਨੇ ਤੁਹਾਡੇ ਅੰਦਰ ਬੜੀ ਸ਼ਕਤੀ ਰੱਖੀ ਹੋਈ ਹੈ, ਬੜੇ ਗੁਣ ਹੈ ਤੁਹਾਡੇ ਅੰਦਰ। ਇਸ ਲਈ ਆਪਣੇ ਆਤਮ ਗਿਆਨ, ਯਾਨੀ ਆਪਣੀ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰੋ, ਸਮਝੋ ਕਿ ਤੁਸੀਂ ਕਮਜ਼ੋਰ ਨਹੀਂ ਹੋ, ਤੁਸੀਂ ਸ਼ਕਤੀਸ਼ਾਲੀ ਪਿਤਾ ਦੀ ਸ਼ਕਤੀਸ਼ਾਲੀ ਸੰਤਾਨ ਹੋ। ਆਪਣੀ ਸ਼ਕਤੀ 'ਤੇ ਵਿਸ਼ਵਾਸ ਕਰਨਾ ਸਿੱਖੋ, ਆਪਣੇ ਰੱਬ 'ਤੇ ਵਿਸ਼ਵਾਸ ਕਰਨਾ ਸਿੱਖੋ, ਤਾਂ ਫਿਰ ਹਰ ਮੁਸ਼ਕਲ ਦਾ ਹੱਲ ਕਰਨ ਦੀ ਤਾਕਤ ਕਸ਼ਮਤਾ ਤੁਹਾਡੇ ਅੰਦਰ ਹੀ ਹੈ, ਸਮਝਦੇ ਹੋ ਕਿ ਨਹੀਂ? ਇਹ ਯਾਦ ਰੱਖਣਾ ਇਹ ਗੱਲ ਨੂੰ, ਅੱਛਿਆਂ ਦੀ ਸੋਬਤ ਕਰੀਏ।
ਫਕੀਰਾਂ ਦੇ ਨਾਲ ਜੁੜੀਏ ਬੁਰੀਆਂ ਸੋਭਤਾਂ ਤੋਂ। ਅੱਜ ਦਾ ਬਾਜ ਦੇ ਬੱਚੇ ਨੂੰ ਕਿਹਾ ਨਾ ਮੁਰਗੀ, ਉਹ ਬਾਜ ਆ ਤੂੰ ਮੁਰਗੀ ਹੈ ਤੂੰ ਨਹੀਂ ਉੱਡ ਸਕਦੀ, ਹਾਲਾਂਕਿ ਹੈ ਉਹ ਵੀ। ਤਾਂ ਹੁਣ ਤੁਸੀਂ ਵੀ ਦੇਖੋ, ਤੁਹਾਨੂੰ ਵੀ ਇੱਦਾਂ ਦੀਆਂ ਕਈ ਮੁਰਗੀਆਂ ਕਈ ਮੁਰਗੇ ਮਿਲਣਗੇ ਗੱਲਾਂ ਕਰਨ ਵਾਲੇ, ਪਰ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਆ ਕੇ ਆਪਣੇ ਆਪ ਨੂੰ ਮੁਰਗਾ ਮੁਰਗੀ ਨਹੀਂ ਸਮਝਣਾ, ਤੁਸੀਂ ਆਪਣੇ ਨੂੰ ਬਾਜ ਸਮਝੋ ਕਿ ਮੈਂ ਉੱਡ ਸਕਦਾ ਹਾਂ, ਮੈਂ ਕਾਮਯਾਬੀ ਦੇ ਸਿਖਰ ਤੱਕ ਪਹੁੰਚ, ਬਸ ਮੈਨੂੰ ਵਿਸ਼ਵਾਸ ਔਰ ਮਿਹਨਤ ਕਰਨ ਦੀ ਲੋੜ ਹੈ। ਸਮਝਦੇ ਹੋ ਅੱਜ ਤੋਂ ਕਰੂੰਗੇ ਕਿ ਨਹੀਂ? ਫਿਰ ਕਹਿ ਦਿਓ ਮੇਰਾ ਵਿਸ਼ਵਾਸ ਵਧੀਆ, ਮੇਰਾ ਵਿਸ਼ਵਾਸ ਵਧੀਆ, ਵਧੀਆ ਕਿ ਨਹੀਂ? ਜਿਹਦਾ ਜਿਹੜਾ ਵਧੀਆ ਉੱਚੀ ਆਵਾਜ਼ 'ਚ ਕਹੇਗਾ ਮੇਰਾ ਵਿਸ਼ਵਾਸ, ਮੇਰੀ ਹਿੰਮਤ, ਮੇਰਾ ਹੌਸਲਾ, ਮੇਰੀ ਸ਼ਕਤੀ, ਮੇਰਾ ਜੋਸ਼, ਮੇਰੀ ਐਨਰਜੀ ਵਧਣੀ ਚਾਹੀਦੀ ਘਟੇ ਨਾ ਹੈ, ਕਿਉਂਕਿ ਬੜੀ ਐਨਰਜੀ ਸ਼ਕਤੀ ਸਾਹਸ ਵਿਸ਼ਵਾਸ ਦੀ ਜ਼ਰੂਰਤ ਹੈ ਇਹ ਦੁਨੀਆਂ ਨੂੰ ਕਾਮਯਾਬੀ ਨੂੰ ਪਾਉਣ ਵਾਸਤੇ, ਇਹ ਦੁਨੀਆਂ ਨੂੰ ਜਿੱਤਣ ਵਾਸਤੇ। ਯਾਨੀ ਦੁਨੀਆਂ ਨੂੰ ਇੱਦਾਂ ਸਿਕੰਦਰ ਦੀ ਤਰ੍ਹਾਂ ਨਹੀਂ ਜਿੱਤਣਾ, ਮਤਲਬ ਜਿੱਤਣ ਦਾ ਮਤਲਬ ਕੀ ਹੈ ਕਿ ਸਾਡੀ ਜੋ ਸੁਪਨਿਆਂ ਦੀ ਦੁਨੀਆਂ ਹੈ ਨਾ, ਅਗਰ ਉਹਨੂੰ ਜਿੱਤਣਾ ਹੈ ਉਹਨੂੰ ਪਾਉਣਾ ਹੈ ਤਾਂ ਵਿਸ਼ਵਾਸ ਹਿੰਮਤ ਹੌਸਲੇ ਸਾਹਸ ਨਾਲ ਹੀ ਪਾਈ ਜਾ ਸਕਦੀ ਹੈ, ਨਹੀਂ ਤਾਂ ਦੁਨੀਆਂ ਉੱਦਾਂ ਜਿੱਤਣ ਤੁਰੀ ਹੈ ਤਾਂ ਸਿਕੰਦਰ ਵੀ ਰੋਂਦਾ ਹੀ ਗਿਆ ਸੀ। ਸਮਝਦੇ ਹੋ ਕਿ ਨਹੀਂ? ਅਸੀਂ ਤਾਂ ਕਿਹਾ ਹੈ ਕਿ ਬੁੱਲੇ ਸ਼ਾਹ ਤੂੰ ਜਿੱਤ ਲੈ ਉਸਨੂੰ, ਕਿਹਨੂੰ ਜਿੱਤਣਾ ਭਲਾ? ਬੁੱਲੇ ਸ਼ਾਹ ਨੇ ਕਿਹੜੀ ਗੱਲ ਕੀਤੀ ਹੈ? ਦੇਖੋ ਕਿੱਡੀ ਪਿਆਰੀ ਗੱਲ ਯਾਦ ਆ ਗਈ ਬੁੱਲੇ ਸ਼ਾਹ ਦੀ, ਔਰ ਫਿਰ ਸਤਸੰਗ ਨੂੰ ਸਮਾਪਤ ਵੀ ਕਰਨਾ ਹੈ ਕਿ ਬੁੱਲੇ ਸ਼ਾਹ ਕਹਿੰਦੇ ਬੁੱਲੇ ਸ਼ਾਹ ਉਹ ਤੂੰ ਜਿੱਤ ਲੈ ਉਸਨੂੰ, ਉਹ ਜਿਹੜਾ ਬੈਠਾ ਤੇਰੇ ਅੰਦਰ, ਉਹ ਬਾਹਰੋਂ ਦੁਨੀਆਂ ਜਿੱਤਣ ਵਾਲਾ ਰੋਂਦਾ ਗਿਆ ਸਿਕੰਦਰ। ਕਹਿੰਦੇ ਬਾਹਰੋਂ ਆ ਦੁਨੀਆਂ ਨੂੰ ਜਿੱਤਣ ਵਾਲਾ ਨਾ ਸਿਕੰਦਰ ਵੀ ਰੋਂਦਾ ਹੀ ਗਿਆ। ਉਹ ਜੇ ਸਿਕੰਦਰ ਵਰਗੇ ਬਾਦਸ਼ਾਹ ਰੋਂਦੇ ਜਾ ਸਕਦੇ ਆ ਦੁਨੀਆਂ ਨੂੰ ਜਿੱਤ ਕੇ, ਤਾਂ ਤੂੰ ਕੀ ਸੋਚਦਾ? ਤੂੰ ਆ 10 ਮਰਲੇ ਖਰੀਦ ਲਏ, 10 ਕਿੱਲੇ ਖਰੀਦ ਲਏ ਤਾਂ ਤੂੰ ਦੁਨੀਆਂ ਜਿੱਤ ਲਈ? ਨਹੀਂ, ਖੁਸ਼ ਤਾਂ ਉਹੀ ਰਹਿੰਦਾ ਹੈ, ਕਾਮਯਾਬ ਤਾਂ ਉਹੀ ਹੁੰਦਾ ਜਿਹੜਾ ਅੰਦਰ ਬੈਠੇ ਰੱਬ ਨੂੰ ਜਿੱਤ ਲੈਂਦਾ ਹੈ, ਜਿਹੜਾ ਅੰਦਰ ਬੈਠੇ ਭਗਵਾਨ ਨੂੰ ਜਿੱਤ ਲੈਂਦਾ ਹੈ। ਅੱਜ ਬੰਦਾ 4 ਪੈਸੇ ਆਏ ਹੰਕਾਰ ਕਰਦਾ, ਲੈ ਮੇਰੇ ਵਰਗ, ਉਹ ਹੰਕਾਰ ਨਾ ਕਰ, ਸਮਝਦੇ ਹੋ ਕਿ ਨਹੀਂ? ਮਾਣ ਨਾ ਕਰ ਕਿਸੇ ਚੀਜ਼ ਦਾ, ਕਿਉਂਕਿ ਇਹ ਜਿੱਦਾਂ ਗੁਰੂ ਰਹਿਬਰ ਕਹਿੰਦੇ ਨਾ ਕਿ ਇਹ ਤਾਂ ਪਰਛਾਈ ਹੈ, ਅੱਜ ਇੱਥੇ ਆ ਤਾਂ ਕੱਲ ਉੱਥੇ ਹੈ, ਇਸ ਲਈ ਇਹਦਾ ਹੰਕਾਰ ਨਾ ਕਰ। ਅਗਰ ਹੰਕਾਰ ਕਰਨਾ ਹੈ ਜਾਨੀ ਜੁੜਨਾ ਹੈ ਮਾਣ ਕਰ ਰੱਬ ਤੇ ਕਰ, ਕਿਉਂਕਿ ਉਹ ਅਟਲ ਹੈ ਜਿਹੜਾ ਕਦੀ ਟਲਦਾ ਨਹੀਂ ਹੈ, ਦੁਨੀਆਂ ਦਾ ਪਲ ਪਰ ਬਦਲਦੀ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਇੱਕ ਲਾਈਨ ਕਹੀਦੀ ਹੈ ਕਿ ਹਮ ਸਫ਼ਰ ਵਕਤ ਕੋ ਬਦਲਨੇ ਵਾਲਾ ਹੋਣਾ ਚਾਹੀਏ, ਵਕਤ ਕੇ ਸਾਥ ਬਦਲਨੇ ਵਾਲਾ ਨਹੀਂ, ਕਿ ਸਾਥੀ ਉਹ ਹੋਣਾ ਚਾਹੀਦਾ ਜਿਹੜਾ ਜੇ ਸਾਡੇ ਜੀਵਨ 'ਚ ਬੁਰਾ ਵਕਤ ਆਵੇ ਤਾਂ ਉਹਨੂੰ ਬਦਲ ਕੇ ਰੱਖ ਦੇਵੇ, ਨਾ ਕਿ ਇੱਦਾਂ ਦਾ ਕਿ ਬੁਰਾ ਵਕਤ ਆਵੇ ਤਾਂ ਆਪ ਹੀ ਬਦਲ ਜਾਵੇ ਕਿ ਭਾਈ ਇਹ ਤਾਂ ਬੁਰਾ ਵਕਤ ਆ ਗਿਆ ਚਲੋ ਛੱਡੋ ਇਹਦਾ ਸਾਥ। ਕਈ ਹੁੰਦੇ ਨਾ ਗੱਲਾਂ ਬੜੀਆਂ ਕਰਦੇ ਆ ਪਰ ਜਿੱਦਾਂ ਹੀ ਟਾਈਮ ਬੁਰਾ ਆਉਂਦਾ ਤਾਂ ਦੌੜਨ ਲੱਗਿਆ ਡੇਰ ਨਹੀਂ ਲਾਉਂਦੇ, ਸਮਝਦੇ ਹੋ ਕਿ ਨਹੀਂ? ਤਾਂ ਕਈ ਐਸੇ ਹੁੰਦੇ ਆ ਉਹ ਭਾਈ ਬੁਰਾ ਵਕਤ ਆਇਆ ਤੇ ਕੋਈ ਨਹੀਂ ਮੈਂ ਤੇਰੇ ਨਾਲ ਵਕਤ ਬਦਲ ਕੇ ਹਟਾਂਗੇ, ਬਸ ਸਮਝ ਲਓ ਫਿਰ ਜੇ ਯਾਰੀ ਲਾਣੀ ਹੈ ਤਾਂ ਉਹਦੇ ਨਾਲ ਲਾਓ ਜਿਹੜਾ ਵਕਤ ਨੂੰ ਬਦਲ ਦੇਵੇ, ਉਹਦੇ ਨਾਲ ਯਾਰੀ ਕੀ ਲਾਣੀ ਜਿਹੜਾ ਵਕਤ ਦੇ ਨਾਲ ਆ ਪਈ, ਤਾਂ ਲਾ ਲਓ ਫਿਰ ਉਸ ਮਾਲਿਕ ਨਾਲ ਯਾਰੀ, ਕਿਉਂਕਿ ਬੁਰੇ ਵਕਤ ਨੂੰ ਬਦਲਣਾ ਉਹਦਾ ਹੀ ਕੰਮ ਹੈ, ਸਮਝਦੇ ਹੋ ਕਿ ਨਹੀਂ? ਜਿਹੜੇ ਬੁੱਲੇ ਸ਼ਾਹ ਤੂੰ ਜਿੱਤ ਲੈ ਉਸਨੂੰ, ਹੁਣ ਜਿੱਤੋ ਕਿਹਨੂੰ ਜਿੱਤਣਾ ਹੈ? ਜਿਹੜਾ ਤੁਹਾਡੇ ਅੰਦਰ ਬੈਠਾ ਚਲਾ ਰਿਹਾ ਹੈ ਤੁਹਾਨੂੰ, ਉਹ ਰੱਬ, ਉਹ ਪਰਮਾਤਮਾ, ਉਹ ਸੱਚਾ ਮਾਲਿਕ, ਔਰ ਉਹਨੂੰ ਜਿੱਤਣ ਵਾਸਤੇ ਸਾਨੂੰ ਅੱਛਾਈ ਕਰਨੀ, ਅੱਛੇ ਕਰਮ ਕਰਨੇ ਪੈਣਗੇ, ਨੇਕੀਆਂ ਕਰਨੀਆਂ ਪੈਣਗੀਆਂ, ਨੇਕ ਮਾਰਗ 'ਤੇ ਚੱਲਣਾ ਪਏਗਾ, ਬੰਦਗੀ ਕਰਨੀ ਪਏਗੀ। ਇਸ ਲਈ ਜਿਹੜਾ ਇਨਸਾਨ ਨੇਕੀਆਂ ਦੇ ਮਾਰਗ 'ਤੇ ਚੱਲਦਾ, ਜਿੱਦਾਂ ਸ਼੍ਰੀ ਕ੍ਰਿਸ਼ਨ ਦਾ ਇੱਕ ਵਚਨ ਯਾਦ ਆ ਗਿਆ ਸਾਨੂੰ, ਕੀ ਕਰੀਏ ਅੰਦਰ ਭੰਡਾਰ ਹੀ ਬੜਾ ਗਿਆਨ ਤਾਂ ਭਾਵੇਂ ਸਾਰੀ ਰਾਤ ਬੋਲੀ ਜਾਈਏ, ਹੁਣ ਇੱਥੇ ਤੁਸੀਂ ਕਹਿਣਾ ਕਹਿ ਦਿੰਦੇ ਸਤਸੰਗ ਖਤਮ ਕਰਨਾ ਪਰ ਫਿਰ ਅੱਗੇ ਤੁਰ ਪੈਂਦੇ। ਅੱਛਾ ਆਨੰਦ ਆ ਰਿਹਾ ਕਿ ਨਹੀਂ? ਭੁੱਖ ਤਾਂ ਨਹੀਂ ਲੱਗੀ ਕਿਸੇ ਨੂੰ? ਚਲੋ ਫਿਰ ਥੋੜ੍ਹਾ ਜਿਹਾ ਹੋਰ ਆਨੰਦ ਲੈ ਲਈਏ। ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ,
ਕਹਿੰਦੇ ਹੈ ਕਿ ਦੋ ਕਿਸਮ ਕੇ ਇਨਸਾਨ ਦੇਵਤਾਓਂ ਸੇ ਵੀ ਉੱਪਰ ਹੋਤੇ ਹੈ। ਪਹਿਲਾ ਵੋ ਜੋ ਸ਼ਕਤੀ ਹੋਤੇ ਹੋਏ ਵੀ ਦੂਸਰੇ ਕੋ ਸ਼ਮਾ ਕਰ ਸਕੇ, ਔਰ ਦੂਸਰਾ ਵੋ ਜੋ ਖੁਸ਼ੀ ਸੇ ਦਾਨ ਔਰ ਦੂਸਰੋ ਕੀ ਸਹਾਇਤਾ ਕਰੇ, ਔਰ ਜਿਸ ਇਨਸਾਨ ਕੇ ਭੀਤਰ ਜੇ ਦੋਨੋਂ ਗੁਣ ਹੈ ਵੋ ਮੁਝੇ ਆਸਾਨੀ ਸੇ ਪ੍ਰਾਪਤ ਕਰ ਸਕਤਾ ਹੈ। ਇਹ ਸ਼੍ਰੀ ਕ੍ਰਿਸ਼ਨ ਦੀ ਲਾਈਨ ਹੈ। ਇਹ ਕਹਿੰਦੇ ਦੋ ਕਿਸਮ ਕੇ ਇਨਸਾਨ ਦੇਵਤਾਓਂ ਸੇ ਵੀ, ਪਹਿਲਾ ਕਿਹੜਾ ਗੁਣ ਦੱਸਿਆ, ਜਿਹੜਾ ਸ਼ਕਤੀ ਹੁੰਦੇ ਹੋਏ ਵੀ ਦੂਜੇ ਨੂੰ ਮਾਫ ਕਰ ਸਕਦਾ ਹੈ। ਹਾਂ ਮੈਂ ਗਲ ਫੜ ਸਕਦਾ, ਮੈਂ ਤੋਂ ਬਦਲਾ ਲੈ ਸਕਦਾ, ਮੈਂ ਇਹਨੂੰ ਤਕਲੀਫ ਦੇ ਸਕਦਾ, ਪਰ ਮੈਂ ਇਹਨੂੰ ਫਿਰ ਵੀ, ਕਿਉਂਕਿ ਬੜੇ ਨੂੰ ਤਾਂ ਹਰ ਕੋਈ ਮਾਫ਼ ਕਰ ਦਿੰਦਾ ਹੈ। ਜਿੱਦਾਂ ਹੀ ਕਈ ਵਾਰ ਦੱਸਿਆ ਹੈ ਕਿ ਬੰਦਾ ਕਹਿੰਦਾ ਗੁੱਸੇ 'ਤੇ ਕਾਬੂ ਨਹੀਂ ਹੁੰਦਾ, ਕਹਿ ਦਿੰਦੇ ਨਾ ਕਈ, ਤੁਹਾਨੂੰ ਵੀ ਲੱਗਦਾ ਗੁੱਸੇ 'ਤੇ ਕਾਬੂ ਹੁੰਦਾ ਕਿ ਨਹੀਂ, ਜਵਾਬ ਦੇ ਦਿਓ, ਗੁੱਸੇ 'ਤੇ ਕਾਬੂ ਹੁੰਦਾ? ਆ ਜਾਈਏ ਮੇਨ ਪੁਆਇੰਟ, ਹੁੰਦਾ ਸਭ ਕੁਛ ਹੁੰਦਾ ਹੈ। ਇਹ ਗੁੱਸਾ ਵੀ ਨਾ ਬੜਾ ਸਮਝਦਾਰ ਹੈ, ਸਮਝਦੇ ਹੋ ਕਿ ਨਹੀਂ? ਇਹ ਗੱਲ ਯਾਦ ਰੱਖਣਾ, ਬੰਦਾ ਕਹਿੰਦਾ ਜੀ ਗੁੱਸੇ 'ਤੇ, ਉਹ ਇਹ ਕਹਿੰਦਾ ਗੱਲ ਛੱਡੋ, ਇਹ ਤੁਹਾਡੇ ਡਰਾਮੇ ਹੀ ਹੈ, ਬਹਾਨੇ ਆ ਤੁਹਾਡੇ ਕਿ ਗੁੱਸੇ 'ਤੇ ਕੰਟਰੋਲ ਨਹੀਂ ਹੁੰਦਾ। ਕਾਬੂ ਹੁੰਦਾ ਹੈ, ਹੁੰਦਾ ਹੈ ਕਾਬੂ। ਕਾਬੂ ਪਤਾ ਕਦੋਂ ਹੁੰਦਾ ਹੈ? ਜਦੋਂ ਅੱਗੇ ਤੋਂ ਕੋਈ ਤੁਹਾਡੇ ਅੱਗੇ ਕੋਈ ਜ਼ਿਆਦਾ ਸ਼ਕਤੀਸ਼ਾਲੀ ਖੜਾ ਹੋਵੇ, ਕੋਈ ਰਿਕਸ਼ੇ ਵਾਲਾ ਗਰੀਬ ਹੋਵੇ ਨਾ, ਉਹ ਤੁਹਾਡੇ ਮੋਟਰਸਾਈਕਲ 'ਚ ਰਿਕਸ਼ਾ ਮਾਰ ਦੇਵੇ, ਤਾਂ ਫਿਰ ਨਹੀਂ ਕਾਬੂ ਹੁੰਦਾ, ਫਿਰ ਜਾ ਕੇ ਧੋਣ ਫੜ ਲੈਣੀ, ਚਪੇੜ ਮਾਰ ਦੇਣੀ, ਓਏ ਕਿੱਦਾਂ ਬੱਚਾ ਮੇਰੇ 'ਚ, ਮੇਰੀ ਗੱਡੀ ਨੂੰ ਡੈਂਟ ਪਾਤਾ। ਤਾਂ ਅੱਗੇ ਕਿਤੇ ਥਾਣੇਦਾਰ ਹੋਵੇ ਕੋਈ, ਅੱਗੇ ਕੋਈ DSP ਹੋਵੇ, ਕੋਈ SP ਦੀ ਗੱਡੀ ਹੋਵੇ, ਫਿਰ ਉਹ ਤੁਹਾਡੀ ਗੱਡੀ ਡੈਂਟ ਪਾ ਦੇਵੇ, ਤਾਂ ਫਿਰ ਕੱਢੋ ਗੁੱਸਾ, ਫੜੋ ਜਾ ਕੇ ਧੋਣ ਤੋਂ। ਫਿਰ ਗੁੱਸਾ ਕਿਉਂ? ਅੱਛਾ ਸਰ ਕੋਈ ਗੱਲ ਨਹੀਂ, ਫਿਰ ਤਾਂ ਆਪ ਡਰ ਹੁੰਦਾ, ਕਿਉਂਕਿ ਪਾ ਉਧਰੋਂ ਡੰਡੇ ਪੈ ਜਾਣੀ ਮੇਰੇ। ਸੋ ਦੱਸਣਾ ਕੀ ਚਾਹੁੰਦੇ ਹਾਂ, ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਬੰਦਾ ਕਹਿ ਦਿੰਦਾ ਹੈ ਗੁੱਸੇ 'ਤੇ ਕੰਟਰੋਲ ਨਹੀਂ ਹੁੰਦਾ, ਪਰ ਬੰਦੇ ਦੀ ਅਕਲ ਸਭ ਕੁਛ ਕਰ ਲੈਂਦੀ ਹੈ। ਭਾਈ ਇਹ ਬੜਾ ਆ, ਇੱਥੇ ਗੁੱਸਾ ਦਿਖਾਇਆ ਤਾਂ ਮਹਿੰਗਾ ਪੈ ਲੈਣਾ ਹੈ। ਤਾਂ ਹੀ ਤਾਂ ਇੱਕ ਚਪੜਾਸੀ ਮਾਲਕ ਦੇ ਮੋਹਰੇ, ਮਾਲਕ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਵੇ, ਹਾਂ ਠੀਕ ਹੈ ਜੀ ਠੀਕ ਹੈ, ਹੱਸਦਾ, ਘਰ ਆ ਕੇ ਘਰ ਵਾਲੀ 'ਤੇ ਚਾਹੇ ਗੁੱਸਾ ਕੱਢ ਲਵੇ, ਨਿਆਣਿਆਂ 'ਤੇ ਚਾਹੇ ਗੁੱਸਾ ਕੱਢ ਲਵੇ, ਘਰ ਦੇ ਕੁੱਤੇ 'ਤੇ ਚਾਹੇ ਗੁੱਸਾ ਕੱਢ ਲਵੇ, ਪਰ ਮਾਲਕ ਨੂੰ, ਕਿਉਂਕਿ ਪਤਾ ਮਾਲਕ ਹੈ। ਫਿਰ ਕਹਿੰਦੇ ਗੁੱਸੇ 'ਤੇ ਕੰਟਰੋਲ ਨਹੀਂ ਹੁੰਦਾ, ਘਰ ਆ ਕੇ ਘਰ ਵਾਲੀ ਨੂੰ ਮਾਰ ਕੇ ਕੀ ਉਹਦਾ ਕੰਟਰੋਲ ਹੀ ਨਹੀਂ ਹੁੰਦਾ, ਉਹ ਕਮਜ਼ੋਰਾਂ ਅੱਗੇ ਕੰਟਰੋਲ ਨਹੀਂ ਹੁੰਦਾ ਤਾਂ ਬੜਿਆ ਅੱਗੇ ਆਪਣੇ ਆਪ ਹੀ ਹੋ ਜਾਂਦਾ ਹੈ। ਇਹ ਤਾਂ ਮਤਲਬ ਤੇਰੀ ਅਕਲ ਸਮਝ, ਸਭ ਕੁਛ ਬੰਦਾ ਕਰ ਸਕਦਾ ਅਗਰ ਸੋਚ ਲਵੇ। ਇਸ ਕਰਕੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਦੋ ਕਿਸਮ ਕੇ ਇਨਸਾਨ ਦੇਵਤਾਓਂ ਸੇ ਵੀ ਉੱਪਰ ਹੋਤੇ। ਦੇਖੋ ਕਿੱਡੀ ਵੱਡੀ ਗੱਲ ਹੈ, ਆ ਦੋ ਗੁਣ ਆਪਣੇ ਅੰਦਰ ਲਿਆ ਕੇ ਅਸੀਂ ਦੇਵਤਾਵਾਂ ਨਾਲ ਵੀ ਉੱਚੇ, ਔਰ ਇਹ ਕਿਸੇ ਆਮ ਇਨਸਾਨ ਨੇ ਨਹੀਂ ਕਿਹਾ, ਇਹ ਸ਼੍ਰੀ ਕ੍ਰਿਸ਼ਨ ਦੇ ਵਚਨ ਹੈ ਜਿਹਨਾਂ ਨੂੰ ਭਗਵਾਨ ਕਿਹਾ ਜਾਂਦਾ ਹੈ। ਹੁਣ ਜ਼ਰਾ ਸੋਚੋ, ਭਗਵਾਨ ਦੇ ਵਚਨ ਕੋਈ ਗਲਤ ਹੋ ਸਕਦੇ ਕਿ ਦੋ ਕਿਸਮ ਕੇ ਇਨਸਾਨ ਦੇਵਤਾਓਂ ਸੇ ਵੀ, ਹੁਣ ਜਿਹੜੇ ਦੇਵਤਾਵਾਂ ਨਾਲ ਉੱਪਰ ਹੋ ਸਕਦੇ ਹਾਂ ਅਸੀਂ, ਇਹ ਦੋ ਗੁਣ ਆਪਣੇ ਅੰਦਰ ਲਿਆ ਕੇ, ਤਾਂ ਫਿਰ ਸਾਨੂੰ ਦੇਵਤਾਵਾਂ ਦੀ ਪੂਜਾ ਕਰਨ ਦੀ ਕੀ ਲੋੜ ਹੈ? ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਇੰਦਰ ਦੀ ਪੂਜਾ ਕਰਨ ਦੀ ਲੋੜ ਹੀ ਨਹੀਂ। ਕਿਉਂ? ਉਹ ਕਹਿੰਦੇ ਇੰਦਰ ਬਾਰਿਸ਼ ਦਾ ਦੇਵਤਾ ਆ, ਭਗਵਾਨ ਨੇ ਡਿਊਟੀ ਲਾਈ ਹੈ, ਨੌਕਰ ਹੈ ਭਗਵਾਨ ਦਾ, ਉਹਦੀ ਸੇਵਾ ਕਰਨੀ ਹੈ ਸਾਡੀ, ਤਾਂ ਅਸੀਂ ਉਹਦੀ ਪੂਜਾ ਕਰਨ ਲੱਗੇ ਹੋਏ। ਤਾਂ ਹੀ ਤਾਂ ਉਹਨੇ ਮਨਾ ਕਰ ਦਿੱਤਾ ਸੀ। ਤਾਂ ਫਿਰ ਕਹਿੰਦੇ ਗੋਵਰਧਨ ਪਰਬਤ ਦੇ ਵਿੱਚ, ਉਹ ਵੀ ਸਾਰੇ ਹੁਣ ਇਹ ਲੈ ਕੇ ਅਗਰ ਇਹ ਕਹਾਣੀ ਚੱਲਾਂਗੇ ਨਾ, ਤਾਂ ਫਿਰ ਸਤਸੰਗ ਹੋਰ ਲੰਬਾ ਹੋ ਜਾਏਗਾ। ਬਸ ਤੁਸੀਂ ਸਮਝਦਾਰ ਹੋ ਸਾਰੇ, ਇਸ਼ਾਰਾ ਕਰਤਾ ਸੀ, ਉਹਨਾਂ ਨੇ ਮਨਾ ਕੀਤਾ। ਉਹ ਕਹਿੰਦੇ ਵਿਸ਼ਵਾਸ ਕਰਨਾ ਹੈ ਤਾਂ ਉਸ ਭਗਵਾਨ 'ਤੇ ਕਰੋ ਜਿਸਨੇ ਹਰ ਦੇਵੀ ਦੇਵਤਾ ਨੂੰ ਪੈਦਾ, ਕੋਈ ਕਿਸੇ ਦੇਵਤਾ ਦੀ, ਕੋਈ ਕਿਸੇ ਦੇਵਤਾ ਦੀ। ਹਾਲਾਂਕਿ ਜਿੰਨਾ ਇਨਸਾਨ ਦੇਵਤਾਵਾਂ ਦੀ ਪੂਜਾ ਕਰਨ ਵਿੱਚ ਟਾਈਮ ਲਾਉਂਦਾ ਹੈ, ਅਗਰ ਉਨਾ ਇਹ ਗੁਣ ਆਪਣੇ ਅੰਦਰ ਲਿਆਉਣ 'ਚ ਟਾਈਮ ਲਾਵੇ ਤਾਂ ਇਨਸਾਨ ਆਪ ਦੇਵਤਾਵਾਂ ਨਾਲ ਉੱਪਰ ਹੋ ਕੇ ਬੈਠ ਸਕਦਾ ਹੈ। ਪਰ ਆਪਣੇ ਆਪ ਨੂੰ ਉਚਾਈ 'ਤੇ ਲਿਜਾਣ ਦੀ ਕੋਸ਼ਿਸ਼ ਨਹੀਂ ਕਰਨੀ, ਪੂਜਾ ਕਰਨ 'ਚ ਟਾਈਮ ਲਾ ਦੇਣਾ ਹੈ। ਸੋ ਦੋ ਗੁਣ ਜਿਸ ਇਨਸਾਨ ਕੇ ਅੰਦਰ ਹੋਤੇ ਹੈ ਵੋ ਦੇਵਤਾਓਂ ਸੇ ਵੀ
ऊपर होता है। पहला, जो शक्ति होते हुए भी दूसरों को क्षमा कर सके। हुण ये गुण अज तो लियाओ अपने अंदर, हौली हौली आएगा पर लियाण की कोशिश करो कि मेरे शक्ति है, किसी ने गलती की है तो मैं माफ कर सकता। यार कोई गल नहीं, क्योंकि जो हो गया सो हुण की होना है, झगड़ा करन दा की होना, लड़ाई करन दा, क्षमा कर सके। और दूसरा, जो खुशी से दान और दूसरों की सहायता कर सके। कैसी जो दान करते उसे खिंच के ना करिए, मजबूरी ना करिए, और ओ की 10 रुपए देने पै गए मैंने, कहते नहीं खुशी नाल सहायता कर लोगों की, खुशी नाल जे दान पौंदा कोई काम करना खुशी नाल कर, खुश हो के शुक्र कर कि मेरे रब ने मैनू दिता तो मैं किसी की सहायता, मैं कोई रब के रास्ते दान, क्योंकि जेड़ा खुशी नाल करता है फिर कहते देवताओं से भी ऊपर है। और जिसके अंदर ये दोनों गुण हैं वो बड़ी आसानी से मुझे प्राप्त, कहते वो आसानी नाल मेरे तक पहुंच सकता जिहदे अंदर दो। हुण कोई लंबी जोड़े गुणा की लिस्ट नहीं है, सिर्फ इदां दे छोटे छोटे गुण अपने अंदर पैदा करके असीं भगवान दे प्यारे कह दिओ सो बनना कि नहीं। हुण ये तुहाडे ते यही दस दिता तुहानूं, क्योंकि दसना रस्ता दिखाना फकीरां गुरुआं रहबरां दा काम हुंदा है, तो उत्ते चलना नहीं चलना ये तुहाडे हथ च, समझदे हो कि नहीं। इसलिए आओ हुण टाइम काफ़ी हो गया है, हुण आखरले वचनां च फिर एको ही गल कहांगे कि दो तीन मेन पॉइंट फिर दोहरावांगे कि हमेशा चुनाव अच्छा करो। सब तो पहला चुनाव करो कि मैनू तेरा साथ चाहिए है, बोलो समझदे हो कि नहीं। क्योंकि साथ जब से है तुम्हारा मिल गया, डूबते दिल को किनारा क्या जरूरत अब सहारों की मुझे, जब मुझे तेरा सहारा। तब से हर एक चीज प्यारी हो गई जब से तेरा प्यार प्यारा। तब से है आंखें झुकी रहती सदा जब से है तेरा नजारा। मैं बड़ा कमजोर था, मैं फटक रहा बड़ा कमजोर था, और तू मिला रब का द्वारा, मिल गया क्या जरूरत अब सहारों की मुझे, जब मुझे तेरा सहारा। कहते मैं कमजोर सी फटक रहा सी, पर तू की मिले मैनू रब दे घर मिल गया, एक तेरा सहारा मिल गया, तो हुण मैनू किसे सहारे दी। इले कमजोर बन के ना घूमो, पहुंचो उस दर तक जिथे पहुंच गए ऐसी कमजोर तो शक्तिशाली हो सकीए, ऐसी निराशा तो आशा नाल भर सकीए, ऐसी शंका चो निकल के विश्वास तक पहुंच सकीए, फिर ही ऐसी खुशियां कामयाबी सफलता नू हासिल। इसलिए आओ फिर आखरले वचना हुण कह दईए कि मैनू अपने मालिक ते पूरा, मैनू अपने मालिक ते पूरा, मैनू अपने मालिक ते पूरा, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरे सारे दुख दूर, मेरे सारे दुख दूर, मेरे सारे दुख दूर, मेरा मालिक मेरे, मेरा मालिक मेरे, मेरा मालिक मेरे, मैं बहुत, मैं बहुत, मैं बहुत खुशी आ गई, आ गई, आ गई, आ गई, रहमत आ गई, आ गई, आ गई, आ गई, आ गई। विश्वास ना किया है ना, रहमत सचमुच आ गई है, बस मार ले हुए हूँ। और हुण इन्हां वचनां नाल ही अज दे सत्संग की समाप्ति करांगे, और सत्संग समाप्त करन तो पहला दसना चाहवांगे कि जिदा अज तुसी इत्थे सत्संग ते पहुंचे हो ना, अज वीरवार आ रहा है, 11वीं रोज का दिन है, क्योंकि 31 मार्च दरबार कंटियां पिंड कोई तुहाडे तो ज़्यादा दूर नहीं है। इत्थों जदों तुसी हुशियारपुर तो दसूआ रोड पर जाते हो तो हुशियारपुर तो 4-5 किलोमीटर जाने तो बाद ही
ਸੱਜੇ ਹੱਥ ਰਸਤਾ ਮੁੜਦਾ ਸਰਬ ਸਾਂਝਾ ਦਰਬਾਰ ਪਿੰਡ ਘੰਟੀਆਂ ਨੂੰ, ਜਿੱਥੇ ਹਰ ਵੀਰਵਾਰ ਸਤਸੰਗ ਹੁੰਦਾ। ਔਰ ਇਸ ਵੀਰਵਾਰ 21 ਤਰੀਕ 11ਵੀਂ ਰੋਜ਼ ਦਾ ਦਿਨ ਹੈ। ਸਵੇਰੇ 10 ਵਜੇ 171 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਹੋਏਗੀ। ਇਸ ਲਈ ਕੋਸ਼ਿਸ਼ ਕਰੋ ਉਸ ਦਿਨ ਤੁਸੀਂ ਜਿੱਦਾਂ ਅੱਜ ਪਹੁੰਚੇ ਹੋ ਪਹੁੰਚੋ, ਕਿਉਂਕਿ ਇਹ ਨਿਸ਼ਾਨ ਸਾਹਿਬ ਦੀ ਚੜ੍ਹਾਈ ਇਸ ਲਈ ਹੋ ਰਹੀ ਹੈ ਕਿ 31 ਮਾਰਚ ਦਿਨ ਐਤਵਾਰ ਦਰਬਾਰ ਦੇ ਉੱਪਰ ਸਾਲਾਨਾ ਮੇਲਾ ਹੈ, ਸਾਲਾਨਾ ਫੰਕਸ਼ਨ ਹੈ, ਸਾਲਾਨਾ ਪ੍ਰੋਗਰਾਮ ਹੈ, ਹਜ਼ੂਰ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਹੈ, ਜਿਹਦੀ ਖੁਸ਼ੀ ਦੀ ਸ਼ੁਰੂਆਤ ਵਿੱਚ ਇਹ 21 ਤਰੀਕ ਨੂੰ ਨਿਸ਼ਾਨ ਸਾਹਿਬ ਚੜ੍ਹਨੇ ਹੈ ਕਿ ਖੁਸ਼ੀਆਂ ਦੇ ਦਿਨ ਦੀ ਸ਼ੁਰੂਆਤ ਹੋਣੀ ਹੈ। ਔਰ ਫਿਰ 22 ਤਰੀਕ 23 24 25 ਸਵੇਰੇ ਪ੍ਰਭਾਤ ਫੇਰੀਆਂ, ਸ਼ਾਮ ਨੂੰ ਦਰਬਾਰ 'ਤੇ ਸਤਸੰਗ, ਯਾਨੀ ਇਹ 10 ਦਿਨ ਬੜੀਆਂ ਰਹਿਮਤਾਂ ਦੇ ਦਿਨ ਹੈ। ਤੁਸੀਂ ਬੜੇ ਕਿਉਂਕਿ ਹੁਸ਼ਿਆਰਪੁਰ ਕੋਈ ਘੰਟੀਆਂ ਤੋਂ ਦੂਰ ਨਹੀਂ, 10 ਮਿੰਟ ਲੱਗਦੇ ਹੈ। ਇਸ ਲਈ ਚਾਹਵਾਂਗੇ ਕਿ ਕੋਸ਼ਿਸ਼ ਕਰੋ ਵੀਰਵਾਰ ਪਹੁੰਚੀਏ, ਜਿੱਦਾਂ ਅੱਜ ਸਤਸੰਗ 'ਚ ਪਹੁੰਚੇ ਹੋ ਸਤਸੰਗ ਦਾ ਆਨੰਦ ਲਿਆ ਹੈ, ਇੱਥੇ ਵੀਰਵਾਰ ਪਹੁੰਚੋ, 10 ਵਜੇ ਨਿਸ਼ਾਨ ਸਾਹਿਬ ਦੀ ਚੜ੍ਹਾਈ ਦਾ ਵੀ ਆਨੰਦ ਲਓ, ਤੋਂ ਬਾਅਦ ਸਤਸੰਗ ਦਾ ਵੀ, ਲੰਗਰ ਪਾਣੀ ਦਾ ਵੀ ਆਨੰਦ ਲਓ। ਔਰ ਫਿਰ 31 ਤਰੀਕ ਸਾਲਾਨਾ ਮੇਲੇ 'ਚ ਜ਼ਰੂਰ ਪਹੁੰਚੋ। ਐਤਵਾਰ ਦਾ ਦਿਨ ਹੈ, ਛੁੱਟੀ ਵਾਲਾ ਦਿਨ ਹੈ, ਘਰਾਂ 'ਚ ਬਹਿ ਕੇ ਟਾਈਮ ਇੱਦਾਂ ਹੀ ਨਾ ਜਾਵੇ, ਬਲਕਿ ਮਾਲਕ ਦੇ ਘਰ 'ਚ ਪਹੁੰਚੋ। ਔਰ ਜਿੱਦਾਂ ਦੱਸਿਆ ਫਕੀਰੋਂ ਕਿ ਸੋਹਬਤ ਮੈਂ ਬੈਠ ਕਰ ਮੈਨੇ ਆਰਾਮ ਪਾਇਆ ਹੈ, ਅਗਰ ਚੱਲ ਕੇ ਮਾਲਕ ਦੇ ਘਰ ਤੱਕ ਆਓਗੇ ਤਾਂ ਤੁਹਾਡੇ ਜੀਵਨ 'ਚ ਆਰਾਮ ਹੀ ਆਰਾਮ ਹੋਏਗਾ, ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ, ਇਹ ਸਮਝ ਲੈਣਾ ਸਾਰਿਆਂ ਨੇ। ਔਰ 30 ਤਰੀਕ ਯਾਨੀ ਇੱਕ ਦਿਨ ਪਹਿਲਾਂ ਸ਼ਨੀਵਾਰ ਸਵੇਰੇ ਪ੍ਰਭਾਤ ਫੇਰੀ ਹੈ ਔਰ ਦੁਪਹਿਰ ਨੂੰ ਰੱਥ ਯਾਤਰਾ ਹੈ। ਔਰ ਕੁਛ ਪ੍ਰਭਾਤ ਫੇਰੀ ਨਾ ਤੁਹਾਡੇ ਬਿਲਕੁਲ ਹੁਸ਼ਿਆਰਪੁਰ ਦੇ ਨਾਲ, ਜਿੱਦਾਂ ਚੌਹਾਲ ਹੈ, ਚੌਹਾਲ ਵੀ ਪ੍ਰਭਾਤ ਫੇਰੀ ਆ ਰਹੀ ਹੈ, ਔਰ ਡੇਟ ਤੁਹਾਨੂੰ ਸੇਵਾਦਾਰ ਦੱਸ ਸਕਦੇ ਹੈ। ਫਿਰ ਸ਼ਾਇਦ ਆਦਮੋਵਾਲ ਵੀ ਹੈ, ਆਦਮੋਵਾਲ ਤੁਹਾਡੇ ਨਜ਼ਦੀਕ ਪੈਂਦਾ, ਬਿਲਕੁਲ ਮਿਲਕ ਪਲਾਂਟ ਨਲੀਆਂ ਚੌਂਕ ਤੋਂ ਆਦਮੋਵਾਲ, ਪਤਾ ਹੀ ਹੈ ਤੁਹਾਨੂੰ, ਕਿਉਂਕਿ ਡਿਟੇਲ ਨਾਲ ਦੱਸਣ ਦੀ ਲੋੜ ਨਹੀਂ ਹੈ। ਉੱਥੇ ਵੀ ਸਵੇਰੇ ਸਵੇਰੇ ਪ੍ਰਭਾਤ ਫੇਰੀ ਹੈ, ਪ੍ਰਭਾਤ ਫੇਰੀ ਸਵੇਰੇ 6:30 ਪਹੁੰਚ ਜਾਂਦੀ ਹੈ, ਸਤਸੰਗ ਵੀ ਹੁੰਦਾ ਹੈ, ਤਾਂ ਪ੍ਰਭਾਤ ਫੇਰੀ 'ਚ ਭੰਗੜੇ ਵੀ ਖੁਸ਼ੀਆਂ ਨਾਲ ਪਾਏ ਜਾਂਦੇ, ਉਹਦਾ ਵੀ ਆਨੰਦ ਤੁਸੀਂ ਲੈ ਸਕਦੇ ਹੋ। ਪਰ ਇਹ ਕੋਸ਼ਿਸ਼ ਕਰੋ 30 ਤਰੀਕ ਦੁਪਹਿਰੇ ਰੱਥ ਯਾਤਰਾ ਹੈ, ਸ਼ਨੀਵਾਰ 30 ਤਰੀਕ ਦੁਪਹਿਰੇ 2 ਵਜੇ ਰੱਥ ਯਾਤਰਾ ਹੈ, ਫਿਰ ਰਾਤ ਦਾ ਸਤਸੰਗ ਹੈ, ਉਹ 'ਚ ਵੀ ਸ਼ਾਮਿਲ ਹੋਵੋ, ਤਾਂ 31 ਤਰੀਕ ਦੇ ਪ੍ਰੋਗਰਾਮ 'ਤੇ ਜ਼ਰੂਰ ਪਹੁੰਚੋ, ਕਿਉਂਕਿ ਬੜਾ ਰਹਿਮਤਾਂ ਦਾ ਦਿਨ ਹੈ, ਸਾਲ ਬਾਅਦ ਆਉਂਦਾ ਹੈ। ਇਸ ਸਮਾਗਮ ਵਿੱਚ ਸ਼ਾਮਿਲ ਹੋਵੋ, ਔਰ ਸ਼ਾਮਿਲ ਇਸ ਲਈ ਹੋਣਾ ਕਿ ਅਸੀਂ ਬੜੇ ਪਿਆਰ ਨਾਲ ਤੁਹਾਨੂੰ ਸੱਦਾ ਦੇ ਰਹੇ, ਕਿਉਂਕਿ ਬੜਾ ਪਿਆਰ ਕਰਦੇ ਤੁਹਾਨੂੰ ਸਾਰਿਆਂ ਨੂੰ ਅਸੀਂ। ਔਰ ਜੇ ਪਿਆਰ ਨਾਲ ਸੱਦਾ ਦੇ ਰਿਹਾ ਤਾਂ ਜਿੱਥੇ ਪਿਆਰ ਨਾਲ ਬੁਲਾਇਆ ਜਾਵੇ ਜਾਣਾ ਜਾਣਾ ਚਾਹੀਦਾ ਕਿ ਨਹੀਂ? ਪਰ ਬੰਦਾ ਕਹਿੰਦਾ ਉਹ ਰਿਸ਼ਤੇਦਾਰ ਨੇ ਬੁਲਾਇਆ, ਦਿੱਲੀ ਰਹਿੰਦੇ ਹੈ ਯਾਰ, ਪਿਆਰ ਹੈ, ਜਾਣਾ ਹੀ ਪੈਣਾ ਹੈ। ਜੇ ਦੂਰ ਤੱਕ ਜਾ ਸਕਦੇ ਹੋ ਤਾਂ 10 ਕਿਲੋਮੀਟਰ ਹੀ ਹੈ, ਨਾਲੇ ਰਿਸ਼ਤੇਦਾਰਾਂ ਦੀ ਖਾਤਰ ਜਾਂਦੇ ਹੋ ਤਾਂ ਰਿਸ਼ਤੇਦਾਰ ਖੁਸ਼ ਹੁੰਦੇ ਹੈ, ਅਗਰ ਮਾਲਕ ਦੇ ਦਰ 'ਤੇ ਆਉਂਗੇ ਤਾਂ ਫਿਰ ਜ਼ਰਾ ਸੋਚੋ, ਉਹਨਾਂ ਦੇ ਦਰ 'ਤੇ ਪਹੁੰਚੋਗੇ, ਉਹਦੀਆਂ ਖੁਸ਼ੀਆਂ ਮਿਲਣਗੀਆਂ, ਤਾਂ ਪੂਰੀ ਜ਼ਿੰਦਗੀ ਬਦਲ ਜਾਏਗੀ, ਪੂਰਾ ਜੀਵਨ ਬਦਲ ਜਾਏਗਾ, ਸਮਝਦੇ ਹੋ ਕਿ ਨਹੀਂ? ਸੋ ਟਾਈਮ ਕੱਢੋ, 30 ਦਾ ਵੀ, 31 ਦਾ ਵੀ, ਔਰ 21 ਵੀ ਆ ਰਹੀ ਹੈ, ਉਸ ਦਿਨ ਵੀ ਹੋ ਸਕੇ, ਨਹੀਂ ਤਾਂ ਫਿਰ 30 ਔਰ 31 ਦਾ ਟਾਈਮ ਜ਼ਰੂਰ ਕੱਢੋ। ਔਰ ਇਹ ਵੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ 30 ਨੂੰ ਆਉਂਦੇ ਹੋ ਨਾ, ਤਾਂ ਦਰਬਾਰ 'ਤੇ ਰਾਤ ਵੀ ਰਹਿ ਸਕਦੇ ਹੋ, ਕਿਉਂਕਿ ਰਾਤ ਰਹਿਣ ਦਾ, ਲੰਗਰ ਪਾਣੀ ਦਾ ਸਾਰਾ ਕੁਝ ਪ੍ਰਬੰਧ ਹੈ। ਔਰ 31 ਤਰੀਕ ਨੂੰ ਦਰਬਾਰ 'ਤੇ ਮੈਡੀਕਲ ਕੈਂਪ ਵੀ ਲੱਗ ਰਹੇ ਹੈ, ਜਿਹਦੇ 'ਚ ਅੱਖਾਂ ਦੇ ਫ੍ਰੀ ਓਪਰੇਸ਼ਨ ਵੀ ਹੋਣਗੇ, ਚੈੱਕਅਪ ਵੀ ਹੋਏਗਾ, ਤਾਂ ਪੂਰੀ ਬਾਡੀ ਦਾ ਫ੍ਰੀ ਚੈੱਕਅਪ ਹੋਏਗਾ, ਫ੍ਰੀ ਜੋ ਵੀ ਦਵਾਈਆਂ ਹੈ ਦਰਬਾਰ ਵੱਲੋਂ ਫ੍ਰੀ ਦਿੱਤੀਆਂ ਜਾਣਗੀਆਂ, ਉਹ ਵੀ ਅਗਰ ਤੁਹਾਡੇ ਨੇੜੇ ਕੋਈ ਹੈ ਐਸਾ ਇਨਸਾਨ, ਕਿ ਪਤਾ ਹੀ ਹੁੰਦਾ ਹੈ ਕਿ ਇਹਦੀਆਂ ਅੱਖਾਂ 'ਚ ਕੋਈ ਪ੍ਰੋਬਲਮ ਹੈ, ਓਪਰੇਸ਼ਨ ਨਹੀਂ ਕਰਾ ਸਕਦਾ, ਜਾਂ ਫਿਰ ਇਹ ਇੱਦਾਂ ਦਾ ਬਿਮਾਰ ਆਪਣਾ ਚੈੱਕਅਪ ਨਹੀਂ ਕਰਾ ਸਕਦਾ, ਤਾਂ ਉਹਨੂੰ ਵੀ ਤੁਸੀਂ ਦੱਸ ਸਕਦੇ ਹੋ, ਭਾਈ ਦਰਬਾਰ 'ਤੇ ਆ ਜਾ, ਚੈੱਕਅਪ ਅੱਖਾਂ ਦਾ ਚਾਹੇ ਪੂਰੀ ਬਾਡੀ ਦਾ ਫ੍ਰੀ ਹੋਏਗਾ, ਔਰ ਦਵਾਈਆਂ ਮੈਡੀਸਨ ਵੀ ਫ੍ਰੀ ਦਿੱਤੀਆਂ ਜਾਣਗੀਆਂ, ਜਿਹਨੂੰ ਓਪਰੇਸ਼ਨ ਦੀ ਲੋੜ ਓਪਰੇਸ਼ਨ ਵੀ ਦਰਬਾਰ ਵੱਲੋਂ ਫ੍ਰੀ ਕੀਤੇ ਜਾਣਗੇ, ਕਿਉਂਕਿ ਪਿੱਛੇ ਵੀ ਕੈਂਪ ਲੱਗਾ ਸੀ ਕਿਹੜੇ ਦਸੰਬਰ ਵਿੱਚ, 28 ਦਸੰਬਰ ਨੂੰ, ਉੱਥੇ ਵੀ ਤਕਰੀਬਨ ਕਾਫੀ ਮਰੀਜ਼ ਆਏ ਸੀ, ਤਾਂ 100 ਤੋਂ ਉੱਪਰ ਓਪਰੇਸ਼ਨ ਵੀ ਫ੍ਰੀ ਦਰਬਾਰ ਵੱਲੋਂ ਹੋਏ, ਔਰ ਇਸ ਵਾਰ 31 ਤਰੀਕ ਨੂੰ ਵੀ ਉਹ ਕੈਂਪ ਦਰਬਾਰ 'ਤੇ ਲਾਏ ਜਾ ਰਹੇ, ਉਹਦਾ ਵੀ ਤੁਸੀਂ ਲੋਕਾਂ ਤੱਕ ਇਹ ਖਬਰ ਪਹੁੰਚਾ ਸਕਦੇ ਹੋ ਕਿ ਅਸੀਂ ਉਹ 'ਚ, ਕੋਈ ਵੀ ਐਸਾ ਦੁਖੀ ਹੈ, ਪਤਾ ਹੀ ਹੁੰਦਾ ਹੈ, ਬੰਦਾ ਉਹਨੂੰ ਦੱਸੇ ਔਰ ਤੁਹਾਡੇ ਦੱਸਣ ਨਾਲ ਅਗਰ ਉਹਦਾ ਭਲਾ ਹੁੰਦਾ ਹੈ ਤਾਂ ਤੁਹਾਡੀ ਵੀ ਬਹੁਤ ਬੜੀ ਨੇਕੀ ਹੁੰਦੀ ਹੈ। ਸੋ ਯਾਦ ਰੱਖਣਾ, ਹੁਣ ਦੱਸੋ ਪਹੁੰਚੂਗੇ ਕਿ ਨਹੀਂ?
ਅਸੀਂ ਇੰਤਜ਼ਾਰ ਕਰੀਏ ਫਿਰ, ਚਲੋ ਦੇਖ ਲਈਏ ਤੁਹਾਨੂੰ ਨਾ ਇੱਕ ਵਾਰੀ ਗੌਰ ਨਾਲ, ਸਾਡੀ ਯਾਦ ਆਜ ਬੜੀ ਤੇਜ਼, ਇੱਕ ਵਾਰ ਦੇਖ ਲੈਣਾ ਯਾਦ ਰਹਿੰਦਾ ਸਾਨੂੰ ਪਹੁੰਚਿਆ ਕਿ ਨਹੀਂ, ਹੁਣ ਦੇਖਿਓ ਹੁਣ ਸਾਰਿਆਂ ਨੇ ਕਿਹਾ ਨਾ ਪਹੁੰਚੇ ਫਿਰ ਦੇਖ ਲਿਓ ਆ ਕੇ, ਨਹੀਂ ਪਹੁੰਚ ਜਾਇਓ, ਪਿਆਰ ਨਾਲ ਸੱਦਾ ਦਿੱਤਾ ਤੁਹਾਨੂੰ, ਠੀਕ ਹੈ, ਇਸ ਲਈ ਕਿਉਂਕਿ ਵਿਸ਼ਵਾਸ ਹੈ ਸਾਨੂੰ ਤੁਸੀਂ ਜ਼ਰੂਰ ਪਹੁੰਚੋਗੇ, ਸੋ ਨੋਟ ਕਰ ਲਓ 30 ਔਰ 31, ਵੈਸੇ 21 ਦਾ ਵੀ ਹੈ, ਜੇ ਵੀਰਵਾਰ ਨੂੰ ਵੀ ਆ ਸਕੋ, ਜੋ ਵੀਰਵਾਰ ਆ ਰਿਹਾ ਹੈ, ਅੱਜ 18 ਹੋ ਗਈ ਹੈ, ਤਾਂ ਉਸ ਦਿਨ ਤੁਸੀਂ ਉਹਦਾ ਵੀ ਸਤਸੰਗ ਦਾ ਆਨੰਦ ਲੈ ਸਕਦੇ ਹੋ ਦਰਬਾਰ 'ਤੇ ਪਹੁੰਚ ਕੇ, ਨਹੀਂ ਤਾਂ 30 ਔਰ 31 ਨੂੰ ਜ਼ਰੂਰ ਪਹੁੰਚੋ, ਰਾਤ ਰਹਿਣ ਦਾ ਵੀ, ਲੰਗਰ ਪਾਣੀ ਦਾ ਵੀ, ਸਭ ਕੁਛ ਪ੍ਰਬੰਧ ਹੈ, ਕੋਈ ਟੈਨਸ਼ਨ ਨਹੀਂ, ਬਸ ਤੁਸੀਂ ਪਹੁੰਚਣਾ ਆ, ਬਾਕੀ ਸਾਰਾ ਇੰਤਜ਼ਾਮ ਤੁਹਾਡੇ ਵਾਸਤੇ ਹੀ ਕੀਤਾ ਹੋਇਆ, ਲੰਗਰ ਪਾਣੀ ਸਾਰੀ ਰਾਤ ਚੱਲਣਾ ਹੈ, 24 ਘੰਟੇ ਚੱਲ ਰਿਹਾ, ਚਾਹੇ ਰਾਤ ਨੂੰ 3 ਵਜੇ ਉੱਠ ਕੇ ਖਾਓ, 2 ਵਜੇ ਖਾਓ, ਸਮਝਦੇ ਹੋ ਕਿ ਨਹੀਂ, ਖਾਣ ਦੀ ਵੀ ਫਿਕਰ ਨਹੀਂ, ਸੌਣ ਦੀ ਫਿਕਰ ਨਹੀਂ, ਗੱਦੇ ਲਵਾਏ ਆ ਤੁਹਾਡੇ ਵਾਸਤੇ ਨਾ, ਐਨ ਮਤਲਬ ਸੈਟਿੰਗ ਕੀਤੀ ਹੋਈ ਹੈ ਜੀ, ਆ ਕੇ ਬਸ ਤੁਸੀਂ ਆਰਾਮ ਨਾਲ ਆਨੰਦ ਲੈਣਾ ਹੈ, ਸੋ ਠੀਕ ਹੈ, ਨੋਟ ਕਰ ਲਿਆ, ਚਲੋ ਆਓ ਫਿਰ ਹੁਣ ਇਹਨਾਂ ਵਚਨ ਨਾਲ ਸਤਸੰਗ ਦੀ ਸਮਾਪਤੀ ਕਰਾਂਗੇ, ਔਰ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਬਲ ਬਖਸ਼ਣ, ਤੁਹਾਡੇ ਸਭ ਦੇ ਦੁੱਖਾਂ ਦਰਦਾਂ ਪਰੇਸ਼ਾਨੀਆਂ ਨੂੰ ਮਾਲਕ ਦੂਰ ਕਰਨ, ਤੁਹਾਡੀਆਂ ਸਭ ਦੀਆਂ ਚੋਲੀਆਂ ਨੂੰ ਮਾਲਕ ਖੁਸ਼ੀਆਂ ਨਾਲ ਭਰਪੂਰ ਕਰਨ, ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ, ਤੁਹਾਡੀਆਂ ਲੰਬੀਆਂ ਉਮਰਾਂ ਹੋਣ, ਸਦਾ ਤੰਦਰੁਸਤ, ਹੱਸਦੇ ਮੁਸਕਰਾਉਂਦੇ, ਖੁਸ਼ ਰਹੋ, ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਪ੍ਰਣਾਮ ਕਰਦੇ ਹਾਂ, ਸਾਡਾ ਪ੍ਰਣਾਮ ਸਵੀਕਾਰ ਕਰੋ, ਜੈ ਮਾਲਕਾਂ ਦੀ। ਵੀਡੀਓ ਅੱਛੀ ਲੱਗੀ ਹੋ ਤੋ ਕਿਰਪਿਆ ਇਸੇ ਸ਼ੇਅਰ ਜ਼ਰੂਰ ਕਰੇਂ, ਆਪਕੇ ਸ਼ੇਅਰ ਕਰਨੇ ਸੇ ਅਗਰ ਕਿਸੀ ਕੀ ਜ਼ਿੰਦਗੀ ਮੇਂ ਅੱਛਾ ਬਦਲਾਵ ਆਤਾ ਹੈ, ਪੋਜ਼ਿਟਿਵ ਚੇਂਜ ਆਤੀ ਹੈ, ਤੋ ਜੇ ਵੀ ਆਪਕੀ ਤਰਫ ਸੇ ਕੀਆ ਗਿਆ ਏਕ ਨੇਕ ਕਰਮ ਹੋਗਾ, ਏਕ ਸੇਵਾ ਹੋਗੀ, ਤੋ ਵੀਡੀਓ ਕੋ ਸ਼ੇਅਰ ਜ਼ਰੂਰ ਕਰੇਂ, ਔਰ ਵੀਡੀਓ ਦੇਖਨੇ ਕੇ ਲੀਏ ਸਰਵ ਸੰਜਾ ਦਰਬਾਰ ਕਾਂਟੀਆਂ ਸ਼ਰੀਫ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰੇਂ, ਔਰ ਫੇਸਬੁੱਕ ਪੇਜ ਕੋ ਫੋਲੋ ਕਰਨਾ ਨਾ ਭੁੱਲੇਂ। ਜੈ ਮਾਤਾ ਦੀ।